ਲਓ ਜੀ, ਅੱਜ ਨਹੀਂ ਗੋਲਫ ਖੇਡੀ ਜਾਣੀ, ਸਾਡਾ ਫੋਨ ਤਾਂ ਆਫਟਰਨੂਨ ਚ ਮੀਨ ਦੱਸੀ ਜਾਂਦਾ। ਫੇਰ ਫੇਰ ਕੀ ਕਰਾਂਗੇ, ਤੁਹਾਡੀ ਸੇਵਾ ਕਰਾਂਗੇ। ਚੁੱਪ ਕਰੋ ਜੀ, ਸਵੇਰੇ ਹੀ ਸ਼ੁਰੂ ਹੋ ਜਾਂਦੇ ਹੋ। ਚਾਚਾ ਜੀ ਕਰੇਲੇ ਦਾ ਜੂਸ। ਆ ਟੈਸਟ ਜੇ ਕਰਾ ਕੇ ਮੈਂ ਤਾਂ ਪੰਗਾ ਹੀ ਲੈ ਲਿਆ, ਪਤਾ ਨੀ ਕੀ ਕੀ ਪਿਆਉਣਗੇ। ਚੁੱਪ ਕਰਕੇ ਪੀ ਲਓ। ਤੁਹਾਨੂੰ ਕਿੰਨੇ ਵਾਰੀ ਆਖਿਆ ਮੈਂ ਚੰਗਾ ਪਲਾਂ, ਭਾਵੇਂ ਮਿੱਟੀ ਦੀ ਟਰਾਲੀ ਲੁਆ ਕੇ ਵੇਖ ਲੋ ਕਈ ਨਾਲ। ਚਾਚਾ ਜੀ ਹੁਣ ਤੁਹਾਡੀ ਨੀ ਡਾਕਟਰ ਦੀ ਚੱਲਣੀ ਹੈ, ਚੁੱਪ ਚਾਪ ਪੀ ਲੋ। ਚੰਗਾ ਭਾਈ ਪੀ ਲੈਣੇ। ਨਾਲੇ ਰਪਿੰਦਰ ਨੂੰ ਆਵਾਜ਼ ਮਾਰਦੀ ਸਰਦਾਰਨੀ ਦੇ ਲਾਡਲੇ ਨੂੰ। ਗਰੇਵਾਲ ਸਾਹਿਬ ਮੇਰੀ ਕੱਲੀ ਦਾ ਤਾਂ ਲਾਡਲਾ ਨਹੀਂ ਨਾ, ਉਹ ਕਾਲੀ ਕਾਦੀ ਹੈ, ਆ ਜਾਊਗਾ। ਓਏ ਆਹੋ, ਉਹਨੇ ਕਿਹੜਾ ਦਫ਼ਤਰ ਜਾਣਾ ਹੈ। ਗੁੱਡ ਮਾਰਨਿੰਗ ਮਾਮ। ਗੁੱਡ ਮਾਰਨਿੰਗ ਬੇਟਾ। ਹਾਂਜੀ ਡੈਡ, ਗੁੱਡ ਮਾਰਨਿੰਗ। ਲਿਆ ਵੀ ਚੰਨੋ ਪਰੌਂਠੇ ਛਾਂਡੇ ਲਿਆ, ਨਾਲੇ ਮੱਖਣ ਵੀ ਲਿਆਈ। ਡੈਡ ਤੁਸੀਂ ਤਾਂ ਪਾਓ ਆਪਣੀ ਕੌਲੀ ਚ ਕੰਦ ਮੂਲ। ਸਵੇਰੇ ਸਵੇਰੇ ਹੀ ਪਿਓ ਤੇ ਤਵਾ। ਤੁਸੀਂ ਨਹੀਂ ਲਿਆ ਸੀ ਮੇਰੇ ਤੇ, ਕਹਿੰਦੇ ਇਹਨੇ ਕਿਹੜਾ ਦਫ਼ਤਰ ਜਾਣਾ। ਬੋਲੋ ਹੁਣ, ਚੁੱਪ ਕਿਉਂ ਕਰਕੇ? ਬੋਲਣ ਕੇ ਕੀ, ਇਹਨਾਂ ਨੇ ਸਾਨੂੰ ਕੰਮ ਕਰਨ ਜੋਗਾ ਛੱਡਿਆ ਹੀ ਨੀ, ਇੰਨਾ ਬਣਾਤਾ ਕਿ ਚਾਰ ਪੁਸ਼ਤਾਂ ਵੀ ਬਹਿ ਕੇ ਖਾਈ ਜਾਣ ਤਾਂ ਨੀ ਮੁੱਕਦਾ। ਐਸ਼ ਕਰੋ ਪਿਓ ਦੇ ਸਿਰ ਤੇ। ਐਸ਼ ਤਾਂ ਫੁੱਲ ਕਰੀਦੀ ਹੈ ਜੀ ਤੁਹਾਡੇ ਸਿਰ ਤੇ, ਡੱਕਾ ਤੋੜਨਾ ਨੀ, ਨੱਕਾ ਮੋੜਨਾ ਨੀ। ਓਏ ਕਿਸੇ ਬਾਹਰਲੇ ਮੁਲਕ ਦਾ ਹੀ ਗੇੜਾ ਛੇੜਾ ਮਾਰਿਆ, ਕਿਉਂ ਜਾਵਾਂ ਐਵੇਂ। ਆਹ ਪਰੌਂਠੇ ਪਰੌਂਠੇ ਬਣਾ ਬਣਾ ਕੌਣ ਖਵਾਊਗਾ ਬਾਹਰ ਪਿਆਰਿਆਂ ਨੂੰ। ਤੁਹਾਨੂੰ ਨੀ ਮਿਲਦਾ, ਤੁਸੀਂ ਆਪਣੇ ਕੌਨਫਲਿਕਟ ਖਾਓ। ਹਾਂ ਭੋਲੀ ਦੱਸ ਕੀ ਬਣਿਆ? ਜਿੱਥੇ ਰੁਪਿੰਦਰ ਦੇ ਸਾਗ ਦੀ ਗੱਲ ਤੋਰੀ ਸੀ ਨਾ, ਹਾਂ ਉੱਥੇ ਗੱਲ ਨਹੀਂ ਬਣਨੀ, ਉਹ ਤਾਂ ਮਾਸੀ NRI ਮੁੰਡਾ ਭਾਲਦੇ ਆ। ਹੈਂ, ਹੱਦ ਹੋ ਗਈ, ਆਪ ਤਾਂ ਕਦੀ ਮੋਗਾ ਨਹੀਂ ਟੱਪੇ ਤੇ ਕੁੜੀ ਲਈ ਮੁੰਡਾ ਭਾਲਦੇ ਨੇ NRI। ਜਵਾਬ ਦੇ ਦੇ ਸਾਡੇ ਵੱਲੋਂ, ਮੈਂ ਨਹੀਂ ਵਿਆਹਣਾ ਮੁੰਡਾ ਉੱਥੇ। ਵੱਡੇ ਆਏ ਕਿਹਦਾ ਸੀ? ਅੱਜ ਕੱਲ ਜਿਹਨੂੰ ਦੇਖੋ ਉਹਨੂੰ ਬਾਹਰ ਦਾ ਬੁਖਾਰ ਚੜਿਆ ਹੋਇਆ, ਕਹਿੰਦੇ ਨੇ ਮੁੰਡਾ NRI ਚਾਹੀਦਾ। ਕਿਉਂ, ਪੰਜਾਬ ਦੇ ਮੁੰਡਿਆਂ ਨੂੰ ਖੁਰਕ ਪਈ ਵੀ ਹੈ? ਰਾਈਟ, ਭੇਡਾਂ ਨੂੰ ਜ਼ੁਕਾਮ ਹੋ ਗਿਆ, ਮੇਰੇ ਮੁੰਡੇ ਨੂੰ ਨਾ ਕਹਿ ਕੇ ਉਹਨਾਂ ਨੇ ਆਪਣੀ ਕਿਸਮਤ ਨੂੰ ਤਾਲਾ ਹਮੇਸ਼ਾ ਲਈ ਲਾ ਲਿਆ। ਮੇਰਾ ਮੁੰਡਾ ਚਾਹੇ ਤਾਂ 50 NRIs ਨੂੰ ਇੰਪਲੋਈ ਰੱਖ ਲਵੇ, ਹੈ ਨਾ? ਕਿਉਂ, ਮੈਂ ਕੀ ਕਹਿੰਦਾ ਸੀ, ਜੇ ਤੂੰ ਬਾਹਰ ਗਿਆ ਹੁੰਦਾ ਤਾਂ ਕੁੜੀਆਂ ਵਾਲੇ ਤੇਰੇ ਮਗਰ ਮਗਰ ਤੁਰੇ ਫਿਰਦੇ। ਡੈਡ, ਐ ਥੋੜਾ ਕਿਸੇ ਕੁੜੀ ਨਾਲ ਵੀ ਵਿਆਹ ਕਰਾ ਸਕਦੇ ਆ, ਮੈਂ ਤਾਂ ਉਸ ਕੁੜੀ ਨਾਲ ਵਿਆਹ ਕਰਾਉਂਗਾ ਜਿਹਨੂੰ ਮੈਂ ਵੇਖਾਂ ਤੇ ਤੇ ਕੀ ਹੋਏ ਤੋਤੇ ਉੱਡ ਜਾਣ। ਓਏ ਧਿਆਨ ਨਾਲ ਪੁੱਤ, ਇਹ ਤੋਤੇ ਉਡਾਉਣ ਵਾਲੀਆਂ ਨਾ ਬੰਦੇ ਨੂੰ ਤੋਤਾ ਬਣਾ ਕੇ ਪਿੰਜਰੇ ਚ ਡੱਕ ਲੈਂਦੀਆਂ। ਅੱਛਾ, ਵਾਟ ਡੂ ਯੂ ਮੀਨ, ਕੀ ਮਤਲਬ ਹੈ? ਤੁਹਾਡਾ ਮਤਲਬ ਹੈ ਕਿ ਮੌਮ ਨੇ ਤੁਹਾਨੂੰ ਪਿੰਜਰੇ ਚ ਪਾ ਕੇ ਰੱਖਿਆ? ਓਏ ਮੈਂ ਇਹ ਥੋੜੀ ਆਖਿਆ ਯਾਰ, ਹੈ ਇੱਕ ਤਾਂ ਤੁਹਾਡਾ ਸਾਰਾ ਟਾਈਮ ਖਿਆਲ ਰੱਖਦੀ, ਉਪਰੋਂ ਮੈਨੂੰ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਹੋ। ਲੈ ਦੱਸ ਰੋ ਜੀ, ਮੈਂ ਨਹੀਂ ਤੇਰਾ ਖਿਆਲ ਰੱਖਦਾ, ਮੇਰੀ ਇਹ ਤੋਤੀਏ। ਬੇਟਾ ਕਿੱਥੇ ਜਾ ਰਿਹਾ? ਇਨ ਸਰਚ ਆਫ ਤੋਤੇ ਉਡਾਉਣ ਵਾਲੀ। ਗੁੱਡ ਲੱਕ ਚਾਚਾ ਜੀ, ਗਨ ਪਾਈ ਲੈ ਗੋਲੀ। ਮੈਂ ਨਹੀਂ ਗੋਲੀ ਖਾਣੀ, ਲੈਣੀ ਪੈਣੀ ਆ, ਪਿੰਜਰੇ ਚ ਬੰਦ ਕਰਕੇ ਰੱਖਿਆ, ਖਾਓ ਗੋਲੀ। ਇਹ ਕੀ ਸੱਪ ਕੱਢ ਰਿਹਾ? ਓ ਹੈਲੋ ਮਿਸਟਰ, ਪਹਿਲਾਂ ਤੁਸੀਂ ਆ ਫਾਰਮ ਫਿਲ ਕਰੋ, ਫੇਰ ਤੁਹਾਨੂੰ ਮਿਲਾਵਾਂਗੇ ਸਰ ਨਾਲ। ਸਰ ਹੋਊਗਾ ਤੇਰਾ, ਮੇਰਾ ਤਾਂ ਯਾਰ ਹੈ। ਓ ਬੱਲੇ ਬੱਲੇ, ਕੱਲੇ ਕੱਲੇ ਬਣਾ ਲੈ ਜੋੜਾ, ਹੱਥ ਮਿਲਾ, ਹੱਥ ਨੂੰ ਵੀ ਛੱਡ ਪਤੰਦਰਾ, ਤੂੰ ਜੱਫੀ ਪਾ। Good to see you after so long, buddy. ਬਾਲਾ ਜਗਾੜ ਲੈ, ਵੇਖ ਲੈ ਲੱਗੀਆਂ ਰੌਣਕਾਂ ਕਿ ਨਹੀਂ ਪੂਰੀਆਂ। ਹਾਂ, ਓਹੋ ਆ ਕੀ ਹੈ, ਸਿੱਧਾ ਓਬਾਮੇ ਨੂੰ ਪੈ ਗਿਆ। ਇਹ ਨਕਲੀ ਹੈ ਨਾ? ਨਾ, ਬਿਲਕੁਲ ਅਸਲੀ ਓਬਾਮਾ, ਆਪਾਂ ਹੀ ਨਕਲੀਆਂ ਵਿੱਚ।
ਯੂਨੀਵਰਸਿਟੀ ਨੇ ਤੇ ਕਾਗਜ਼ਾਂ ਤੇ ਲੈ ਕੇ ਡਿਗਰੀਆਂ ਦਿੰਦੀਆਂ, ਅਸਲੀ ਕਰੀਅਰ ਤੇ ਆਪਾਂ ਬਣਾਈਦਾ, ਉਹ ਵੀ ਡਾਲਰਾਂ ਤੇ ਪਾਉਂਡਾਂ ਦੇ ਵਿੱਚ। ਇਹਨੂੰ ਕਹਿੰਦੇ ਨਾਲੇ ਪੁੰਨ ਤੇ ਨਾਲੇ ਫਲੀਆਂ। ਬੇਜਾ ਬਹਿ ਕੇ ਕਰਦੇ ਗੱਲਾਂ ਬਾਤਾਂ ਤੇਰੇ ਨਾਲ, ਸਾਲੀ ਤਾਂ ਮਿਲਿਆ ਕਿਤੇ। ਤੇਰਾ ਵੀ ਪੁੰਨ ਖੱਟਿਆ ਕਿਸੇ ਨੇ ਕਿ ਤੂੰ ਵੀ ਅਪਲਾਈਡ ਫੋਰ ਹੀ ਫਿਰਦਾ ਮੇਰੇ ਵਾਂਗ? ਇਹਦਾ ਮਤਲਬ ਤੂੰ ਵੀ ਸਾਡੇ ਵਾਂਗ ਛੜਾ ਹੀ ਤੁਰਿਆ ਫਿਰਦਾ ਅਜੇ? ਹਾਂ ਹੁਣ ਤਾਂ ਮਿੱਤਰ ਪਿਆਰਿਆ ਪੂਰੀ ਦੁਨੀਆ ਆਪਣੇ ਹੱਥਾਂ ਹੇਠ ਹੈ। ਆ ਗਲੋਬ ਦੇ ਉੱਤੇ ਨਾ ਅੱਖਾਂ ਮੀਟ ਕੇ ਜਿਹੜੇ ਮਰਜ਼ੀ ਮੁਲਕ ਤੇ ਉਂਗਲੀ ਰੱਖਦੇ, ਕਿੱਥੋਂ ਦੀ ਕੰਨਿਆ ਚਾਹੀਦੀ ਹੈ? ਤੂੰ ਤਾਂ ਵੈਸੇ ਵੀ ਪਤੰਦਰਾ ਹੀਰੋ ਮਟੀਰੀਅਲ ਆ ਸਾਡਾ, ਤੈਨੂੰ ਤਾਂ ਜਹਾਜ਼ ਦੀ ਵੀ ਲੋੜ ਨਹੀਂ ਪੈਣੀ, ਅਗਲੀ ਨੇ ਹੱਥਾਂ ਤੇ ਚੱਕ ਕੇ ਲੈ ਜਾਣਾ। ਆ ਸਾਰੀਆਂ ਫੋਟੋਆਂ ਬਾਹਰਲੀਆਂ ਦੀ ਆਈਆਂ, ਛਾਂਟ ਲਾ ਕੋਈ ਚੂਚਕ ਦੀ ਬੇਟੀ। ਬਾਹਰ ਤਾਂ ਮੈਂ ਜਦ ਮਰਜ਼ੀ ਨਿਕਲ ਜਾਵਾਂ, ਘਰ ਦੇ ਇਕੱਲੇ ਪੈ ਜਾਣਗੇ। ਹੈਲੋ, ਕਿੱਧਰ ਨਿਕਲ ਗਿਆ ਜਵਾਨਾ? ਬਾਇਰ ਹੀ ਹੋ ਗਿਆ। ਆ ਕਾਫੀ ਗਰਮਾ ਗਰਮ ਆਈ ਸੀ, ਕੋਲਡ ਡਰਿੰਕ ਬਣਾ ਲਈ। ਤੋਤੇ ਉੱਡ ਗਿਆ ਬਈ, ਇੰਨੇ ਸਾਲਾਂ ਦੇ ਜਿਹਨੂੰ ਲੱਭਦਾ ਸੀ ਉਹ ਲੱਭ ਗਈ। ਅੱਛਾ, ਲਿਆ ਸੀ ਵੀ ਦੇਖੀ ਕਿਹੜੀ ਹੂਰ ਪਰੀ ਹੈ ਜਿਹਨੇ ਸਾਡੇ ਯਾਰ ਦੇ ਤੋਤੇ ਉਡਾ। ਲੈ ਉਹ, ਇਹ ਤਾਂ ਦੇਸਣ ਹੈ, ਇੱਧਰ ਲਈ। ਫਿਰ ਤਾਂ ਬਣ ਗਈ ਗੱਲ, ਰੇਸ ਤੋਂ ਪੈਰ ਚੱਕ, ਬ੍ਰੇਕ ਲਾ, ਇੰਜਨ ਠੰਡਾ ਰੱਖ ਕੱਕ। ਕਿਉਂ? ਕਦੇ ਤਾਂ ਸਿੱਧੇ ਰਾਹ ਤੁਰ ਪਿਆ ਕਰ। ਕਾਲਜ ਵੀ ਨਾਨ ਮੈਡੀਕਲ ਨਾਲ ਪੰਗਾ ਲੈ ਲਿਆ ਸੀ, ਮੁੜ ਕੇ ਸਪਲੀਆਂ ਦੇਂਦਾ ਰਹਿ ਗਿਆ ਸੀ ਨਾ। ਆ ਫੇਰ ਗਲਤ ਚੀਜ਼ ਤੇ ਹੱਥ ਰੱਖੀ ਜਾਂਦਾ। ਉਹ ਪਹਿਲੀ ਵਾਰੀ ਕਿਸੇ ਸਹੀ ਚੀਜ਼ ਨੂੰ ਹੱਥ ਲਾਇਆ, ਤੂੰ ਗਲਤ ਰੱਖੀ ਜਾਂਦਾ। ਉਹ ਭਾਈ, ਇਹਦਾ ਪਿਓ ਨਾ ਆਪਣੀ ਕੁੜੀ ਕਿਸੇ NRI ਮੰਗਤੇ ਨਾਲ ਵਿਆਹ ਦੂਗਾ, ਇਧਰਲੇ ਰਾਜੇ ਨੂੰ ਵੀ ਨਾ। ਉਹ ਐਡੀ ਕਿਹੜੀ ਗੱਲ ਹੈ, ਤੂੰ ਇਹਦਾ ਨਾ ਟਿਕਾਣਾ ਦੇ ਮੈਨੂੰ, ਮੈਂ ਦੇਖਦਾ। ਚੱਲ ਭਾਈ, ਜੇ ਇੰਨਾ ਹੀ ਪਿੱਛੇ ਪੈ ਗਏ ਫਿਰ ਨਾ ਪਤਾ ਵੀ ਪਿੱਛੇ ਲਿਖਿਆ ਹੋਇਆ, ਚੱਕ ਲੋ। ਦਿਸ਼ਾ ਢਿੱਲੋਂ, ਡਾਕਟਰ ਦਿਲੀਪ ਸਿੰਘ ਢਿੱਲੋਂ, ਪਿੰਡ ਖੇੜੀ, 98152-92-359। ਯਾਰ ਤਾਂ ਫਿਰ ਚੱਲੇ ਕਿੱਧਰ? ਦਿਸ਼ਾ ਵੱਲ। ਤੁਸੀਂ ਦੋਵੇਂ ਮੇਰੇ ਵਿਆਹ ਦੀ ਫਿਕਰ ਕਰਦੇ ਰਹਿੰਦੇ ਹੋ, ਮੈਂ ਕਿਹਾ ਵਿਆਹ ਹੀ ਕਰਾ ਲੈਂਦੇ ਆ। ਸੱਚੀ ਰੁਪਿੰਦਰ, ਕਿਸੇ ਵੀ ਕੁੜੀ ਨਾਲ? ਕਿਸੇ ਕੁੜੀ ਨਾਲ ਨੀ ਮੋਮ, ਇੱਕ ਕੁੜੀ ਜਿਹਨੂੰ ਵੇਖਦੇ ਹੀ ਮੈਨੂੰ ਲੱਗਾ ਕਿ ਇਹ ਕਰੂ ਮੇਰੀ ਮਾਂ ਦੀ ਸੇਵਾ। ਉਹਦੇ ਮੱਥੇ ਤੇ ਲਿਖਿਆ ਬਈ ਇਹ ਸੱਸ ਦੀ ਸੇਵਾ ਕਰੂਗੀ, ਪੈਂਟਰ ਘੱਟ ਮਾਰਿਆ ਕਰ। ਰੁਪਿੰਦਰ, ਜੇ ਕੁੜੀ ਤੈਨੂੰ ਪਸੰਦ ਹੈ ਨਾ ਤੇ ਮੈਨੂੰ ਵੀ ਪਸੰਦ ਹੈ, ਕੀ ਨਾਂ ਹੈ ਉਹਦਾ, ਕਿੱਥੇ ਦੀ ਹੈ? ਦਿਸ਼ਾ ਢਿੱਲੋਂ, ਡਾਕਟਰ ਦਿਲੀਪ ਸਿੰਘ ਢਿੱਲੋਂ, ਪਿੰਡ ਡਾਕਖਾਨ ਨਖੇੜੀ। ਆ ਨਾਲ ਪੇ ਲੈ ਬਈ ਸਰਦਾਰਨੀ, ਮੁੰਡੇ ਦੇ ਰੰਗ ਢੰਗ ਦੱਸ ਰਹੇ ਹੈ ਕਿ ਤੈਨੂੰ ਇਸੇ ਕੁੜੀ ਤੋਂ ਪਾਣੀ ਵਾਰਨਾ ਪੈਣਾ ਹੈ। ਤੁਹਾਨੂੰ ਤਾਂ ਮਜ਼ਾਕ ਹੀ ਸੁੱਝਦਾ ਹੈ, ਮੈਂ ਕਰਦੀ ਹਾਂ ਉਹਦੇ ਘਰਦਿਆਂ ਨਾਲ ਗੱਲ। ਓਏ ਹੈਲੋ, ਮੈਂ ਕੱਲੀਆਂ ਗੋਲੀਆਂ ਖਾਣ ਨੂੰ ਨਹੀਂ, ਮੈਂ ਗੱਲਾਂ ਵੀ ਕਰ ਲੈਣਾ ਹੁੰਦਾ, ਕਰਦੀ ਹਾਂ ਮੈਂ ਗੱਲ। ਓਏ ਹਾਂ ਬਈ, ਕੋਈ ਨੰਬਰ ਹੈ ਉਹਨਾਂ ਦਾ? 98152-92359। ਵਾਹ, ਨੰਬਰ ਤਾਂ ਯਾਦ ਰੱਖਿਆ ਜਿਵੇਂ ਹੈਲਪ ਲਾਈਨ ਦਾ ਹੋਵੇ। ਡੈਡ ਕੁੜੀ ਦਾ ਨਹੀਂ, ਉਹਦੇ ਡੈਡੀ ਜੀ ਦਾ ਨੰਬਰ ਹੈ। ਡੈਡੀ ਜੀ? ਮੈਨੂੰ ਡੈਡ ਤੇ ਉਹਨੂੰ ਹੁਣੇ ਤੋਂ ਹੀ ਡੈਡੀ ਜੀ। ਤੁਸੀਂ ਫੋਨ ਕਰ ਰਹੇ ਹੋ ਕਿ ਨਹੀਂ? ਆਪਾਂ ਤੁਹਾਡੀ ਗੱਲ ਮੁੜੀ ਹੈ, ਕਦੇ ਲਾਈਨ ਡੈਡ ਪਈ ਹੋਵੇ ਤਾਂ ਵੀ ਕਰੂੰਗਾ। ਕਿਉਂ ਬਈ ਕਾਕਾ, ਕਰਦੇ ਆ ਫਿਰ ਫੋਨ? ਕਰ ਦੋ ਜੀ, ਦੇਖੀ ਜਾਊਗੀ। 98152-92359। ਅੱਛਾ।
हेलो ਟਿੱਲੋ ਸਪੀਕਿੰਗ। ਸਤਿ ਸ੍ਰੀ ਅਕਾਲ ਟਿੱਲੋ ਸਾਹਿਬ। ਸਤਿ ਸ੍ਰੀ ਅਕਾਲ, ਮੈਂ ਹਰਜੀਤ ਸਿੰਘ ਗਰੇਵਾਲ ਬੋਲ ਰਿਹਾ ਜੀ, ਗਿੱਲਾਂ ਤੋਂ। ਗਿੱਲਾਂ ਤੋਂ ਗਰੇਵਾਲ? ਹਾਂਜੀ, ਫਰਮਾਓ। ਮੈਂ ਆਪਣੇ ਬੇਟੇ ਦੇ ਰਿਸ਼ਤੇ ਲਈ ਤੁਹਾਨੂੰ ਮਿਲਣਾ ਚਾਹੁੰਦਾ ਸੀ ਜੀ। ਮੋਸਟ ਵੈਲਕਮ ਜੀ, ਐਨੀ ਟਾਈਮ ਆਓ। ਹੈ, ਇਫ ਯੂ ਡੋਨਟ ਮਾਈਂਡ, ਦੱਸੋਗੇ ਆਪਣਾ ਕਾਕਾ ਕਰਦਾ ਕੀ ਹੈ? ਕਰੋੜ ਕਰੋੜ ਨੂੰ ਕਿੱਲਾ ਹੋਇਆ ਪਿਆ, 50 ਕਿੱਲੇ ਜ਼ਮੀਨ ਹੈ, ਕੱਲਾ ਕੱਲਾ ਮੁੰਡਾ ਹੈ। ਤੁਸੀਂ ਪੁੱਛਦੇ ਹੋ ਕਾਕਾ ਕਰਦਾ ਕੀ ਹੈ? ਗਰੇਵਾਲ ਸਾਹਿਬ, ਵੈਸੇ ਤਾਂ ਤੁਸੀਂ ਕਦੇ ਵੀ ਆਓ, ਪਰ ਡੋਨਟ ਮਾਈਂਡ, ਮੈਂ ਆਪਣੀ ਧੀ ਲਈ ਕੋਈ NRI ਮੁੰਡਾ ਲੱਭ ਰਿਹਾ। ਕੀ ਗੱਲ ਢਿੱਲੋ ਸਾਹਿਬ, ਪੰਜਾਬ ਦੇ ਮੁੰਡੇ ਗੈਸ ਤੇ ਚੱਲਦੇ ਆ, ਬਈ ਇੱਥੇ ਨੀ ਵੀ ਆਉਣਾ ਧੀ ਨੂੰ? ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਗਰੇਵਾਲ ਸਾਹਿਬ। ਬੇਇੱਜ਼ਤੀ ਤਾਂ ਤੁਸੀਂ ਸਾਰੇ ਪੰਜਾਬ ਦੀ ਕਰੀ ਜਾਂਦੇ ਹੋ ਢਿੱਲੋ ਸਾਹਿਬ। ਮੈਂ ਘਰ ਦਾ ਦਰ ਨੀ ਖੋਲਿਆ, ਤੁਸੀਂ ਮੇਰੇ ਕੋਠੇ ਤੇ ਧੁੱਪ ਸੇਕਣ ਨੂੰ ਫਿਰਦੇ ਹੋ। ਮੇਰੀ ਧੀ ਹੈ, ਮੈਂ ਜਿੱਥੇ ਮਰਜ਼ੀ ਵਿਆਹਾਂ। ਮੈਨੂੰ ਤਾਂ ਤੁਹਾਡੀ ਗੱਲ ਦੀ ਸਮਝ ਨਹੀਂ ਆਈ ਢਿੱਲੋ ਸਾਹਿਬ। ਲੋਕੀ ਖਾਨਦਾਨ ਵੇਖਦੇ ਐ, ਮੁੰਡਾ ਵੇਖਦੇ ਐ, ਤੁਸੀਂ ਸਿਰਫ NRI ਦੇ ਪਿੱਛੇ ਪਏ ਹੋ। ਮਾਫ ਕਰਨਾ, ਮੈਨੂੰ ਕੋਈ ਖੁਸ਼ੀ ਨਹੀਂ ਹੋਈ ਤੁਹਾਡੇ ਨਾਲ ਗੱਲ ਕਰ। ਮੈਨੂੰ ਵੀ ਕੋਈ ਬਾਲਾ ਚਾਹ ਨਹੀਂ ਚੜਿਆ ਗਰੇਵਾਲ ਸਾਹਿਬ। ਚੰਗਾ ਹੋਊਗਾ ਆਪਾਂ ਗੱਲ ਇੱਥੇ ਮੁਕਾ ਦਈਏ। ਗੱਲ ਖਤਮ ਕਰਨ ਨੂੰ ਕੋਈ ਮੰਤਰ ਪੜ੍ਹਨੇ? ਡੈਡੀ, ਆ ਫੋਨ ਬੰਦ ਕਰ ਦੇ, ਆਪੇ ਗੱਲ ਬੰਦ ਹੋ ਗਈ। ਉਹ ਗੱਲ ਤਾਂ ਖਤਮ ਹੀ ਹੈ, ਅੱਗੇ ਤੋਂ ਗਲਤੀ ਨਾਲ ਵੀ ਮੈਨੂੰ ਫੋਨ ਨਾ ਮਿਲਾ ਲਿਓ ਕਿਤੇ। ਤੁਸੀਂ ਤਾਂ ਫਾੜ ਕਰਕੇ ਮਾਰਦੇ ਹੋ ਅਗਲੇ ਦੇ ਸਿਰ ਤੇ, ਇਹ ਕੋਈ ਤਰੀਕਾ ਹੈ ਗੱਲ ਕਰਨ ਦਾ? ਕੀ ਸਿਖਾਵਾਂ ਤੁਹਾਨੂੰ? ਸੌਰੀ ਪੁੱਤ, ਮੈਂ ਤੇਰੇ ਆਖਣ ਤੇ ਉਹਦੇ ਨਾਲ ਗੱਲ ਤਾਂ ਕਰ ਲਈ, ਪਰ ਇਹ ਢਿੱਲੋਂ ਬਹੁਤ ਟੇਟਾ ਬੰਦਾ ਲੱਗਿਆ ਮੈਨੂੰ। ਤੂੰ ਉਸ ਕੁੜੀ ਨੂੰ ਭੁੱਲ ਜਾ ਡੈਡ, ਆਪਾਂ ਕੋਈ ਹੋਰ ਰਿਸ਼ਤਾ ਲੱਭਾਂਗੇ। ਨਾ ਉਹ ਹੁੰਦਾ ਕੌਣ ਹੈ ਮੈਨੂੰ ਮੱਤ ਦੇਣ ਵਾਲਾ? ਮੈਂ ਆਪਣੀ ਕੁੜੀ ਬਾਹਰ ਭੇਜਣੀ ਹੈ। ਬਾਹਰਲੇ ਬੰਦੇ ਐ ਗੱਲ ਕਰਦੇ ਆ ਕਿਤੇ? ਨਾ, ਇੰਨੇ ਮਾੜੇ ਵੀ ਨੀ ਸਾਡੇ ਲੋਕ। ਤੂੰ ਰਹਿਣ ਦੇ ਵਕਾਲਤ ਕਰਨ ਨੂੰ, ਮੈਂ 2 ਸਾਲ ਜਰਮਨ ਰਹਿ ਕੇ ਬਹੁਤ ਕੁਝ ਦੇਖ ਲਿਆ। ਜੋਨ ਦਾ ਸਲੀਕਾ ਤਾਂ ਸਿਰਫ ਬਾਹਰਲਿਆਂ ਨੂੰ ਹੈ। ਮੇਰੀ ਪ੍ਰੋਬਲਮ ਦਾ ਕੀ ਬਣੂ? ਉਹਦਾ ਹੱਲ ਹੈਗਾ ਆਪਣੇ ਕੋਲ। ਕੀ? ਭੁੱਲ ਜਾ ਉਹਨੂੰ। ਧਰ ਫੇਟੇ ਮੂੰਹ, ਕਿਹੋ ਜਿਹਾ ਬੰਦਾ ਹੈ ਤੂੰ? ਕਦੇ ਪਿਆਰ ਨੀ ਕੀਤਾ ਤੈ? ਦਿਲ ਆ ਗਿਆ ਮੇਰਾ ਉਹਤੇ। ਤੁਹਾਡਾ ਤਾਂ ਦਿਲ ਆ ਗਿਆ ਭਾਈ ਸਾਹਿਬ, ਪਰ ਉਹਦੇ ਪਿਓ ਨੂੰ NRI ਚਾਹੀਦਾ ਤੇ ਉਹ ਤੂੰ ਹੈ ਨੀ, ਸੋ ਇਸ ਕਰਕੇ ਤੇਰੀ ਲਵ ਸਟੋਰੀ ਦਾ ਤਾਂ ਇੱਥੇ ਦੀ ਐਂਡ ਹੋ ਜਾਂਦਾ ਕਾਕਾ ਜੀ। ਐ ਕਿਵੇਂ ਦੀ ਐਂਡ ਹੋ ਜਾਂਦਾ? ਮੇਰੀ ਜ਼ਿੰਦਗੀ ਦਾ ਤਾਂ ਹੁਣ ਇੱਕੋ ਹੀ ਮਕਸਦ ਹੈ, ਦਿਸ਼ਾ ਨੂੰ ਹਾਸਲ ਕਰਨਾ। ਓਏ ਹੋਏ, ਦਿਲ ਨੂੰ ਹੀ ਲਾ ਗਿਆ ਤੂੰ ਤੇ ਸ਼ੇਰਾ, ਜੇ ਐਡੀ ਗੱਲ ਹੈ ਫਿਰ ਕੀ ਮਸਲਾ? ਹਾਂ, ਬਣ ਜਾ NRI। ਤੇਰਾ ਮਤਲਬ ਹੈ ਪਹਿਲਾਂ ਮੈਂ ਬਾਹਰ ਜਾਵਾਂ, ਉੱਥੇ ਸੈਟਲ ਹੋਵਾਂ, ਫਿਰ ਵਾਪਸ ਆਵਾਂ? ਉਨੇ ਚਿਰ ਚ ਉਹਦੇ ਬੁੜੇ ਨੇ ਉਹਨੂੰ ਤੋੜ ਦੇਣਾ ਕਿਸੇ ਮਸਕਟ ਵਾਲੇ ਨਾਲ। ਕਾਕਾ ਜੀ, ਮੈਂ ਤੁਹਾਨੂੰ NRI ਹੋਣ ਵਾਸਤੇ ਨਹੀਂ, ਸਿਰਫ ਬਣਨ ਵਾਸਤੇ ਕਹਿ ਰਿਹਾ। ਟ੍ਰਾਈ ਟੂ ਅੰਡਰਸਟੈਂਡ ਵਾਟ ਆਈ ਮੀਨ ਟੂ ਸੇ। ਕਿਉਂ ਛਿੱਤਰ ਪਾਉਣ ਵਾਲੀ ਗੱਲ ਕਰਦਾ? ਬੱਲੇ, ਕਰਨੀਆਂ ਮੁਹੱਬਤਾਂ ਤੇ ਡਰਨਾ ਛਿੱਤਰਾਂ ਤੋਂ। ਵਾਹ, ਜਾਲੀ ਬਣ ਕੇ ਕਿੰਨਾ ਕੁ ਚਿਰ ਰਹਿ ਲਾਂਗੇ? ਜਦ ਤੱਕ ਬਾਪੂ ਨਹੀਂ ਮੰਨਦਾ ਉਹਦਾ, ਹੋਰ ਕੀ। ਜਦੋਂ ਬਾਅਦ ਚ ਪਤਾ ਲੱਗਿਆ ਫਿਰ? ਫਿਰ ਕੀ ਆ, ਉਹ ਕੁੜੀ ਨੂੰ ਆਪ ਹੀ ਤੂੰ ਕਹਿ ਦੇ ਯਾਰ, ਬਈ ਤੈਨੂੰ ਹਾਸਲ ਕਰਨਾ ਸੀ, ਡਰਾਮਾ ਕਰਨਾ ਪਿਆ, ਉਦਾਂ ਤੇਰੇ ਡੈਡੀ ਨੇ ਨਹੀਂ ਸੀ ਮੰਨਣਾ। ਕੁੜੀ ਨੇ ਲਾਪਾ ਕਰਕੇ ਡੱਕਰ ਦੇਣਾ ਹੈ, ਇੰਨਾ ਸੌਖਾ ਨਹੀਂ ਹੁੰਦਾ। ਯੈਸ, ਇੱਥੇ ਤੂੰ ਰੋਂਗ ਹੈ। ਦਰਅਸਲ ਕਾਕਾ, ਜਿਹੜਾ ਇਸ਼ਕ ਦਾ ਮਹਾਂਰੋਗ ਹੁੰਦਾ ਨਾ, ਇਹ ਜਦੋਂ ਇੱਕ ਵਾਰੀ ਲੱਗ ਜੇ ਨਾ, ਇਹਦਾ ਦੁਨੀਆਂ 'ਚ ਇਲਾਜ ਹੀ ਕੋਈ ਨਹੀਂ। ਪੇਸ਼ੈਂਟ ਨੂੰ ਜਿੱਥੇ ਮਰਜ਼ੀ ਲੈ ਜਾਓ, ਬਸ ਇੱਕ ਵਾਰੀ ਮਿੱਠੀਆਂ ਮਿੱਠੀਆਂ ਜੀਆਂ ਮਾਰ ਕੇ ਨਾ ਉਹਨੂੰ, ਜਾਨੂੰ ਜਾਨੂੰ ਤੇ ਲਿਆ। ਜਦੋਂ ਇੱਕ ਵਾਰੀ ਉਹਨੇ ਕਹਿ ਤਾ ਨਾ ਜਾਨੂੰ, ਫਿਰ ਘਰਦਿਆਂ ਨੂੰ ਆਪ ਹੀ ਕਹੂਗੀ ਮੈਂ ਨਾ ਮਾਨੂੰ। ਹੋਰ ਕੋਈ ਹਿੱਲਾ ਨਹੀਂ ਹੈਗਾ ਜਿਹੜਾ ਪਹਿਲਾਂ ਦੱਸਿਆ ਸੀ ਤੈਨੂੰ? ਭੁੱਲ ਜਾ ਉਹਨੂੰ। ਹੁਣ ਤਾਂ ਬੀਬੀ ਮੈਮਰੀ ਕਾਰਡ 'ਚ ਫੀਡ ਹੋ ਚੁੱਕੀ ਹੈ, ਹੁਣ ਨਹੀਂ ਨਿਕਲ ਸਕਦੀ। ਬਸ ਠੀਕ ਹੈ ਫਿਰ, ਫਿਰ ਕਿਹੜੀ ਗੱਲ? ਫਿਰ ਪਾ ਦੇ ਰੌਲਾ, ਦੱਸ ਦੇ ਦੁਨੀਆਂ ਨੂੰ ਕਿ ਅੱਜ ਦੀ ਮੰਡੀਰ 'ਚ ਵੀ ਕਮਿਟਮੈਂਟ ਹੈਗੀ ਹੈ। ਓਏ ਰਾਂਝੇ ਨੇ ਹੀਰ ਵਾਸਤੇ 12 ਸਾਲ ਮੱਝਾਂ ਚਾਰੀਆਂ, ਤੂੰ ਤੇ ਘੜੀ ਦੀ ਘੜੀ ਹੀਰ ਦਾ ਡੈਡੀ ਚਾਰਨਾ ਬਸ। ਡਰ ਜਿਹਾ ਲੱਗਦਾ ਹੈ, ਪਰ ਕੋਈ ਗੱਲ ਨਹੀਂ, ਦੇਖੀ ਜਾਓ, ਚੱਲ ਖਿੱਚ ਤਿਆਰੀ। ਖਿੱਚ ਤਿਆਰੀ ਦਾ ਕੀ ਮਤਲਬ ਬਈ? ਤਿਆਰੀ ਤੂੰ ਖਿੱਚਣੀ ਹੈ ਭਾਈ ਸਾਹਿਬ, ਦੈਟਸ ਯੂਅਰ ਜੌਬ। ਵੀਰੇ, ਤੂੰ ਇਸ ਫਿਲਮ ਦਾ ਡਾਇਰੈਕਟਰ ਹੈ, ਜੇ ਕੁਛ ਗਲਤ ਹੋਇਆ ਤਾਂ ਤੂੰ ਹੀ ਸਾਂਭੇਂਗਾ ਨਾ? ਨਹੀਂ ਖੈਰ, ਸਾਂਸ ਸੁਣ ਤਾਂ ਲੈਂਦਾ ਹੁੰਦਾ ਮੈਂ, ਐਡੀ ਤਾਂ ਗੱਲ ਕੋਈ ਨਹੀਂ, ਪਰ ਇਹ ਵੀ ਮੈਂ ਸ਼ੁਰੂ ਸ਼ੁਰੂ 'ਚ ਨਾਲ ਰਹੂੰਗਾ, ਫਿਰ ਮੈਂ ਫਿਲਮ ਸ਼ੁਰੂ ਕਰਾ ਕੇ ਆ ਜਾਣਾ, ਐਂਡ ਤੇ ਤੂੰ ਆਪ ਲੈ ਕੇ ਜਾਣਾ ਫਿਲਮ ਨੂੰ। ਠੀਕ ਹੈ ਠੀਕ ਹੈ, ਪਰ ਤੇਰੀ ਫਿਲਮ ਦਾ ਹੀਰੋ ਹੈ ਕਿਹੜੀ ਕੰਟਰੀ ਦਾ? ਉਹ ਤਾਂ ਕਿੱਦਾਂ ਫਿਰ, ਕਿਹੜੀ ਮਰਜ਼ੀ ਕੰਟਰੀ ਦਾ ਹੋਵੇ, ਕਿੱਦੇ ਸਾਰੇ ਸੇਮ ਹੀ ਹੁੰਦੇ ਆ। ਕਿੱਦਾਂ ਗੋਡ ਆ, ਕਿੱਦਾਂ ਗ੍ਰੇਟ ਆ।
ਦੱਸੋ ਇਹ ਨਕਸ਼ਾ ਹੈ? ਮੈਂ ਕਦੋਂ ਕਿਹਾ ਘੋੜਿਆਂ ਦੀ ਪੇਂਟਿੰਗ ਹੈ? ਉਹ ਯਾਰ ਦੱਸ ਰਿਹਾ ਤੈਨੂੰ ਵੈਸੇ ਸਾਊਥ ਹਾਲ ਕਿੱਥੇ? ਸਾਊਥ ਹਾਲ ਵੀਰੇ ਦਰਅਸਲ ਨਾ ਮੈਂ ਵੀ ਕਾਲੀ ਕਾਲੀ ਨੈਟ ਤੋਂ ਕੱਢਿਆ ਨਕਸ਼ਾ, ਸਾਊਥ ਹਾਲ ਮੈਨੂੰ ਨਹੀਂ ਦੱਸਿਆ, ਪਰ ਹੈ ਦੇ ਵਿੱਚ ਹੀ ਆ ਕਿਤੇ। ਬਸ ਤੂੰ ਮੋਟੀ ਜੀ ਗੱਲ ਯਾਦ ਰੱਖਣੀ ਆ ਵੀ ਆਪਾਂ ਗਿਲਫੋਰਡ ਸਟਰੀਟ ਤੇ ਤੂੰ 118 ਚ ਰਹਿੰਦਾ ਤੇ ਮੈਂ 119 ਚ ਰਹਿੰਦਾ, ਤੇ ਲੰਡਨ ਬਾਰੇ ਬਹੁਤੀ ਟੈਨਸ਼ਨ ਨਹੀਂ ਲੈਣੀ, ਸੂਈ ਸਾਊਥ ਹਾਲ ਤੇ ਰੱਖਣੀ ਹੈ। ਲੰਡਨ ਚ ਨਾ ਮੈਂ ਦੋ ਤਿੰਨ ਮੋਟੀਆਂ ਮੋਟੀਆਂ ਚੀਜ਼ਾਂ, ਇੱਕ ਯਾਦ ਰੱਖੀ ਤੂੰ ਉੱਥੇ ਲੰਡਨ ਬ੍ਰਿਜ, ਇੱਕ ਯਾਦ ਰੱਖਣਾ ਆਪਣਾ ਬਿਗ ਬੈਨ ਵੱਡਾ ਸਾਰਾ ਘੰਟਾ ਘਰ ਹੈ, ਇੱਕ ਤੂੰ ਲੰਡਨ ਆਈ ਯਾਦ ਰੱਖ। ਲੰਡਨ ਆਈ ਕੀ? ਲੰਡਨ ਆਈ ਜਿੱਦਾਂ ਆਪਣੇ ਪਿੰਡਾਂ ਚ ਨੀ ਲੱਕੜ ਦਾ ਝੂਲਾ ਹੁੰਦਾ, ਗੋਰੇ ਨੇ ਬਹੁਤ ਵੱਡਾ ਸਾਰਾ ਲੋਹੇ ਦਾ ਲਵਾਇਆ ਹੋਇਆ ਉੱਥੇ, ਚੱਲ ਤੂੰ ਦਫਾ ਕਰ। ਬਾਕੀ ਪਿਕਾਡਲੀ ਸਰਕਸ, ਪਿਕਾਡਲੀ ਸਰਕਸ ਸਰ ਮਤਲਬ ਉਹਦਾ ਬੜਾ ਜ਼ਿਕਰ ਜ਼ੁਕਰ ਨਹੀਂ, ਉਹਦਾ ਕਰਨਾ ਪਤਾ ਗੰਦੇ ਮੰਦੇ ਜੇ ਸ਼ੋਅ ਹੁੰਦੇ ਉੱਥੇ, ਪੰਜਾਬੀ ਜਾਂਦੇ ਬਹੁਤ ਦੇਖਣ ਪਰ ਆਪਾਂ ਨਹੀਂ ਜਾਂਦੇ, ਸਾਡੇ ਨੰਬਰ ਡਾਊਨ ਹੁੰਦੇ ਆਪਣੇ। ਓਕੇ, ਸਾਊਥ ਹਾਲ ਬਾਰੇ ਹੋਰ ਕੁਝ? ਹੋਰ ਬਸ ਤੂੰ ਸਿੰਪਲ ਇਹ ਯਾਦ ਰੱਖਣਾ ਵੀ ਆਪਾਂ ਗਲਾਸੀ ਜੰਕਸ਼ਨ ਤੇ ਸ਼ਾਮ ਨੂੰ ਬਹਿ ਕੇ ਗਲਾਸੀ ਖੜਕਾਈ ਦੀ ਹੈ, ਪਾਰਕ ਐਵਨਿਊ ਚ ਵਿਸਾਖੀ ਦਾ ਮੇਲਾ ਵੇਖਣ ਜਾਈਦਾ, ਤੇ ਜਲੇਬੀ ਜੰਕਸ਼ਨ ਤੇ ਬਹਿ ਕੇ ਖਾਈ ਪੀਵੀ ਦਾ, ਬਾਕੀ ਜਿੱਥੇ ਅੜ ਜਾਵੇਂ ਬਸ ਵੱਡੇ ਗੁਰਦੁਆਰੇ ਤੇ ਆ ਜਾਣਾ ਜੀ, ਵੱਡੇ ਗੁਰਦੁਆਰੇ ਬਹੁਤ ਜਾਈਦਾ ਜੀ ਆਪਾਂ, ਬਸ ਇਦੋਂ ਬਾਹਰ ਨਹੀਂ ਜਾਣਾ, ਇਦੋਂ ਬਾਹਰ ਗਿਆ ਸਿੱਧੇ ਅੰਦਰ ਆ ਫਿਰ ਆਪਾਂ। ਬਸ ਫਿਰ ਬਣ ਗਈ ਗੱਲ, ਗੋਡਿਆ ਬਾਕੀ ਆਪਾਂ ਡਿਸਕਸ ਕਰਦੇ ਰਵਾਂਗੇ ਜਿੱਦਾਂ ਕਹਿੰਦੀ, ਪਾਈਏ ਚੱਲੇ, ਪਾਈਏ ਚੱਲੇ, ਖੜ ਜਾ, ਖੇੜੀ ਪਿੰਡ ਵੱਡੀ ਭੂਆ ਰਹਿੰਦੀ ਹੈ, ਜਾ ਕੇ ਰਹਿਣਾ ਕਿਹਦੇ ਕੋਲ, ਤੇਰੇ ਰਹਿਣ ਦਾ ਇੰਤਜ਼ਾਮ ਤੇ ਕਰ ਲਈਏ ਸਰ। ਕਰ ਕਰ ਕਰ। ਹੈਲੋ ਹੈਲੋ ਹੈਲੋ, ਹਾਂ ਦੀਪੇ ਕੀ ਹਾਲ ਹੈ? ਉਹ ਵਧੀਆ ਜਗਾੜੀ ਭਾਜੀ, ਤੁਹਾਡੇ ਕਰਕੇ ਲੰਡਨ ਫਿਰਦੇ ਆ, ਨਹੀਂ ਤਾਂ ਹੁਣ ਤੱਕ ਲੁਧਿਆਣੇ ਦਾ ਪੋਲਿਊਸ਼ਨ ਇੰਜੋਏ ਕਰਦੇ ਹੋਣਾ ਸੀ। ਅੱਛਾ ਗੱਲ ਸੁਣ, ਇੱਕ ਕੰਮ ਹੈ ਤੇਰੇ ਨਾਲ, ਉਹ ਖੇੜੀ ਪਿੰਡ ਦਾ ਤੁਹਾਡਾ ਫਾਰਮ ਹਾਊਸ ਹੈ ਨਾ, ਉੱਥੇ ਅਸੀਂ ਦੋ ਜਣੇ ਜਾ ਕੇ ਰਹਿਣਾ ਕੁਝ ਦਿਨ। ਉਹ ਗੱਲ ਹੀ ਕੋਈ ਨਹੀਂ ਭਾਜੀ, ਉੱਥੇ ਮੇਰਾ ਕਹਿੰਦੇ ਮੋਹ ਨਹੀਂ ਰਹਿੰਦਾ, ਮੈਂ ਫੋਨ ਕਰ ਦੂੰਗਾ। ਆਹੋ ਉਹਨੂੰ ਫੋਨ ਕਰਕੇ ਕਹਿ ਦੀ ਵੀ ਮੇਰੇ ਦੋ ਦੋਸਤ ਆ ਰਹੇ ਆ ਯੂਕੇ ਤੋਂ, ਸੋਰੇ ਜ਼ੀਰਕਪੁਰ ਨਾ ਕਹਿ ਦੀ ਕਿਤੇ, ਯੂਕੇ ਤੋਂ ਕਹਿਣਾ। ਓਕੇ, ਇੱਕ ਹੀ ਜਗਾੜ ਆ ਹੁਣ ਭਾਜੀ, ਜਗਾੜ ਤੈਨੂੰ ਫੇਰ ਦੱਸ ਦਿਆਂਗੇ, ਤੂੰ ਫੋਨ ਤਾਂ ਕਰ ਪਈ, ਯੂਕੇ ਤੋਂ ਆ ਰਿਹਾ ਮਿੱਤਰ ਤੇਰੇ। ਬਾਏ। ਆ ਸਾਲਾ ਚੰਗਾ ਜਗਾੜ ਲੱਭਿਆ ਤੈਂ। ਓਏ ਸਾਲਾ ਸੂਲਾ ਨਹੀਂ ਚੱਲਣਾ ਉੱਥੇ ਯੂਕੇ ਚ, ਨਹੀਂ ਮੁੰਡੇ ਕੁੜੀਆਂ ਕੱਢਦੇ ਸਾਲਾ ਸਾਲਾ ਗਾਲਾਂ, ਉੱਥੇ ਉਹ ਇਸ਼ਾਰੇ ਵਾਲੀਆਂ ਗਾਲਾਂ ਚੱਲਦੀਆਂ, ਤੈਨੂੰ ਉਹ ਵੀ ਸਿਖਾ ਦੂੰਗਾ ਮੈਂ, ਠੀਕ ਹੈ? ਹੁਣ ਜੇ ਸਿਲੇਬਸ ਪੂਰਾ ਹੋਵੇ ਚੱਲੀਏ ਆਪਾਂ, ਕਿਦਾਂ ਜਾਣਾ ਹੀ ਪੈਣਾ ਹੀ ਆ। ਯੇ ਕੇ ਵੇ ਹੋਇਆ ਨਹੀਂ, ਤੇਰਾ ਬੰਬਰ ਖਾਲੀ ਹੈ ਜੇ। ਖੜ ਜਾ 2 ਮਿੰਟ, ਕਹਾ ਸਰਕਾਰੀ ਖਜ਼ਾਨਾ ਵੀ ਝੱਟ ਖਾਲੀ ਹੋ ਜੂ ਹੈ। ਉਹ ਵੇਖੀ ਕਿਤੇ ਸੰਗ ਚੁੰਗਲਾ ਮਾਰ ਮਾਰ ਕੇ ਡੇਲੇ ਹੀ ਨਾ ਬਾਹਰ ਕੱਢ ਲਈ। ਉਹ ਜਿਹੜੀਆਂ ਅੱਖਾਂ ਤੈਨੂੰ ਦੇਖਣ ਗਿਜੀਆਂ ਹੋਣ, ਉਹ ਬਾਹਰ ਕਿਵੇਂ ਗਿਰ ਸਕਦੀਆਂ ਨੇ? ਦੇਸੀ ਦਾ ਇੱਕ ਤੋਂ ਭਾਰੀ ਰਹਿਣ ਦਿੱਤਾ ਅੰਦਰ। ਦੀਪੇ ਦਾ ਫੋਨ ਆਇਆ ਸੀ, ਸਕਾਉ ਜਾਣ ਵਾਲੀ ਆ ਯੂਕੇ ਤੋਂ। ਨਹੀਂ ਆਇਆ ਨਹੀਂ, ਗੁਲਗਲੇ ਪਹਿਲਾਂ ਹੀ ਕੱਢਣ ਲੱਗ ਜਾ। ਭਾਬੀ ਜੀ ਹਾਂ, ਗੁਲਗਲੇ ਬਾਜ ਕੱਢਿਓ, ਕੀੜਾ ਲੈ ਕੇ ਆਇਆ ਕਿਸੇ ਨੂੰ। ਮੋਣੀ ਚਾਚੇ ਓਏ, ਆ ਤੁਹਾਡੇ ਪ੍ਰਾਹੁਣੇ ਆਏ ਨੇ ਹੋਰੂ ਜੀਆਂ ਬੂਥੀਆਂ ਵਾਲੇ। ਜਿਉਂਦਾ ਰਹਿ ਕੀੜਿਆ, ਆ ਗਏ ਸਕਾਉ ਚ ਦੇ ਬੱਦਲ। ਵੈਲਕਮ ਜੀ, ਵੈਲਕਮ, ਸਤਿ ਸ੍ਰੀ ਅਕਾਲ ਜੀ। ਕਿੱਦਾਂ? ਮੈਂ ਮੋਹਣੀ ਜੀ, ਇਹ ਮੇਰੀ ਘਰ ਵਾਲੀ ਮਿੱਠੋ ਜੀ। ਸਤਿ ਸ੍ਰੀ ਅਕਾਲ ਜੀ। ਸੰਗ ਦੀ ਹੈ ਉਹ ਅੰਦਰ ਅੰਦਰ ਹੀ ਤਾਂ ਮੰਨ ਲਈਏ ਨੇ। ਕਿੱਦਾਂ ਮਿੱਠੋ ਭਾਬੀ, ਸਤਿ ਸ੍ਰੀ ਅਕਾਲ ਆ, ਕਿਤੇ ਸ਼ੇਖ ਹੀ ਨਹੀਂ ਕਰਨ ਲੈ। ਕਿਹੜਾ ਕਹਿੰਦੇ ਸੰਗ ਜੀ ਦਾ ਹੱਥ ਬਹੁਤ ਘੱਟ ਕੇ ਮਿਲਾਉਂਦੀ, ਬਹੁਤ ਫੜਿਆ ਗਿਆ ਹੱਥ ਮਿਲਾਉਣ ਨੂੰ। ਕਿੱਦਾਂ ਬਾਕੀ ਉਹਦਾ ਨਾਈਸ ਕੱਪਲ? ਨਹੀਂ ਚੱਪਲ ਦਾ ਨਹੀਂ, ਜੁੱਤੀ ਹੈ, ਉਹ ਸੈਂਡਲ ਵਾਲਾਂ ਦੀ ਹੈ, ਕਦੇ ਕਦੇ ਵਿਆਹ ਨੂੰ ਪਾਈ ਤੀ ਇੱਕ ਵਾਰੇ ਨੇ। ਯਾਰ ਬੜਾ ਲੇਟ ਹੋ ਗਏ ਤੁਸੀਂ, ਮੇਰਾ ਤਾਂ ਮੂੰਹ ਸੁੱਕ ਗਿਆ ਤੁਹਾਨੂੰ ਉਡੀਕਦਿਆਂ ਦਾ। ਮੇਰੀ ਬੱਸ ਲੇਟ ਹੋ। ਏਅਰਬੱਸ, ਏਅਰਬੱਸ ਪਲੇਨ ਨੂੰ ਕਿੱਦਾਂ ਏਅਰਬੱਸ ਕਹਿੰਦੇ ਆ? ਕਿ ਸੇਮ ਹੀ ਆ। ਸ਼ੁਕਰ ਮਨਾ ਵੀ ਮੈਂ ਟੱਕਰ ਗਿਆ ਇਹਨਾਂ ਨੂੰ, ਇਹ ਤਾਂ ਹੋਟਲੇ ਫਿਰਦੇ ਸੀ। ਚੰਗਾ ਟੈਲੀਫੋਨ ਐਕਸਚੇਂਜ, ਮੈਂ ਚੱਲਦਾ, ਸਤਿ ਸ੍ਰੀ ਅਕਾਲ। ਕਿੱਦਾਂ ਤੇ ਜੋਕਾ ਮਾਰਦਾ ਆ। ਯਾ ਆਈ ਨੋ, ਹੀ ਇਜ਼ ਅ ਫਨੀ ਗਾਈ, ਆਈ ਲਾਈਕ ਇਟ, ਨਾਈਸ ਪਲੇਸ ਹੈ। ਬਾਜੀ ਦੀਪਾ ਬਣਾ ਗਿਆ ਜੀ ਸਾਡੇ ਐਸ ਘਰ ਨੂੰ, ਕੱਪੜਾ ਲੈਣਾ ਹੀ ਬਾਹਰੋਂ ਉਹੀ ਭੇਜ ਦਿੰਦਾ, ਆਪਾਂ ਇੱਧਰ ਹੀ ਯੂਕੇ ਬਣਾ ਰੱਖੀ ਹੈ, ਖੁੱਲਾ ਖਾਈਦਾ ਪੀਦਾ। ਕਿੱਦਾਂ ਅਸੀਂ ਵੀ ਯੂਕੇ ਦੇ ਕਿਤੇ ਜੰਕ ਫੂਡ ਖਾ ਖਾ ਕੇ ਤੰਗ ਆਏ ਹੋ ਆ, ਇੱਥੇ ਤਾਂ ਕਿੱਦਾਂ ਹੁਣ ਸਾਗ ਨੂੰ ਗੇੜਾ ਦੇਣਾ ਹੀ ਆ। ਲੈ ਭੋਰਾ ਚਿੰਤਾ ਨਾ ਕਰੋ, ਸਾਗ ਖਵਾ ਖਵਾ ਕੇ ਥੋੜੀ ਧੁੰਨੀ ਹਰੀ ਕਰ ਦਾਂਗੇ, ਚਾਹੇ ਪਰਤਿਆ ਲਿਓ। ਧੁੰਨੀ ਪਰਤਿਆ ਲਿਓ? ਓ ਆਈ ਨੋ, ਲੋਕਲ ਲੈਂਗੁਏਜ ਯੂ ਨੋ। ਓਕੇ, ਦੇਸੀ ਆ, ਹਾਲੇ ਵੀ ਦੇਸੀ। ਅੱਛਾ ਉਹ ਕੀ ਕਿਤੇ ਮਿੱਠੇ? ਮੈਂ ਪੁੱਛ, ਮੇਰਾ ਨਾਮ ਮੋਹਣੀ ਹੈ, ਮਿੱਠੋ ਮੇਰੀ ਘਰ ਵਾਲੀ ਦਾ ਨਾਂ ਹੈ ਜੀ, ਉਹ ਕਹੋ ਦੱਸੋ ਕੀ ਹੈ? ਸੋ ਸੌਰੀ। ਕਿਤੇ ਮੈਂ ਪੁੱਛਣਾ ਮੰਗਦਾ ਸੀ, ਕਿਦਾਂ ਗੱਲਾਂ ਨਾਲ ਹੀ ਸਾੜਨਾ ਆ, ਕਿ ਸਾਨੂੰ ਰੂਮ ਵੀ ਦੇਣਾ ਆ ਕੋਈ? ਓ ਭਲੇ ਨੂੰ ਚੇਤੇ ਕਰਾਤਾ ਸ਼ੇਰੇ, ਸਮਾਜ ਚੱਕ ਵੀ ਬਾਈ ਹੋਰਾਂ ਦਾ ਕਮਰਾ ਦਿਖਾ ਇਹਨਾਂ ਨੂੰ, ਨਾ ਨੂੰ ਲੋ ਜਾ ਕੇ ਫੇਰ ਭੜਕਾਉਂਦੇ ਆ ਗਲਾਸੀਆਂ ਆਪਾਂ। ਸਕੌਚ ਕਿਹੜੀ ਲੈ ਕੇ ਆਏ ਹੋ? ਸਕੌਚ ਉਹ ਕਿਹੜਾ ਬੈਗ ਸਾਡਾ ਕਸਟਮ ਵਾਲੇ ਨੇ ਰੋਕਿਆ ਹੈ ਨਾ ਏਅਰਪੋਰਟ ਤੇ, ਕਿੱਦਾਂ ਉਹਦੇ ਚ ਆ ਸਕੌਚ? ਕਿੱਦਾਂ ਪਰਸੋਂ ਨੂੰ ਆਉਂਦੀ ਆ? ਇਹ ਕਸਟਮ ਵਾਲੇ ਖਤਮ ਤਾਂ ਨਹੀਂ ਕਰ ਦੇਣਗੇ ਪੀ ਕੇ? ਆਹੋ ਬਈ,
ਮੈਂ ਤੇ ਕਿਤੇ ਡੱਟ ਖੋਲ ਕੇ ਉਹਨਾਂ ਦੇ ਸਾਹਮਣੇ ਕਿਤੇ ਜੂਠੀ ਕਰਕੇ ਛੱਡ ਕੇ ਆਇਆ ਆ। ਕਿਤੇ ਜੂਠੀ ਨੂੰ ਹੱਥ ਨਹੀਂ ਲਾਉਂਦੇ ਆ ਉਹ ਯਾਰ? ਤੁਹਾਡੇ ਚੱਕਰਾਂ ਦੇ ਵਿੱਚ ਮੈਂ ਉਂਗਲਾ ਮਾਰ ਮਾਰ ਦੇਸੀ ਵੀ ਕੱਢਤੀ, ਸਕੋਚ ਵਾਲੇ ਏਅਰ ਫੋਰਸ ਤੇ ਤੁਰੀ ਫਿਰਦੀ ਆ। ਠੀਕ ਆ, ਆ ਸ਼ੇਰ ਦੇ ਮਗਰ ਮਗਰ ਨੂੰ ਹਲੋ। ਓਕੇ, ਸੀ ਯੂ ਗਾਇਸ। ਤੇਰੀ ਨਜ਼ਰ ਲੱਗੀ ਆ ਕਾਲੀ ਜੀਹ ਵਾਲੀ ਏ। ਕਿਵੇਂ ਟੁੱਟੇ ਜੇ ਸਾਈਕਲ ਤੇ ਤੁਰੇ ਫਿਰਦੇ ਹੋ ਤੁਸੀਂ ਬੰਦੇ ਹੋ ਕਿ ਝਾਵੇਂ? ਉਹ ਸੀਂਡਲਾ, ਮੈਂ ਰੈਟਾ ਮਾਰਨਾ ਛੱਡਵਾ ਤੇਰੇ ਕੰਨ ਤੇ। ਕਿਤੇ ਸੀਂਡਲ ਵੀਰ ਨਾਈਸ ਬੋਲੀ ਦਾ ਆ, ਕਿਤੇ ਪਤਾ ਹੋਣਾ ਚਾਹੀਦਾ ਬੋਲਣ ਦਾ ਕਿੱਦਾਂ। ਪਹਿਲਾਂ ਚਮਕੀਲੇ ਵਾਲਾ ਸੁਰ ਚੱਕਿਆ ਸੀ, ਹੁਣ ਹੋਰੂ ਜਿਹਾ ਬੋਲਦਾ। ਕੋਈ ਨੀ, ਫੇਰ ਦੇਖਾਂਗੇ। ਲੈ ਵੀ ਕਾਕਾ, ਕਰ ਲੈ ਦਰਸ਼ਨ ਹੋਣ ਵਾਲੇ ਸਹੁਰਿਆਂ ਦੇ। ਬੜੀਆਂ ਉਮੀਦਾਂ ਲੈ ਕੇ ਆਏ ਆ ਹੀਰ ਦੇ ਬਾਬਲਾ, ਖਾਲੀ ਹੱਥ ਨਾ ਮੋੜੀ। ਹੱਸਣਾ, ਜਿੱਥੋਂ ਜੂਨ ਦਾ ਰਾਹ ਮਿਲਦਾ ਹੋਏ ਉੱਥੇ ਸਰ ਝੁਕਾਉਣ ਚ ਕੋਈ ਹਰਸ ਨਹੀਂ। ਬੱਲੇ ਤੇ ਰਾਹ ਨਹੀਂ, ਦਿਸ਼ਾ ਕਿੱਦਾਂ ਸੇਮ ਹੀ ਆ, ਕਰੈਕਟਰ ਚ ਆ ਜਾ ਹੁਣ। ਬਣ ਜਾ ਫਿਰ ਕਿੱਦਾਂ ਯੂਕੇ ਵਾਲਾ ਬਣ ਜਾ ਕਿੱਦਾਂ। ਰੂਪ, ਡੂ ਯੂ ਸੀ ਦਿਸ ਹਾਊਸ? ਮੈਂ ਲਾਈਕ ਕੀਤਾ ਆ, ਇਹਦਾ ਕਿੱਦਾਂ ਡਿਜ਼ਾਈਨ ਬਹੁਤ ਵਧੀਆ ਆ। ਯੇ ਆਈ ਲਾਈਕ ਇਟ ਟੂ। ਅਬਰਾਡ ਦੇ ਕਿਸੇ ਨਕਸ਼ੇ ਦੀ ਕਾਪੀ ਕੀਤੀ ਲੱਗਦੀ ਆ। ਨਾਓ ਨਾਓ, ਮੈਨੂੰ ਕਿਤੇ ਕਾਪੀ ਨਹੀਂ ਲੱਗਦਾ, ਮੈਨੂੰ ਓਰੀਜਿਨਲ ਲੱਗਦਾ ਆ, ਕਿਸੇ ਨੇ ਆਪ ਬਣਾਇਆ ਆ। ਤੇ ਆਪਾਂ ਅੰਕਲ ਨੂੰ ਪੁੱਛ ਲੈਨੇ ਆ। ਯੇ ਆਈ ਡੋਨਟ ਮਾਈਂਡ। ਅੰਕਲ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਅੰਕਲ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਕਿੱਦਾਂ ਅੰਕਲ, ਤੁਸੀਂ ਸਾਡਾ ਫੈਸਲਾ ਕਰਾ ਸਕਦੇ ਆ? ਮੈਂ ਕਹਿੰਦਾ ਇਹ ਤੁਹਾਡੇ ਨਾਈਸ ਹਾਊਸ ਦਾ ਕਿਤੇ ਡਿਜ਼ਾਈਨ ਇੰਡੀਅਨ ਆ। ਮੈਂ ਕਹਿੰਦਾ ਕਿੱਦਾਂ ਇਹ ਬਾਹਰ ਦਾ ਆ। ਓਏ ਡਿਜ਼ਾਈਨ ਤਾਂ ਜੱਟ ਦਾ ਪਰਸਨਲੀ ਹੈ, ਪਰ ਹੈ ਬਾਹਰਲੇ ਸਟਾਈਲ ਦਾ। ਆਈ ਲਵ ਬ੍ਰੌਡ ਆਰਕੀਟੈਕਚਰ। ਵਾਓ ਵਾਓ ਵਾਓ। ਓਏ ਕਾਕਾ, ਤੈਨੂੰ ਕਿਤੇ ਦੇਖਿਆ ਲੱਗਦਾ ਅੰਕਲ? ਮੈਂ ਤਾਂ ਕਿਤੇ ਫਸਟ ਟਾਈਮ ਇੰਡੀਆ ਆਇਆ ਆ, ਹੁਣੇ ਲੈਂਡ ਕੀਤੀ ਅਸੀਂ। ਕਿੱਦਾਂ ਮੈਂ ਯੂਕੇ ਬੌਣੀ ਆ? ਕਿੱਦਾਂ ਮੈਂ ਇੱਕ ਪਿੱਕ ਲੈ ਸਕਦਾ? ਪਿੱਕ? ਫੋਟੋ, ਪਿਕਚਰ, ਸਨੈਪ? ਪਿਕਚਰ ਤਾਂ ਲੈ ਲਓ, ਪਰ ਤੁਸੀਂ ਡਿਜ਼ਾਈਨ ਦੀ ਨਕਲ ਨਹੀਂ ਮਾਰ ਸਕਦੇ। ਜੱਟ ਦਾ ਪਰਸਨਲ ਡਿਜ਼ਾਈਨ ਹੈ। ਥੈਂਕਸ, ਥੈਂਕਸ ਅ ਲੋਟ। ਕਿ ਤੂੰ ਵੀ ਵਿੱਚੇ ਆ ਜਾ, ਕਿ ਤੈਨੂੰ ਵੀ ਵਿੱਚੇ ਕੱਢ ਲੈਣਾ ਮੈਂ। ਆਓ ਆਓ ਆਓ, ਚਾਹ ਪਾਣੀ ਪੀਓ, ਆਓ। ਥੈਂਕ ਯੂ ਸੋ ਮਚ ਅੰਕਲ। ਅੱਛਾ ਪਹਿਲਾਂ ਇਹ ਦੱਸੋ ਮੁੰਡਿਓ, ਚਾਹ ਪੀਓਗੇ, ਕਾਫੀ ਪੀਓਗੇ, ਲੱਸੀ ਪੀਓਗੇ ਕਿ ਜੂਸ ਪੀਓਗੇ? ਕਿੱਦਾਂ ਚਾਹ ਹੀ ਲੋਟ ਰਹੂ? ਲੋਟ ਰਹੂ। ਆਓ। ਕਿੱਦਾਂ ਰੂਪ ਲਵਸ ਪੰਜਾਬੀ, ਯੂ ਨੋ, ਕਿੱਦਾਂ ਮਦਰ ਟੰਗ ਹੈ ਨਾ। ਕੀ ਕਿਹਾ ਸੀ ਤੁਸੀਂ, ਕਿੱਥੋਂ ਆਏ ਹੋ? ਅਸੀਂ ਯੂਕੇ ਦੇ ਅੰਕਲ, ਕਿੱਦਾਂ ਬੋਰਨ ਬਰੋਟ ਅਪ ਹਾਂ ਯੂਕੇ ਦੇ। ਵਾਹ ਬਈ ਵਾਹ ਮੁੰਡਿਓ, ਭਾਗਾਂ ਵਾਲੇ ਹੋ ਜਿਹੜਾ ਉੱਥੇ ਜੰਮੇ ਪਲੇ ਹੋ। ਇੰਡੀਆ ਦਾ ਬੰਦਾ ਬਸ ਹਾਜ਼ਰੀ ਲਾਉਣ ਲਈ ਜੰਮਦਾ ਹੈ। ਕਿੱਦਾਂ ਬਾਹਰ ਹੀ ਅੱਕੇ ਲੱਗਦੀ ਹੋ ਇੰਡੀਆ ਤੋਂ? ਤੁਸੀਂ ਤਾਂ ਬਾਹਰ ਦੇਖੇ ਹੀ ਹੈ, ਇੱਥੇ ਵੀ ਦੇਖ ਲਓਗੇ, ਕੋਈ ਬਰਾਬਰੀ ਥੋੜੀ ਹੈ। ਕਿੱਥੇ ਉਹ ਸਵਰਗ, ਕਿੱਥੇ ਸਾਡਾ ਨਰਕ? ਉਹ ਤੇ ਆ, ਪਰ ਇਹ ਵੀ ਨਾਈਸ ਆ। ਕੋਈ ਨੀ, ਹੌਲੀ ਹੌਲੀ ਦੇਖ ਲਓਗੇ, ਤੁਸੀਂ ਨਵੇਂ ਨਵੇਂ ਆਏ ਹੋ। ਭਰਾਓ ਤੁਸੀਂ? ਨੋ, ਕਿੱਦਾਂ ਅਸੀਂ ਫਰੈਂਡ ਹੀ ਆ, ਬਟ ਲਾਈਕ ਬ੍ਰਦਰਸ, ਯੂ ਨੋ। ਕਿੱਦਾਂ ਕੱਲਾ ਪੋਤੇ ਆ ਘਰ ਜਾਂਦਾ, ਟੂ ਮੱਚ ਵਿਗੜਿਆ ਯਾ। ਵਿਗੜਿਆ ਮੀਨਸ ਕਹਿੰਦਾ ਮੈਂ ਕਿੱਦਾਂ ਵਿਆਹ ਕਰਾਉਣਾ, ਕਿੱਦਾਂ ਤੇ ਇੰਡੀਆ ਜੀ ਕਰਾਉਣਾ, ਨਹੀਂ ਤੇ ਕਿੱਦਾਂ ਵਿਆਹ ਹੀ ਨਹੀਂ ਕਰਾਉਣਾ। ਉਹ ਮੈਂ ਕਿਹਾ ਕਿੱਦਾਂ ਰਾਵ ਜੀ ਜੀਤ। ਕਿੱਦਾਂ ਮੇਰੀ ਮੋਮ ਦੀ ਵਿਸ਼ ਆ ਤੇ ਮੈਂ ਪੰਜਾਬ ਚ ਵਿਆਹ ਕਰਾਉਣਾ ਮੰਗਦਾ। ਇਹ ਤੇ ਕਿੱਦਾਂ ਮੁੰਡਾ ਬਹੁਤ ਸਰਕਾਰੀ ਆ। ਸੰਸਕਾਰੀ ਹੁੰਦਾ ਪੁੱਤ, ਸੰਸਕਾਰੀ ਛੇਵੇਂ ਹੀ ਆ। ਕਾਕਾ ਮੈਨੂੰ ਪੱਕਾ ਲੱਗਦਾ ਆਪਾਂ ਮਿਲੇ ਆ ਕਿਤੇ ਨਾ। ਕਿੱਦਾਂ ਅੰਕਲ, ਮੈਂ ਤਾਂ ਫਸਟ ਟਾਈਮ ਇੰਡੀਆ ਆਇਆ ਆ ਯੂਕੇ ਤੋਂ। ਹੋ ਸਕਦਾ ਕਿਤੇ ਯੂਕੇ ਗਏ ਹੋਵੋਗੇ, ਉੱਥੇ ਕਿਤੇ ਦੇਖਿਆ ਹੋਣਾ ਆ ਮੈਨੂੰ ਫੈਡੇ ਨੂੰ। ਨਾ ਯੂਕੇ ਤਾਂ ਨਹੀਂ, ਮੈਂ ਜਰਮਨ ਰਿਹਾ 2.5 ਸਾਲ 1969 ਚ, ਫਿਰ ਆ ਜ਼ਮੀਨ ਦੇ ਚੱਕਰ ਚ ਵਾਪਸ ਮੁੜ ਹੀ ਨਹੀਂ ਹੋਇਆ। ਉਹ ਕਿੱਦਾਂ ਕਿੱਦਾਂ ਮੈਨੂੰ ਹੁਣ ਸਮਝ ਆਈ ਆ, ਕਿੱਦਾਂ ਅਸੀਂ ਕਲੋਨੇ ਮਿਲੇ ਹੋਣੇ ਆ। ਲੈ, ਕਲੋਨਾ ਤਾਂ ਕੈਨੇਡਾ ਚ ਨੀ ਯਾ? ਕਿੱਦਾਂ ਕੈਨੇਡਾ ਵੀ ਹੋਊਗਾ ਜੀ, ਪਰ ਕਿੱਦਾਂ ਜਰਮਨ ਹੈਗਾ ਯਾ ਕਲੋਨਾ? ਮੈਂ ਤਾਂ ਬੰਦੇ ਭੇਜੇ ਆ ਉੱਥੇ। ਕਿੱਦਾਂ ਲੰਡਨ ਚ ਮੇਰਾ ਬਿਜ਼ਨਸ ਹੈ ਨਾ ਬਹੁਤ ਵੱਡਾ, ਕਿੱਦਾਂ ਬੰਦੇ ਮੈਂ ਸਟਾਫ ਦੇ ਉੱਥੇ ਕਿੱਦਾਂ ਭੇਜਦਾ ਹੀ ਫਿਰ ਆਪਣੇ ਰਹਿਣਾ। ਚੰਗਾ ਜੀ, ਕਿੱਦਾਂ ਅਸੀਂ ਚੱਲਦੇ ਆ? ਨਾ ਕਾਕੇ, ਜਿੱਦਾਂ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ।
ਕਿਤੇ ਫੇਰ ਪੀ ਲਵਾਂਗੇ ਹੁਣ ਤਾਂ ਕਿਦਾਂ ਆਉਂਦੇ ਰਹਿਣਾ ਢਾਡੇ ਵਾਲਾ ਸੀ ਅੱਛਾ ਜੇ ਕਿਤੇ ਆਉਣ ਜਾਣ ਲਈ ਗੱਡੀ ਦੀ ਲੋੜ ਪਵੇ ਤਾਂ ਸੰਗੇ ਹੋ ਨਾ 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 ਕਿਦਾਂ ਅਸੀਂ ਜ਼ਰੂਰ ਦੱਸਣਾ ਹੈ ਜੀ ਕਿਦਾਂ ਹਾਂ ਚੱਲਦੇ ਭਈਆ ਮੁੰਡਾ ਤਾਂ ਮੈਨੂੰ ਬਹੁਤ ਜਚਿਆ ਤੇਰਾ ਕੀ ਖਿਆਲ ਹੈ ਨਾ ਤੁਹਾਨੂੰ ਤਾਂ ਬਾਹਰਲੇ ਸਾਰੇ ਹੀ ਚੰਗੇ ਲੱਗਦੇ ਆ ਨਹੀਂ ਦਿਸ਼ਾ ਨੂੰ ਵੀ ਮੈਨੂੰ ਲੱਗਦਾ ਹੈ ਬਹੁਤ ਚੰਗਾ ਲੱਗੂ ਘਰ ਪਿੱਛੋਂ ਵੜਦਾ ਪਹਿਲਾਂ ਮੈਨੂੰ ਸਕਾਚ ਚੜਾਉਂਦਾ ਚੜਾਉਣ ਨੂੰ ਗਾਹ ਤੂੰ ਸਹੁਰਿਆ ਨੌ ਬੱਤੀਆਂ ਵਾਲਾ ਪੀ ਰਿਹਾ ਕਿਉਂ ਤੁਸੀਂ ਸਵਾਦ ਖਰਾਬ ਕਰ ਰਹੇ ਹੋ ਮੋਣੀ ਤੂੰ ਨਾ ਦਿਲੀਪ ਸਿੰਘ ਢਿੱਲੋਂ ਨੂੰ ਜਾਣਦਾ ਹੈ ਉਹ ਜਰਮਨ ਵਾਲਾ ਹਾਂ ਜਾਣਦਾ ਉਹ ਕਿਹੋ ਜਿਹਾ ਬੰਦਾ ਹੈ ਬੰਦਾ ਠੀਕ ਹੈ ਵਧੀਆ ਜ਼ਮੀਨ ਜਾਇਦਾਦ ਬਹੁਤ ਹੈ ਕੱਲੀ ਹੋਈ ਕੁੜੀ ਹੈ ਉਹਦੀ ਪਰ ਇੱਕੋ ਹੀ ਗੱਲ ਤੇ ਅੜਿਆ ਹੋਇਆ ਕਹਿੰਦਾ ਕੁੜੀ ਨੂੰ ਬਾਹਰ ਪਿਆਉਣ ਮੁੰਡਾ ਲੱਭਿਆ ਜਿੱਦਾਂ ਉਹਨੂੰ ਪਤਾ ਨੀ ਕਹਿੰਦਾ ਬਾਹਰ ਤੁਸੀਂ ਵੀ ਤਾਂ ਬਾਹਰ ਲਿਆ ਤੁਹਾਡੀ ਗ੍ਰਾਮਾਂ ਗੱਲ ਨਹੀਂ ਕੱਲੇ ਤੇਰੀ ਪਰ ਉਹ ਵੀ ਤਾਂ ਜੇ ਸਕਾਚ ਮਿਲੂ ਓਏ ਸਕਾਚ ਦੀ ਕਿਹੜੀ ਗੱਲ ਮੁੰਡੇ ਦੀ ਗੱਲ ਤੋਰ ਸਕਾਚ ਵੇਚ ਨੂੰ ਗੋਤੇ ਦੇ ਦੇਣਗੇ ਸਕਾਚ ਦੇ ਵਿੱਚੋਂ ਬੁਲੰਦ ਬੁਲ ਕਰਕੇ ਨਿਕਲੂਗਾ ਬਾਹਰ ਪਹਿਲਾਂ ਲੋਕ ਦਾਰੂ ਪੀ ਕੇ ਅੰਗਰੇਜ਼ੀ ਬੋਲਦੇ ਆ ਪਹਿਲੇ ਬੰਦੇ ਆ ਜਿਹੜੇ ਦੇਸੀ ਬੋਲੀ ਜਾਂਦੇ ਆ ਲੈ ਬੇਚਿੰਤ ਹੋ ਜਾਓ ਤੁਹਾਡਾ ਕੰਮ ਹੋ ਜੂਗਾ ਕੱਚੇ ਬੋਤਲ ਓਏ ਜੋ ਸਰਦਾਰਾਂ ਦਾ ਹੁਕਮ ਹੈਲੋ ਪਾਪਾ ਹਾਉ ਆਰ ਯੂ ਆਲ ਗੁੱਡ ਬੇਟਾ ਤੂੰ ਸੁਣਾ ਬਸ ਤੁਹਾਨੂੰ ਤੇ ਮੰਮਾ ਨੂੰ ਮਿਸ ਕਰ ਰਹੀ ਹਾਂ ਬਸ ਆ ਜਾ ਫਿਰ ਸਵੇਰੇ ਹੈਂ ਤੈਨੂੰ ਮਿਲਾਉਣਾ ਹੈ ਕਿਸੇ ਨਾਲ ਕੋਈ ਐਨਰਾ ਤਾਂ ਨਹੀਂ ਮਿਲ ਗਿਆ ਕਿਹਦੇ ਨਾਲ ਮਿਲਾਉਣਾ ਪਾਪਾ ਬੇਟਾ ਦੋ ਮੁੰਡੇ ਆਏ ਯੂਕੇ ਦੇ ਉਹਨਾਂ ਵਿੱਚੋਂ ਇੱਕ ਤੇਰੇ ਲਈ ਪਰਫੈਕਟ ਮੈਚ ਹੈ ਓ ਗੋਡ ਪਾਪਾ ਤੁਹਾਨੂੰ ਤਾਂ ਸਾਰੇ ਐਨਆਰਆਈ ਚੰਗੇ ਲੱਗਦੇ ਨੇ ਨਹੀਂ ਪੁੱਤ ਮੇਰੇ ਕਹੇ ਤੇ ਤੂੰ ਇੱਕ ਵਾਰੀ ਉਹਨੂੰ ਮਿਲ ਲੈ ਓਕੇ ਆ ਜਾਊਂਗੀ ਆ ਜਾ ਪੁੱਤ ਟਾਈਮ ਸਿਰ ਆ ਗਈ ਆ ਜਾਊਂਗੀ ਪਾਪਾ ਰੱਖਦੀ ਹਾਂ ਹੁਣ ਬਾਏ ਜੀਤ ਗੁਰ ਆਪਾਂ ਤਾਂ ਹਾਂ ਕਰਨੀ ਨੀ ਪਾਪਾ ਨੂੰ ਕਾਸ਼ ਮੇਰੇ ਡੈਡੀ ਵੀ ਕੋਈ ਐਨਆਰਆਈ ਮੁੰਡਾ ਢੂੰਡਣ ਕਿੰਦਰ ਤਾਂ ਬਿਨਾਂ ਦੇਖੇ ਹਾਂ ਕਰ ਦੂਗੀ ਦੋ ਆਏ ਨੇ ਪਾਪਾ ਨੇ ਤਾਂ ਮੇਰੇ ਲਈ ਇੱਕ ਹੀ ਪਸੰਦ ਕੀਤਾ ਹੈ ਮਰ ਕੇ ਕਿੰਦਰ ਕਰਾ ਦੇ ਦੂਸਰੇ ਨਾਲ ਸੈਟਿੰਗ ਮੈਂ ਤਾਂ ਕਹਾਂ ਇੰਡੀਆ ਨੂੰ ਬਾਏ ਬਾਏ ਟਫਰ ਤੇਰਾ ਦਿਮਾਗ ਸੈੱਟ ਆ ਮੁੰਡਾ ਦੇਖਿਆ ਨੀ ਕੀਤਾ ਨੀ ਐਵੇਂ ਕਿਵੇਂ ਵਿਆਹ ਕਰਾ ਲੇਂਗੀ ਦੇਖੋ ਉਹਨੂੰ ਕੀ ਹੈ 6 ਫੁੱਟ ਨੀ ਤੇ 5 ਦਾ ਹੋਊਗਾ ਜ਼ਿਆਦਾ ਸੋਹਣਾ ਨੀ ਤੇ ਘੱਟ ਹੋਊਗਾ ਕਿੰਦਰ ਨੂੰ ਕੋਈ ਫਰਕ ਨੀ ਪੈਂਦਾ ਆਪਾਂ ਨੂੰ ਤਾਂ ਬਸ ਬਾਹਰ ਜਾਣਾ ਓਕੇ ਤੇਰਾ ਫੰਡਾ ਤਾਂ ਬੜਾ ਕਲੀਅਰ ਆ ਚੱਲੀ ਮੇਰੇ ਨਾਲ ਪਿੰਡ ਮੇਰਾ ਤਾਂ ਕੀ ਹੋਣਾ ਤੈਨੂੰ ਸੈੱਟ ਕਰਾ ਦਾਂਗੇ ਹਾਂ ਮੈਂ ਤਾਂ ਕਹਿੰਦੀ ਤੂੰ ਵੀ ਹਾਂ ਕਰਦੀ ਕਿੱਠੀਆਂ ਜਾਵਾਂਗੀ ਬਾਹਰ ਕਿੰਦਰ ਤੇਰਾ ਮਨ ਲੱਗ ਕੇ ਰੱਖਿਆ ਕਰੇਗੀ ਲੈ ਹੁਣੇ ਤੇਰੀ ਸਿਫਾਰਿਸ਼ ਕਰਦੇ ਨੇ ਕਿੰਦਰ ਕੁਰੇ ਗੁੱਡ ਆਫਟਰਨੂਨ ਸਰ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਬੇਟਾ ਕੀ ਗੱਲ ਬਾਹਰ ਬੈਠੇ ਧੁੱਪਾਂ ਪੈ ਸਕਨੇ ਹੋ ਕਦੇ ਅੰਦਰ ਜਾ ਕੇ ਲਾਇਬ੍ਰੇਰੀ ਦੀਆਂ ਠੰਡਕਾਂ ਵੀ ਮਾਣ ਲਿਆ ਕਰੋ ਬੇਟਾ ਬਸ ਜਾ ਹੀ ਰਹੇ ਸੀ ਡੈਡ ਸਰ ਕਿੰਦਰ ਕਹਿੰਦੀ ਸੀ ਕਿ ਚਲ ਛੱਡੋ ਸ਼ਰਮਾਂਦੇ ਕਾਇਓ ਪੁੱਤਰ ਦੱਸੋ ਨਾ ਕੀ ਗੱਲ ਹੈ ਨਹੀਂ ਡੈਡੀ ਇਹ ਕਹਿੰਦੀ ਸੀ ਜੇਕਰ ਕਿੰਦਰ ਲਈ ਕੋਈ ਐਨਆਰਆਈ ਮੁੰਡਾ ਢੂੰਡੇ ਤੇ ਕਿੰਦਰ ਡੈਡੀ ਹਾਂ ਕਹਿਣਗੇ ਨੋਟੀ ਬੜਾ ਨੋਟੀ ਹੈ ਸੰਦਾ ਕਿੰਦਰ ਪੁੱਤਰ ਓਏ ਦੇਸੀ ਹੋਵੇ ਭਾਵੇਂ ਐਨਆਰਆਈ ਅਸਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਲੱਭਣਾ ਤੁਸਾਂ ਨੂੰ ਆਪ ਹੀ ਪੈਣਾ ਅਸਾਂ ਦੇ ਕੋਲ ਟਾਈਮ ਹੈ ਨਹੀਂ ਹੈ ਹਾਂ ਨਹੀਂ ਕਿੰਦਰੇ ਕਾਸ਼ ਮੇਰੇ ਪਾਪਾ ਵੀ ਤੇਰੇ ਪਾਪਾ ਵਰਗੇ ਹੁੰਦੇ ਤੇ ਹਿਸਟਰੀ ਪੜਾਉਂਦੇ ਹੁੰਦੇ ਸੁਣ ਤੈਨੂੰ ਮੁੰਡਾ ਪਸੰਦ ਆਏ ਨਾ ਆਏ ਆਪਣੀ ਪੱਕੀ ਹਾਂ ਹੈ ਚੱਲ ਤੂੰ ਵੀ ਕੀ ਯਾਦ ਰੱਖੇਗੀ ਲੈ ਚੱਲਦੇ ਹਾਂ ਤੈਨੂੰ ਪਿੰਡ ਅੱਗੇ ਤੇਰੇ ਪਾਗ ਲੱਛੀਏ ਸੋ ਨਾਈਸ ਆਫ ਯੂ ਹੁਣ ਦੇਖੀ ਕਿੰਦਰ ਦਾ ਨਿਸ਼ਾਨਾ ਜੇ ਜਾਂਦਾ ਹੀ ਕੇਵਲ ਉਹਨਾਂ ਫੁੰਟਦਾ ਤਾਂ ਸਾਨੂੰ ਕਿੰਦਰ ਕੀ ਨੇ ਕਹਿਣਾ ਵਾਹ ਕਿਆ ਪੰਜਾਬੀ ਬੋਲੀ ਆ ਫੁੰਟਾ ਕੈਨੂੰ ਕੀ ਲੱਗਦਾ ਦਿਸ਼ੋ ਮੰਜੂ ਕੀ ਕਹਿ ਸਕਦੇ ਆ ਪਹਿਲੀ ਵਾਰੀ ਤਾਂ ਮਿਲੇ ਆ ਹਲੇ ਹਾਂ
ਤੁਹਾਨੂੰ ਨਾ ਪਹਿਲੇ ਕਿਤੇ ਦੇਖਿਆ ਲੱਗਦਾ ਹੈ। ਮੀ? ਯੈਸ। ਮੈਂ ਤਾਂ ਜਦੋਂ ਪਹਿਲੀ ਵਾਰੀ ਇੰਡੀਆ ਆਇਆ ਹਾਂ। ਓਕੇ। ਹਾਂ, ਮੇ ਬੀ ਤੁਹਾਡੀ ਸੋਚ ਨੇ ਮੇਰੀ ਪਿਕਚਰ ਬਣਾ ਲਈ ਹੋਏ। ਜੇ ਤਾਂ ਖਿਆਲ ਹੈ ਜੀ। ਵੈਰੀ ਫਨੀ। ਕਿੱਥੋਂ ਦੇ ਹੋ? ਗਿੱਲਾਂ ਦੇ। ਗਿੱਲਾਂ ਦੇ? ਜਿੱਦਾਂ ਗਿਲਫਰਡ ਸਟਰੀਟ ਹੈ ਲੰਡਨ 'ਚ, ਸਾਡੇ ਸਰਕਲ ਦੇ ਲੋਕੀ ਗਿੱਲਾਂ ਦੀ ਬੀਹੀ ਕਹਿੰਦੇ ਆ ਜਿੱਦਾਂ। ਓਹੋ, ਲੰਡਨ ਰਹਿੰਦੇ ਹੋ ਯੂ ਮੀਨ? ਯਾ। ਕਿੰਦਨ ਦਾ ਜੀ, ਤੁਹਾਡੀ ਪੱਗ ਸੋਹਣੀ ਲੱਗੀ ਹੈ। ਇਹਦਾ ਬਾਈ ਦਾ ਵੀ ਕਿੰਦੜ ਕੌਣ ਆ? ਮੈਂ ਤੁਹਾਡੇ ਸਾਹਮਣੇ। ਓਹ, ਇਸ ਦਾ ਯੂ ਕਿਤੇ ਤੁਹਾਡਾ ਨਾਂ ਹੈ ਕਿੰਦੜ? ਓ, ਮੈਂ ਲਾਈਕ ਕੀਤਾ ਜਾਂ ਕਿਤੇ ਬਹੁਤ ਸੋਹਣਾ ਨਾਂ ਹੈ ਕਿੰਦੜ, ਪਰ ਕਿਤੇ ਤੁਸੀਂ ਮਾਈਂਡ ਨਹੀਂ ਕਰਦੀ ਤਾਂ ਮੈਂ ਕਿੰਦੜ ਦੀ ਥਾਂ ਤੇ ਤੁਹਾਨੂੰ ਕਿੰਦੀ ਕਹਿ ਸਕਦੀ ਹਾਂ। ਤੁਸੀਂ ਕਿੰਦੀ ਕਹੋ ਚਾਹੇ ਪਿੰਡੀ, ਕੋਈ ਫਰਕ ਨਹੀਂ ਪੈਂਦਾ, ਪਰ ਤੁਸੀਂ ਕੁਝ ਕਹੋ। ਤੁਹਾਡਾ ਨਾਮ ਕੀ ਹੈ? ਡੀਜੇ। ਕੰਮ ਨੀ, ਨਾਮ ਨਹੀਂ? ਕਿਤੇ ਮੇਰੇ ਨਾਮ ਹੈ ਡੀਜੇ, ਦਲਜੀਤ ਤੋਂ ਬਣਿਆ ਆ ਡੀਜੇ। ਸੋਹਣਾ ਨਾਮ ਹੈ। ਕਿੱਦਾਂ ਬਾਹਰ ਤਾਂ ਏਦਾਂ ਹੀ ਨਾਂ ਰੱਖ ਲੈਂਦੇ, ਜਿੱਦਾਂ ਡੀਜੇ, ਏਜੇ, ਐਸਜੇ, ਕਿੱਦਾਂ ਕਿਸੇ ਨੂੰ ਕੁਛ ਵੀ ਚੰਗਾ ਲੱਗਦਾ ਉਹੀ ਕਿਤੇ ਨਾਮ ਰੱਖ ਲੈਂਦਾ ਹੀ ਹੈ। ਸੋਹਣਾ ਨਾਮ ਹੈ। ਸਾਡਾ ਤਾਂ ਕਿੱਦਾਂ ਨਾਮ ਹੀ ਸੋਹਣਾ ਹੀ ਹੈ। ਕਿੰਦਰ ਤਾਂ ਕਿੱਦਾਂ ਸਾਰੀ ਬੜੀ ਸੋਹਣੀ ਹੈ। ਥੈਂਕ ਯੂ। ਜਿੱਦਾਂ ਮੈਂ ਪੰਜਾਬ ਦੇਖਣਾ ਮੰਗਦਾ ਹਾਂ। ਮੰਗਣ ਦੀ ਕੀ ਲੋੜ ਆ? ਅੱਜ ਜਿਹੜਾ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਨਾ, ਆਹੀ ਪੰਜਾਬ ਹੈ। ਪਰ ਜਿੱਦਾਂ ਇਹ ਐਗਰੀਕਲਚਰ ਆ ਤੇ ਘਰ ਆ, ਮੈਂ ਤਾਂ ਪੰਜਾਬ ਦਾ ਪਿਓਰ ਕਲਚਰ ਵੇਖਣਾ ਮੰਗਦਾ ਹਾਂ। ਓ ਓਕੇ, ਯੂ ਮੀਨ ਜਿੱਦਾਂ ਕਿ ਗੱਜੇ, ਖੂਹ? ਯੇ, ਜਿੱਦਾਂ ਓਲਡ ਟਾਈਪ ਪੰਜਾਬ, ਰਾਈਟ? ਜਿੱਦਾਂ ਤੁਸੀਂ ਕਾਪੀ ਪੇਸਟ ਬਹੁਤ ਗੁੱਡ ਕੀਤਾ ਹੈ, ਪਰ ਮੈਂ ਹਜੇ ਵੀ ਉਹੀ ਪੰਜਾਬ ਵੇਖਣਾ ਮੰਗਦਾ, ਓਲਡ ਇਜ਼ ਗੋਲਡ। ਜਿੱਦਾਂ ਤੁਸੀਂ ਨਾ ਥੋੜਾ ਜਿਹਾ ਲੇਟ ਹੋ ਗਏ, ਆਈ ਮੀਨ 40-50 ਸਾਲ ਪਹਿਲਾਂ ਆਉਣਾ ਸੀ, ਹੁਣ ਤਾਂ ਪੰਜਾਬ ਮਾਡਰਨ ਹੋ ਗਿਆ। ਹਾਈ ਟੈਕ, ਯੂ ਨੋ, ਜਿੱਦਾਂ ਅਪ ਟੂ ਡੇਟ ਤਾਂ ਅਸੀਂ ਵੀ ਆਪਣੇ ਆਪ ਨੂੰ ਫੁੱਲ ਰੱਖੀਦਾ ਆ। ਕੈਨ ਆਈ ਆਸਕ ਯੂ ਸਮਥਿੰਗ? ਵੈਰੀ ਪਰਸਨਲ, ਡੋਨਟ ਮਾਈਂਡ। ਯਾ, ਸ਼ੂਰ। ਕਿੰਨੇ ਕੁ ਗਰਲਫ੍ਰੈਂਡਸ ਨੇ ਤੁਹਾਡੀਆਂ? ਨਾ, ਕਿੱਦਾਂ ਕੱਚੀਆਂ ਆਈਆਂ, ਹੈਲੋ ਹਾਈ ਵਾਲੀਆਂ, ਨੇਬਰਹੁੱਡ ਚ ਆ ਕਿੱਦਾਂ ਸਾਰੀਆਂ? ਉਹ ਤਾਂ ਪੱਕੀ ਹੈ ਨਹੀਂ ਕੋਈ ਵੀ। ਤੇ ਫਿਰ ਤੁਸੀਂ ਕਹਿੰਦੇ ਨਾ ਆਪਣੀ ਪੱਕੀ ਗਰਲਫ੍ਰੈਂਡ ਬਣਾ ਲੈਣਾ। ਯੂ ਸ਼ੂਰ? ਓ ਮਾਈ ਗਾਡ, ਕੀ ਹੋਇਆ? ਤੁਹਾਡੇ ਹੱਥ ਬੜੇ ਸਖਤ ਨੇ। ਨਾ, ਉਹ ਕਿਤੇ ਜੋਬਾਂ ਕਰਦੇ ਨਾ, ਹਾਰਡ ਵਰਕ ਕਰਨਾ ਪੈਂਦਾ, ਜਾਂ ਕਿੱਦਾਂ ਟਰਾਲਾ ਚਲਾਉਂਦਾ ਹੈ, ਸਟੇਰਿੰਗ ਨਾਲ ਹੱਥ ਹਾਰਡ ਹੋਏ ਹੋ ਆ। ਕਿੱਦਾਂ ਹੱਥ ਹੀ ਸਖਤ ਆ, ਦਿਲ ਤਾਂ ਨਰਮੇ ਹੀ ਆ, ਸਪੰਜ ਵਰਗਾ। ਕਿੰਦੇ ਨੇ ਵੀ ਹੁਣ ਪਾਣੀ ਬਣ ਕੇ ਸਪੰਜ ਸਮਾ ਜਾਣਾ। ਇੱਦਾਂ ਨਾ ਕਰ, ਕਿੱਦਾਂ ਮੈਂ ਕੋਠੇ ਹੋ ਛਾਲ ਮਾਰ ਦੇਣੀ ਆ। ਕਿੱਦਾਂ ਛਾਲ ਤੁਸੀਂ ਮਾਰਨੀ ਆ, ਮਾਰ ਕਿੰਦੇ ਨੇ ਜਾਣਾ? ਅਸੀਂ ਤੁਹਾਡੇ ਕਾਲਜ 'ਚ ਆ ਸਕਦੇ ਹਾਂ ਜਿਹਦੇ ਗੈਸਟ ਹੈ? ਕਾਲਜ? ਯਾ, ਜ਼ਰੂਰ ਆਇਓ ਕਾਲਜ, ਪਰ ਇੱਕ ਰਿਕੁਐਸਟ ਹੈ, ਨਾ ਨਾ ਕਰਿਓ। ਲੈ, ਰਿਕੁਐਸਟ ਕਰਕੇ ਸਾਡੀ ਬੇਇੱਜ਼ਤੀ ਨਾ ਕਰੋ, ਆਪ ਜੀ ਹੁਕਮ ਕਰੋ। ਮੈਂ ਨਾ, ਮੈਂ ਆਪਣੇ ਦੋਸਤਾਂ ਨੂੰ ਸਰਪ੍ਰਾਈਜ਼ ਦੇਣਾ ਚਾਹੁੰਦੀ ਹਾਂ, ਜਦੋਂ ਤੁਸੀਂ ਮੈਨੂੰ ਮਿਲਣ ਲਈ ਆਇਓ ਤਾਂ ਗੱਡੇ ਤੇ ਆਇਓ। ਗੱਡਾ ਗੱਡੇ ਤੇ ਹੁਣ ਤੁਸੀਂ ਨਾ ਕਹੋਗੇ ਨਾ? ਨਹੀਂ ਨਹੀਂ ਨਹੀਂ, I love gadda. Really? Yeah, gadda. Great. Gadda ji ke to milu tai aayega vlatiye. Ki lor si ami bharan de kudi khedda kardi hai sade naal, karde hain kuch gaad. Oh yaar, gadde te kal ja ke jaloos kadona si. ਗੱਡੇ ਬਿਨਾਂ ਪਤਾ ਨੀ ਕਿਹੜਾ ਗੱਡਾ ਆੜਿਆ ਖੜਾ ਯਾਰ, ਉਹਦਾ ਪਰਖਦੀ ਹੈ ਸਾਨੂੰ, ਜੱਟ ਨੇ ਵੀ ਫੇਲ ਨਹੀਂ ਹੋਣਾ। ਨਾਲੇ ਮੇਰਾ ਕੰਮ ਤਾਂ ਹੋ ਗਿਆ, ਤੂੰ ਬੜਾ ਔਖਾ ਹੈ, ਤੂੰ ਨਿਕਲ ਜਾ ਕਰ ਆਪਣਾ ਕੰਮ। ਅੱਛਾ, ਐ ਵਿਚਾਲੇ ਛੱਡ ਕੇ ਕਿਵੇਂ ਨਿਕਲ ਜਾ? ਯਾਰੀ ਪਗਾਉ ਪੂਰੀ। ਮੈਨੂੰ ਪਤਾ ਹੈ ਤੂੰ ਕਿਹੜੀ ਯਾਰੀ ਨਿਭਾਉਣ ਦੀ ਗੱਲ ਕਰ ਰਿਹਾ। ਫਿਰ ਮੁੜਨ ਨੂੰ ਕਿਉਂ ਕਹਿਣਾ? ਹੈ ਸਮਝੀਦਾ ਹੁੰਦਾ ਵੀਰੇ, ਤੇਰੇ ਵੀ ਤੋਤੇ ਉੱਡ ਗਏ ਵੀਰੇ। ਬਸ ਕਿੰਡੀ ਨੇ ਦਿਲ ਚ ਫੂਕ ਐਸੀ ਮਾਰੀ, ਦਿਲ ਦੇ ਤੋਤੇ ਫੁਰ। ਇਹ ਕਿਹਨੂੰ ਕਿਹਾ ਬਈ? ਤੂੰ ਧਾਰਾਂ ਲੈਣੀਆਂ ਹੈ ਮੁਨੀ ਵੀਰੇ, ਆਜਾ ਬਹਿ ਜਾ।
ਅਸੀਂ ਤੇਰੇ ਵਾਂਗੂ ਬੋਲਣ ਦੀ ਪ੍ਰੈਕਟਿਸ ਕਰਦੇ ਪਏ ਆ। ਜਿੱਦਾਂ ਅਸੀਂ ਪੰਜਾਬ ਆਏ ਆ ਕੁਝ ਸਿੱਖ ਕੇ ਜਾਣਾ ਮੰਗਦੇ ਆ। ਝੋਟੇ ਦੇ ਘਰੋਂ ਲੱਸੀ ਮੰਗਣ ਵਾਲੀ ਗੱਲ ਆ। ਅੱਛਾ ਕਿੰਨੇ ਗੱਡੇ ਚਾਹੀਦੇ? ਇੱਕ। ਕਦ? ਸਵੇਰੇ। ਚਿੰਗਾਰਿਆ ਮਿਲੂ ਬਲਦਾਂ ਦੇ ਨਾਲ। ਬੋਲ ਲੈ, ਇਹ ਤਾਂ ਕਿੱਦਾਂ ਗੱਲ ਬਣ ਗਈ ਆਪਣੀ? ਆਏ ਕਿਵੇਂ ਬਣ ਗਈ ਗੱਲ? ਮੇਰੀ ਸਕਾਚ ਆ। ਲੈ ਸਕਾਚ ਦੀ ਕਿਹੜੀ ਗੱਲ, ਬੋਰੀਆਂ ਭਰ ਦੇਣੀਆਂ ਤੈਨੂੰ ਸਕਾਚ ਦੀਆਂ। ਫੇਰ ਭਾਵੇਂ ਨਹੀਂ ਚੱਲੀ। ਲੈ ਫੇਰ ਬਣ ਗਈ ਗੱਲ, ਰੱਬ ਨੇ ਦਿੱਤੀਆਂ ਗਾਜਰਾ ਵਿੱਚ ਹੀ ਰੰਬਾਰਕ। ਤੈਨੂੰ ਆ ਵੀ ਆਉਂਦਾ? ਕਿੱਦਾਂ ਮਟਰ ਟੰਗ ਤੇ ਕਿੱਦਾਂ ਸਭ ਦੀ ਸੇਮ ਹੀ ਆ। ਹੱਸੀ ਬਾਅਦ ਚ, ਪਹਿਲਾਂ ਗੱਡਾ ਕਾਲ ਕਰ। ਠੀਕ ਹੈ, ਕਾਲ ਕਰ। ਠੀਕ ਹੈ। ਦਿਸ਼ੂ, ਜੇ ਤੂੰ ਹੁਣ ਮੈਰਿਜ ਦਾ ਡਿਸੀਜਨ ਨਹੀਂ ਲਏਂਗੀ ਤੇ ਕਿੰਦਰ ਪੁੱਛਣਾ ਚਾਹੁੰਦੀ ਹੈ ਫੇਰ ਕਦੋਂ ਲਏਂਗੀ? ਤੂੰ ਮੈਰਿਜ ਨੂੰ ਕੀ ਪੀਐਚਡੀ ਦੀ ਡਿਗਰੀ ਬਣਾਈ ਫਿਰਦੀ ਹੈ ਕਿੰਦਰ? ਯੇ ਕੋਈ ਕੋਮੇ ਕਿੰਦੀ? ਵਾਟ? ਯੂਕੇ ਵਾਲੇ ਨੇ ਕਿਹਾ ਹੈ ਨਾ। ਓਹ ਤੇਰੀ ਪਹਿਲੀ ਮੁਲਾਕਾਤ ਹੀ ਨਹੀਂ ਅੱਗੇ ਨਿਕਲ ਗਏ? ਤੇਰਾ ਕੁਛ ਨਹੀਂ ਹੋਣਾ ਕਿੰਦਰ। ਮੇਰੇ ਜਿਹੇ ਫਰੈਂਡ ਨੇ ਨਾ ਹੋਣ ਵੀ ਨਹੀਂ ਦੇਣਾ। ਕੀ ਲੋੜ ਸੀ ਗੱਡੀ ਦੀ ਸ਼ਰਤ ਰੱਖਣ ਵਾਸਤੇ? ਨਾ ਉਹਨਾਂ ਨੂੰ ਗੱਡਾ ਮਿਲੇ ਤੇ ਨਾ ਉਹਨਾਂ ਨੇ ਆਉਣਾ। ਆਹੀ ਤਾਂ ਮੈਂ ਚਾਹੁੰਦੀ ਹਾਂ ਕਿ ਉਹਨਾਂ ਨੂੰ ਗੱਡਾ ਨਾ ਮਿਲੇ ਤੇ ਉਹ ਨਾ ਆਉਣ। ਚੰਗੇ ਮੁੰਡੇ ਹੱਥ ਚ ਨਿਕਲ ਜਾਣੇ ਆ ਉਹ ਰਹਿੰਦੇ। ਵਾਓ ਗ੍ਰੇਟ, ਨਿਕਲ ਜਾਣੇ ਸੀ। ਕੀ ਹੋਇਆ? ਉਹ ਦੇਖਦੇ, ਉਹ ਦੇਖਦੇ। ਓ ਗੋਡ, ਬੰਦੇ ਤਾਂ ਬੜੇ ਟੀਟ ਹੈ। ਟੀਟ ਨਹੀਂ, ਕਮਿਟਡ। ਯੂਕੇ ਦੇ ਮੁੰਡੇ ਕਮਿਟਡ ਹੈ। ਸ਼ਰਮ। ਰੁਕ ਰੁਕ ਰੁਕ, ਕੋਈ ਆ ਕੀ ਆ ਬਈ? ਹੈਲੀਕਾਪਟਰ ਹੈ, ਦਿਸਦਾ ਨੀ ਗੱਡਾ? ਓਏ ਉਹ ਤਾਂ ਮੈਨੂੰ ਪਤਾ ਹੈ, ਪਰ ਅੰਦਰ ਕਿਵੇਂ? ਚਲਾ ਕੇ ਲੈ ਕੇ ਆਏ ਆ, ਧੱਕਾ ਦੇ ਕੇ ਤਾਂ ਨਹੀਂ ਲੈ ਕੇ ਆਏ? ਦੱਸ ਮੈਂ ਅੱਗੇ ਨੀ ਜਾਣ ਲੈਣੇ, ਇਹਨੂੰ ਪਾਰਕਿੰਗ ਲਾ ਕੇ ਆਓ। ਗੱਡਾ ਪਾਰਕਿੰਗ ਚਲਾਈ ਦਾ ਹੁੰਦਾ? ਵੀਰ ਜੀ, ਵੀਰ ਜੀ, ਤੁਸੀਂ ਫਿਕਰ ਨਾ ਕਰੋ, ਕੋਈ ਗੜਬੜ ਨਹੀਂ ਹੋਏਗੀ, ਪ੍ਰੋਫੈਸਰ ਚਾਵਲਾ ਦੇ ਗੈਸਟ ਨੇ। ਉਹ ਤਾਂ ਠੀਕ ਹੈ ਜੀ, ਜੇ ਬਾਦਾਂ ਨੇ ਅੰਦਰ ਗੰਦ ਪਾਤਾ, ਚੱਕੂ ਕੌਣ ਆ? ਬਾਲਦਾਂ ਦੇ ਕਿੱਦਾਂ ਹੁਣ ਡਾਇਪਰ ਲਾ ਦਿਓ? ਬੰਦ ਕਿੱਦਾਂ ਤੁਹਾਨੂੰ ਗੰਦ ਪਾਉਂਦੇ ਦੁਖਦੇ? ਇੱਥੇ ਇੰਡੀਆ ਦੇ ਵਿੱਚ ਮੈਂ ਦੇਖਿਆ ਜਾਂ ਕਿੱਦਾਂ ਲੋਕਾਂ ਨੇ ਕੰਧਾਂ ਨਾਲ ਖੜ ਖੜ ਕੇ ਕੰਧਾਂ ਦੇ ਪਲਸਤਰ ਝਾੜੇ ਹੋ ਆ। ਹੇ, ਸਤਿ ਸ਼੍ਰੀ ਅਕਾਲ। ਹਾਈ ਦਿਸ਼ਾ ਜੀ, ਜਿੱਦਾਂ ਅਸੀਂ ਥੱਲੇ ਆ ਜਾਈਏ, ਨਾਈਸ ਰਹੂਗਾ? ਯੈਸ ਯੈਸ, ਆਫ ਕੋਰਸ, ਪਲੀਜ਼। ਚਲੀ ਜੀ। ਹੈਲੋ ਗੱਡਾ, ਯੋ ਕਿਹਾ ਸੀ ਦੋ ਬਲਦਾਂ ਕਿ ਸਿੰਗਲ ਵਾਲਾ ਚਾਹੀਦਾ ਸੀ? ਵੈਸੇ ਐਡੀ ਵੀ ਗੱਲ ਨਹੀਂ, ਮੈਂ ਤਾਂ ਜੀ ਟੋਟਲੀ ਇੰਪ੍ਰੈਸ ਹੋ ਗਈ ਇਹ ਗੱਡੇ ਵਾਲੀ ਗੱਲ ਤੋਂ। ਕਿੱਥੋਂ ਲਿਆਂਦਾ ਤੁਸੀਂ? ਅਸੀਂ ਤਾਂ ਜੀ ਕਿੱਦਾਂ ਬੜੇ ਟੱਕੇ ਖਾ ਖਾ ਮਿਲੇ ਆ। ਪਹਿਲਾਂ ਤਾਂ ਅਸੀਂ ਮਿੰਨਤਾਂ ਕੀਤੀਆਂ ਗੱਡੇ ਵਾਲੇ ਦੀਆਂ, ਫੇਰ ਕਿਤੇ ਬੋਲਦਾਂ ਦੇ ਪੈਰੀ ਪਏ ਜਾ ਕੇ ਜੀ, ਫੇਰ ਕਿਤੇ ਗੱਲ ਬਣੀ ਆ। ਪਰ ਉਹ ਕਹਿੰਦੇ ਹੁੰਦੇ ਆ ਨਾ ਜੀ ਕਿ ਇਸ਼ਕ ਮੇ ਇਮਤਿਹਾਨ ਛੋਟਾ ਕਿਆ ਔਰ ਵੱਡਾ ਕਿਆ, ਆਪਕੇ ਲਈ ਤਾਂ ਬੰਬੂ ਕਾਟ ਹਾਜ਼ਰ ਹੈ, ਇਹ ਗੱਡਾ ਕਿਆ। ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕੀਤਾ ਸੀ, ਤੁਸੀਂ ਤਾਂ ਦਿਲ ਨੂੰ ਹੀ ਲਾ ਗਏ। ਯੂ ਰਾਈਟ, ਜਿਦਾਂ ਕਿ ਅਸੀਂ ਦਿਲ ਨੂੰ ਲਾ ਲਈ ਤੇ ਦਿਲ ਨੂੰ ਲੱਗੀ ਸਿੱਧਾ ਤੌਰ ਤੱਕ ਜਾਂਦੀ ਆ। ਓਹੋ, ਬੜੇ ਰੱਟੇ ਲਾਏ ਨੇ ਡਾਇਲੌਗਸ ਦੇ। ਟੈਲ ਮੀ ਸਮਥਿੰਗ, ਅੱਜ ਕੀ ਕੋਈ ਕੋਚਿੰਗ ਲੈ ਰਹੇ ਹੋ? ਹੇ, ਨੋ 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 ਨੋ, ਪਿਆਰ ਦੀ ਤਾਂ ਇੱਕੋ ਇੱਕ ਹੀ ਪੜ੍ਹਾਈ ਆ ਜਿਹੜੀ ਬੰਦੇ ਨੂੰ ਆਪ ਸਿੱਖਣੀ ਪੈਂਦੀ ਆ। ਓ ਗੈਟ ਇਟ। ਇਹ ਕੀ ਹੋ ਰਿਹਾ? ਕੌਣ ਤਬਖਤ ਲੈ ਕੇ ਆਇਆ ਬੈਲ ਗੱਡੀ? ਡੈਡੀ ਜੀ, ਯੂਕੇ ਵਾਲੇ ਆ, ਅਸੀਂ ਬੁਲਾਏ ਨੇ। ਇਹ ਤੇ ਦੋ ਨੇ ਪੁੱਤਰ, ਤੂੰ ਸਾਹ ਲਾ ਕੇ ਰਹਿ। ਪਾਗ ਵਾਲਾ ਸੋਨਾ ਡੀਜੇ, ਮੇਰੇ ਡੈਡੀ। ਹਾਈ ਡੈਡ, ਕੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਬੇਟਾ ਗੱਡੇ ਤੇ ਕਿਉਂ ਆਏ ਜੇ? ਅੰਕਲ ਕਿੱਦਾਂ, ਅਸੀਂ ਮਹਿੰਗੀਆਂ ਗੱਡੀਆਂ ਦੀ ਸਟੇਅਰਿੰਗ ਤੇ ਗੇਅਰਾਂ ਤੇ ਤੰਗ ਆਏ ਹੋ? ਜਸਟ ਫੋਰ ਚੇਂਜ, ਯੂ ਨੋ। ਵੈਸੇ ਵੀ ਅਸੀਂ ਕਿੱਦਾਂ ਪੰਜਾਬ ਦੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਆ। ਬਹੁਤ ਅੱਛੇ, ਬਹੁਤ ਅੱਛੇ। ਵੈਸੇ ਪੈਟਰੋਲ ਵੀ ਮਹਿੰਗਾ ਹੋ ਗਿਆ ਨਾ, ਤੁਸੀਂ ਕਰੋ ਗੱਪਸ਼ੱਪ, ਮੈਂ ਚੱਲਦਾ। ਵੈਸੇ ਕਾਕਾ ਬਹੁਤ ਸੋਹਣਾ ਹੈ। ਅੱਛਾ ਅੰਕਲ, ਕਿੱਦਾਂ ਅੰਕਲ ਮੇਰੇ ਬਾਰੇ ਗੱਲ ਕਰਦੇ? ਹਾਂਜੀ। ਅੱਛਾ ਦੱਸੋ ਕੀ ਪੀਓਗੇ, ਚਾਹ, ਕਾਫੀ ਵਗੈਰਾ ਕੁਝ? ਤੁਸੀਂ ਦੱਸੋ, ਜਿੱਦਾਂ ਪਹਿਲਾਂ ਰਾਈਡ ਲੈਣੀ ਆ ਗੱਡੇ ਦੀ? ਰਾਈਡ? ਗੱਡਾ ਲਿਆਂਦਾ ਆ? ਠੀਕ ਹੈ, ਜੇ ਰਾਈਡ ਦੇਣੀ ਆ ਤਾਂ ਇੱਕ ਸ਼ਰਤ ਹੈ। ਹੁਣ ਕੋਈ ਸ਼ਰਤ ਨਹੀਂ ਰੱਖਣੀ? ਆਹ ਤੇ ਹੋਰ ਸ਼ਰਤਾਂ, ਕਿਤੇ ਸ਼ਰਤਾਂ ਨਾਲ ਕਿੱਦਾਂ ਪਿਆਰ ਪੈਂਦਾ ਆ ਦੱਸ। ਉਹ ਜਿੱਦਾਂ ਤੁਸੀਂ ਕੁਝ ਕਹਿਣਾ ਮੰਗਦੇ ਸੀ, ਪੈਟ, ਸ਼ਰਤ। ਓ ਰਾਈਟ, ਤੁਸੀਂ ਨਾ ਐਂ ਕਰਿਓ, ਕੱਲ ਨੂੰ ਪੂੰਡ ਲੈ ਕੇ ਆਇਓ। ਪੂੰਡ? ਯਾ, ਪੱਬਾ ਪੂੰਡ, ਤਿੰਨ ਟਾਇਰਾਂ ਵਾਲਾ, ਥ੍ਰੀ ਟਾਇਰ,
You know, black and yellow, desi cab. Oh. Oh, the ride lavange. Oh, yeah. Okay? Done. DJ, let's go. Sorry, kida hun jana pena hi hai. See you. See you. Chika ji. Bye. Phir jidda poont te milte hain. Yeah. Okay. See. Let's go, Baba ji. ਵੈਸੇ ਮੈਂ ਸਾਹਬ ਲਾੜਿਆ ਨਾ ਤੇਲਾਂ ਚ ਤੇਲ ਹੈ ਨੀ ਕੱਲ ਨੂੰ ਕਹੋਗੇ ਰੇਲ ਗੱਡੀ ਤੇ ਆ ਜਾ ਕਿੱਥੋਂ ਲੈਣਾ ਵਿਛਾਉਂਦੇ ਫਿਰਾਂਗੇ ਹੁਣ ਤਾਂ ਭਾਵੇਂ ਪੰਡੂਬੀ ਚ ਆਉਣ ਨੂੰ ਕਵੇ ਮੈਂ ਤਾਂ ਲੈ ਕੇ ਆਊਂਗਾ ਬਾਏ ਯੇ ਆਈ ਲਵ ਯੂ ਟੂ ਯੇ ਹੋ ਕਰਮ ਵਾਲੇ ਪੀਣ ਸਖੋ ਚਾ ਮਾਰੀ ਗਿਚ ਗੇ ਦੇ ਸੀ ਤੇ ਆਹ ਬੜੀਆਂ ਸਬਜ਼ੀਆਂ ਕੱਟੀਆਂ ਜਾ ਰਹੀਆਂ ਬਈ ਬੜੀਆਂ ਤਾਂ ਨਹੀਂ ਇੱਕੋ ਹੀ ਆ ਸਾਗ ਬਣਾਉਣ ਲੱਗੀ ਆ ਰਹਿਣ ਦੇ ਨਹੀਂ ਖੇਚਲ ਨੂੰ ਸਾਦਾ ਜਿਹਾ ਰੱਖ ਕੰਮ ਲੈ ਸਾਗ ਤੋਂ ਥੱਲੇ ਆ ਦੱਸ ਕੀ ਘਾਹ ਬਣਾ ਦਿਆਂ ਘਰ ਵੀ ਤਾਂ ਆਪਣੀ ਬੈਠੀ ਐ ਸਾਗ ਕਰਕੇ ਕੱਪੜੇ ਪਾ ਕੇ ਸਾਗ ਚੀਰਦੀਆਂ ਭਾਬੀ ਕੀ ਹਾਲ ਆ ਹਲ ਸਾਸਰੀ ਕਾਲ ਨਹੀਂ ਬੁਲਾ ਹੁੰਦੀ ਕਿਤੇ ਤੂੰ ਸਾਸੀ ਕਾਲ ਲਾਈਕ ਕਰਦਾ ਐ ਤੇਰੇ ਸਾਸੀ ਕਾਲ ਬੁਲਾ ਦੀ ਸਾਸੀ ਕਾਲ ਅੰਕਲ ਜੀ ਅੱਛਾ ਇਹ ਮਿੱਠੋ ਭਾਬੀ ਤੇ ਅਸੀਂ ਅੰਕਲ ਹੋ ਗਏ ਹੈ ਇਦਾਂ ਹੀ ਆ ਫੇ ਹੁੰਦਾ ਯਾ ਕਿਦਾਂ ਤੇਰਾ ਹਬੀ ਜੈਲਸ ਹੈ ਲੈ ਕਿਦਾਂ ਹੁਣ ਮਾਰ ਆਲ ਆ ਵੀ ਮੋਣੀ ਪੜਾ ਤੇਰੀ ਸਕਾਚ ਪੈ ਗਿਆ ਕੁਛ ਐਸ਼ ਕਰ ਸਤਿ ਸ਼੍ਰੀ ਅਕਾਲ ਜੀ ਓ ਹੈਲੋ ਸ਼ੈਲੋ ਕਰਿਆ ਕਰ ਹੱਥ ਮਲਾਇਆ ਕਰ ਮਾਇਨ ਨਹੀਂ ਕਰੀਦਾ ਹੁੰਦਾ ਅਸ਼ੀ ਨਾਲੇ ਆ ਕੀ ਕਾ ਬੂਜਾ ਕੱਟੀ ਜਾਨੀ ਐ ਮੁਰਗਾ ਸ਼ਰਗਾ ਧਰ ਭਰਾ ਆਇਆ ਬਾਹਰੋਂ ਆਪਣੇ ਹੈ ਮੈਂ ਆਇਆ ਵੀ ਗਲਾਸੀਆਂ ਲੈ ਕੇ ਹੁਣ ਤਾਂ ਭਾਵਾਂ ਦੀ ਗਲਾਸੀ ਨਾ ਵੀ ਲੱਪੇ ਨੇ ਕਿਤੇ ਬੋਕਣ ਵਾਲੀ ਪੀ ਲੈਣੀ ਆ ਓ ਤੇਰੀ ਓ ਇਹਨਾਂ ਦਾ ਬੁੱਕ ਬਾਰੇ ਵੀ ਪਤਾ ਹੈ ਇੰਟੈਲੀਜੈਂਟ ਨੇ ਵੀ ਮੁੰਡੇ ਹੈ ਸ਼ੇਰਿਆ ਆਪਾਂ ਟੋਰਾਂਟੋ ਚ ਕੋ ਵਧੀਆ ਜੀ ਭਈਆ ਰਾਣੀ ਦੇਖ ਕੇ ਨਾ ਤੇਰੇ ਸ਼ੇਰੇ ਨੂੰ ਕੈਨੇਡਾ ਸੈੱਟ ਕਰ ਦੇਣਾ ਪਹਿਲਾਂ ਆਪ ਤਾਂ ਸੈੱਟ ਹੋ ਜੀ ਹਲੇ ਸੈੱਟ ਹੋਈ ਨੀ ਸੁਣੋ 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 ਸਾਡੀ ਮਿਸਿਸ ਰੁਪਿੰਦਰ ਗਰੇਵਾਲ ਨੇ ਫਰਮਾਇਸ਼ ਕੀਤੀ ਹੈ ਕਿ ਉਹਨਾਂ ਨੂੰ ਭੂੰਡ ਦੀ ਰਾਈਡ ਚਾਹੀਦੀ ਹੈ ਵਾਹ 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 ਗੱਲ ਸੁਣੀ ਦੀ ਹੁੰਦੀ ਹੈ ਉਹ ਜਿਗਰ ਮੁਰਾਦਾਬਾਦੀ ਦੇ ਸ਼ੇਰ ਸੁਣਾਉਂਦਾ ਤਾਂ ਵਾਹ 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 ਗੱਲ ਸੁਣ ਜੀ ਹੁਕਮ ਕਰੋ ਓ ਦੇਸ਼ਾ ਜੀ ਨੂੰ ਭੂੰਡ ਚਾਹੀਦਾ ਹੈ ਲੈ ਇਹਦੇ ਜੀ ਨੂੰ ਕੀ ਕਹਿਣਾ ਇਹ ਤਾਂ ਆਪ ਹੀ ਸਵੇਰੇ ਜਾ ਕੇ ਪਾਥੀਆਂ ਚੋਂ ਫੜ ਲਿਆਉਣਾ ਆਪਾਂ ਸਵੇਰ ਕੀ ਨੇ ਦੇਖਿਆ ਓਏ ਹੁਣੀ ਮੰਗਾ ਦਾਨੇ ਆਪਾਂ ਸ਼ੇਰੇ ਭੂੰਡ ਫੜ ਕੇ ਲੈ ਕੇ ਆਓ ਓ ਵਾਲਾ ਭੂੰਡ ਨੀ ਓਏ ਤਿੰਨ ਟੈਰਾਂ ਵਾਲਾ ਭੂੰਡ ਕਾਲਾ ਪੀਲਾ ਬਲੈਕ ਯੈਲੋ ਸਵਾਰੀਆਂ ਵਾਲਾ ਓਕੇ ਉਹ ਜਿਹਦੇ ਚ ਸਾਰੀ ਸੱਤ ਦੀ ਥਾਂ ਹੁੰਦੀ ਹੈ 70 ਸਵਾਰੀਆਂ ਵਿੱਚ ਬਿਠਾਈਆਂ ਹੁੰਦੀਆਂ ਕਹਿੰਦਾ ਹੋਰ ਬਹਿ ਜਾ ਹੋਰ ਬਹਿ ਜਾ ਅੱਛਾ 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 ਰਾਮੇ ਵਾਲਾ ਭੂੰਡ ਗਾਓ ਫੇਰ ਹੁਣ ਹੁਣੀ ਮੰਗਾ ਦਿੰਦੇ ਆਪਾਂ ਕੀ ਗੱਲ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਜਿੰਦਾਬਾਦ ਹੈਲੋ ਹੈਲੋ ਮਾਣੀ ਵੀਰਾ ਜਿੰਦਾਬਾਦ ਬੋਲਦਾ ਓਏ ਰਾਮੇ ਮੇਰੇ ਨਾਲ ਰੱਬ ਵਰਗੇ ਵੀਰ ਆਇਆ ਓਏ ਲੰਡਨ ਤੋਂ ਲੰਡਨ ਤੋਂ ਕੌਣ ਆਇਆ ਓ ਆਇਆ ਹੋਊਗਾ ਕੋਈ ਆਪਾਂ ਕੀ ਲੈਣਾ ਹਾਂ ਸਾਨੂੰ ਵੀ ਸਾਲਾ ਸਾਲ ਤੁਰਿਆ ਕਰ ਉਹਨਾਂ ਨਾਲ ਯਾਰ ਭੂੰਡ ਚਾਹੀਦਾ ਤੜਕੇ ਸਾਜਰੇ ਟਾਈਮ ਸਿਰ ਆ ਜੀ ਪੈਸੇ ਜਿੰਨੇ ਤੂੰ ਗਏ ਉਹਨੇ ਆ ਜੀ ਪੱਕਾ ਲਵ ਯੂ ਰਾਮੇ ਲੈਵੜੀ ਜੇ ਕਰਦਾ ਤੇਰਾ ਕੰਮ ਸਹਿਸਾਨ ਕੀਤਾ ਓਏ ਸਾਡੇ ਕੰਮ ਤੂੰ ਨੀ ਕਰਦੇ ਤਾਂ ਹੋਰ ਕਿਹਨੇ ਕਰਨੇ ਆ ਕੇ ਕਿਉਂ ਮੈਂ ਤੇਰਾ ਸੀਰੀ ਲੱਗਿਆ ਓਏ ਹੋਰ ਟੋਨੀ ਬਲੇਅਰ ਦਾ ਸੀਰੀ ਰੱਖਿਆ ਓ ਤੂੰ ਓਏ ਮੋਹਨ ਸਿੰਘ ਨੂੰ ਹੋਏ ਕੇ ਤੂੰ ਕਿੱਦਾਂ ਰੋ ਪਾਉਣ ਲੱਗਿਆ ਸਾਰੇ ਸਾਡੇ ਜੀਰਕਪੁਰ ਆਈ ਲੱਤਾਂ ਭੰਦੂ ਤੇਰੀਆਂ ਲੰਡਨ ਚ ਵੀ ਜੀਰਕਪੁਰ ਹੈਗੀ ਓ ਸਾਥੀਓ ਸਾਥੀਓ ਕੰਮ ਬਣ ਚੁੱਕਾ ਹੈ ਭੂੰਡ ਦਾ ਇੰਤਜ਼ਾਮ ਹੋ ਚੁੱਕਾ ਹੈ ਸੋ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਜਿੰਦਾਬਾਦ ਮੋਣੀ ਵੀਰਾ ਉੱਠ ਕੇ ਦੇਖ ਲਈ ਮੋਣੀ ਮੋਣੀ ਹੋਈ ਪਈ ਐ ਮੋਣੀ ਲਗਾ ਸ਼ੈਟ ਹੋ ਗਏ ਸ਼ਰੇ ਦਾ ਇਸ ਕੈਸ਼ ਮੈਨੂੰ ਵੀ ਕੋਣੀ ਪਊਗੀ ਮੋਣੀ ਪਾ ਨੇ ਟੈਂਪੂ ਮੰਗਾਇਆ ਸੀ ਫੋਨ ਕਰਕੇ ਲੈ ਉਹਨੇ ਕੀ ਟੈਂਪੂ ਸਿਰ ਚ ਮਾਰਨਾ ਹੈ ਮੋਣੀ ਜਿੰਦਾਬਾਦ ਵੇ ਮੋਣੀ ਜਿੰਦਾਬਾਦ ਵੇ ਭੂੰਡ ਕੀ ਦੀ ਮਕਾਨ ਜਾਣ ਨੂੰ ਬੁਲਾਇਆ ਮੈਂ ਭੂੰਡ ਕੀ ਕਰਨਾ ਮੇਰੇ ਕੋਲ ਆਪਣੀ ਕਾਰ ਹੈਗੀ ਡੱਕਰ ਦੇ ਉਹਨੂੰ
ਚੰਗਾ ਦੇਖ ਕਿਵੇਂ ਮੁਸ਼ਕਲ ਬਣਾਇਆ ਸਾਰੇ ਘਰ ਵਿਰਾਮਿਆ ਅਸੀਂ ਤਾਂ ਕੋਈ ਟੈਂਪੂ ਨਹੀਂ ਮੰਗਾਇਆ ਤੈਨੂੰ ਐਵੇਂ ਖਾਧੀ ਪੀਤੀ ਚ ਭੁਲੇਖਾ ਲੱਗ ਗਿਆ ਤੂੰ ਜਾ ਜਾ ਕੇ ਆਪਦਾ ਕੰਮ ਕਰ ਪੈਗ ਤਾਂ ਮੈਂ ਦੂਈ ਲਾਏ ਸੀ ਹਾਂ ਵੀਰੇ ਕਿੱਦਾਂ ਭੂੰਡ ਰੈਡੀ ਆ ਕਿਹੜਾ ਭੂੰਡਾ ਉਹ ਕਿਹਨੂੰ ਰਾਤ ਤੂੰ ਫੋਨ ਤੇ ਨਹੀਂ ਸੀ ਗੱਲ ਕੀਤੀ ਕਿਹਨੂੰ ਸੀ ਕਾਲੇ ਲੈ ਕੇ ਜਾਣਾ ਆ ਕਿੱਦਾਂ ਉਹ ਤਾਂ ਯਾਰ ਮੇਰੇ ਦਿਮਾਗ ਚੋਂ ਨਿਕਲ ਗਈ ਮੋੜ ਤਾਂ ਮੈਂ ਓ ਸ਼ਿਟ ਹੁਣ ਹੁਣ ਤਾਂ ਵੀਰੇ ਔਖਾ ਇਹ ਤੂੰ ਕਿੱਦਾਂ ਠੀਕ ਨਹੀਂ ਕੀਤਾ ਯਾਰ ਹੋਰ ਭੁਲਾ ਲੈ ਸਕਾਚ ਇਹਨੂੰ ਕਿੱਦਾਂ ਇਹ ਤੂੰ ਯਾਰ ਮਾਰ ਕੀਤੀ ਹੈ ਕਿੱਦਾਂ ਸਾਡੇ ਨਾਲ ਤੈਨੂੰ ਪਚਦੀ ਨੇ ਪੀਂਦਾ ਖਾਤੇ ਆ ਤੂੰ ਬੰਦਾ ਹੈ ਚਾਵਾ ਚਾਵਾ ਨਾ ਕਹੀ ਯਾਰ ਬਾਲਾ ਦੇਸੀ ਹੋ ਜਾਂਦਾ ਯਾਰ ਅਸੀਂ ਤੈਨੂੰ ਸਕਾਚ ਪਲਾਈ ਆ ਕੀ ਤਾਂ ਚੈ ਕੋ ਆ ਕੇ ਗਲਤੀ ਹੋ ਗਈ ਭੂੰਡ ਮੰਗਿਆ ਸੀ ਤੇ ਤੋਂ ਕਿਤੇ ਹੋਰੇ ਹੀ ਚਲੇ ਜਾਂਦੇ ਚਲ ਰਾਤੀ ਪ੍ਰੋਮਿਸ ਕੀਤਾ ਸੀ ਤੂੰ ਭੂੰਡ ਕਿਉਂ ਤੁਸੀਂ ਮੈਨੂੰ ਮਖਿਆਲ ਵਾਂਗੂ ਚੰਬੜੇ ਹੋ ਆ ਫੜ ਤੂੰ ਦਾਚਣ ਕਰ ਮੈਂ ਭੂੰਡ ਲੈ ਕੇ ਆਉਣਾ ਫਿਰੇ ਮੂੰਹ ਤੇਰਾ ਕਿੱਦਾਂ ਬੋਲਦਾ ਆ ਤੈਨੂੰ ਕੀ ਲੱਗਦਾ ਲਿਆਊਗਾ ਚਿੰਤਾ ਨਾ ਕਰ ਜਿੰਨੀ ਉਹਦੇ ਨਾਲ ਕੁੱਤੇ ਖਾਣੀ ਹੋ ਗਈ ਨਾ ਇਹਦਾ ਤਾਂ ਬੁੜਾ ਵੀ ਲਿਆਊ ਹੁਣ ਭੂੰਡ ਜੇ ਤੁਸਾਂ ਬੋਰ ਹੋ ਰਹੇ ਆ ਤਾਂ ਨੈਕਸਟ ਟਾਈਮ ਭੂੰਡ ਚ ਜਿੱਦਾਂ LCD ਲਵਾ ਦੇਣੀ ਆ ਨਹੀਂ ਐਕਚੁਅਲੀ ਮੈਂ ਇਹ ਸੋਚ ਰਹੀ ਸੀ ਕਿ ਜਿੱਦਾਂ ਭੂੰਡ ਆਸ਼ਕਾਂ ਨੂੰ ਭੂੰਡ ਤੇ ਆਉਣਾ ਨਹੀਂ ਤੇ ਇਹਨਾਂ ਨੇ ਮੁੜ ਕੇ ਆਉਣਾ ਨਹੀਂ ਕਿ ਨਹੀਂ ਕਿਦਾਂ ਮੈਂ ਸੋਚਦਾ ਸੀ ਆਪਾਂ ਕਿਦਾਂ ਚੰਡੀਗੜ੍ਹ ਵੀ ਸੈਟਲ ਹੋ ਸਕਦੇ ਆ ਨੋ ਇਦਾਂ ਨਾ ਕਿ ਮੈਨੂੰ ਮੈਂ ਕਿਤੇ ਸੋਚਦਾ ਵਿਆਹ ਤੋਂ ਬਾਅਦ ਚੰਡੀਗੜ੍ਹ ਕੋਠੀ ਪਾ ਕੇ ਕਿਦਾਂ ਇੱਥੇ ਰਹਿ ਲਵਾਂਗੇ ਮੈਨੂੰ ਤਾਂ ਚੰਡੀਗੜ੍ਹ ਦਾ ਨਾਮ ਵੀ ਬੜਾ ਲੱਗਦਾ ਬਸ ਇੰਨੀ ਗੱਲ ਆ ਆਪਾਂ ਕਿਤੇ ਚੰਡੀਗੜ੍ਹ ਦਾ ਨਾਮ ਹੀ ਬਦਲ ਦੇਣਾ ਤੇਰੇ ਨਾਂ ਤੇ ਰੱਖ ਦੇਣਾ ਆ ਚੰਡੀਗੜ੍ਹ ਦਿਸ਼ਾ ਜੀ ਫਿਰ ਅਗਲੀ ਸ਼ਰਤ ਕਿਹੜੀ ਹੈ ਜਿੱਦਾਂ ਝਿਜਕੋ ਨਾ ਹੁਣ ਤਾਂ ਤੁਸੀਂ ਉਹ ਆ ਜੋ ਆ ਜਿੱਦਾਂ ਤੁਸਾਂ ਕਹਿਣਾ ਉਹੀਓ ਹੋਣਾ ਅੱਛਾ ਹਾਂਜੀ ਫਿਰ ਤੁਸੀਂ ਕੱਲ ਨੂੰ ਆਇਓ ਆ ਜਾਾਂਗੇ ਕੱਲੇ ਹਾਂਜੀ ਕੱਲੇ ਕੱਲੇ ਕੀ ਹੋ ਗਿਆ ਕੱਲੇ ਨੂੰ ਸੰਗ ਲੱਗਦੀ ਆ ਲਾ ਸੰਗ ਨਾਲੇ ਦਿਨ ਤਾਂ ਅਸੀਂ ਜੰਮੇ ਨਹੀਂ ਜਿੱਦਾਂ ਤੁਸੀਂ ਇਹ ਦੱਸੋ ਅਗਲੀ ਸਵਾਰੀ ਕਿਹੜੀ ਚਾਹੀਦੀ ਆ ਜੋ ਤੁਹਾਨੂੰ ਚੰਗਾ ਲੱਗੇ ਵੇਖ ਲੋ ਨਾਲ ਬਹਿਣਾ ਪੈਣਾ ਆ ਬਹਿ ਜਾਂਗੀ ਹੁਣ ਵੀ ਤਾਂ ਨਾਲ ਹੀ ਬੈਠੀ ਆ ਨਾ ਫਸ ਗਈ ਠੀਕ ਆ ਕੱਲ ਸਵੇਰੇ ਦੀ ਸੋਚਦਾ ਜਿੱਦਾਂ ਵੇ ਮੈਂ ਟੱਲੀਆਂ ਬਜਾਉਣਾ ਆਇਆ ਬਹਿ ਜਾ ਮੇਰੇ ਸੈਕਲ ਤੇ ਵੇ ਮੈਂ ਟੱਲੀਆਂ ਬਜਾਉਣਾ ਆਇਆ ਬਹਿ ਜਾ ਮੇਰੇ ਸੈਕਲ ਤੇ ਸਤਿ ਸ਼੍ਰੀ ਅਕਾਲ ਜੀ ਵੇਖਦੇ ਕੀ ਆ ਕਿੱਦਾਂ ਬੈਠੋ ਕਿੱਥੇ ਇੱਥੇ ਹੋਰ ਕਿੱਥੇ ਕੈਰੀਅਰ ਕਿੱਥੇ ਆ ਕੈਰੀਅਰ ਤਾਂ ਜਿੱਦਾਂ ਹੁਣ ਤੁਹਾਡੇ ਨਾਲ ਹੀ ਬਣੂਗਾ ਝੱਟ ਤਾਂ ਜੇ ਮੈਂ ਨਾ ਬੈਠਾਂ ਬਹਿਣਾ ਤਾਂ ਪਹਿਣਾ ਆ ਜਿੱਦਾਂ ਮੈਂ ਗੱਦਾ ਲੈ ਕੇ ਆਇਆ ਪੂੰਡ ਲੈ ਕੇ ਆਇਆ ਆਪਣੀ ਟਰਨ ਆਈ ਤੇ ਮੈਂ ਨਹੀਂ ਐਡੀ ਵੀ ਗੱਲ ਨਹੀਂ ਬਹਿ ਜਾਂਦੀ ਹਾਂ ਪ੍ਰੋਮਿਸ ਜੋ ਕੀਤਾ ਸੀ ਦੱਸੋ ਦਿਸ਼ਾ ਜੀ ਕਿਹੜੀ ਦਿਸ਼ਾ ਚ ਜਾਣਾ ਮੰਗਦੇ ਆ ਲੌਂਗ ਡਰਾਈਵ ਤੇ ਬਹਿ ਤਾਂ ਗਈ ਆ ਜਿੱਥੇ ਮਰਜ਼ੀ ਲੈ ਚੱਲ ਸਦਕੇ ਕਿਹਦੇ ਸ਼ਕਲ ਬਣਾਉਣ ਵਾਲੇ ਦੀ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਤੇਰੇ ਹੀ ਨਾਲ ਮੈਂ ਲਾਈਆਂ ਮੁੰਡੇ ਤਾਂ ਕੁੜੀਆਂ ਨੂੰ ਕੈਫੇ 'ਚ ਲੈ ਕੇ ਜਾਂਦੇ ਆ ਤੂੰ ਮੈਨੂੰ ਖੇਤਾਂ 'ਚ ਲੈ ਆਇਆ ਕੀ ਕਰੀਏ ਰੂਹ ਤਾਂ ਜਿੱਦਾਂ ਸਾਡੀ ਖੇਤਾਂ 'ਚ ਹੀ ਵੱਸਦੀ ਆ ਕਮਾਲ ਹੈ ਬਾਹਰ ਰਹਿ ਕੇ ਵੀ ਖੇਤਾਂ ਨਾਲ ਇੰਨਾ ਪਿਆਰ ਚੱਟਾਂ ਨੂੰ ਤਾਂ ਖੇਤ ਤੇ ਲੋਟ ਆਉਂਦੇ ਆ ਲੋਟ
ਬਾਹਰ ਰਹਿੰਦੇ ਹੋਏ ਵੀ ਕਿੰਨਾ ਦੇਸੀ ਬੋਲਦਾ। ਕੀ ਹੋਇਆ ਜੇ ਅਸੀਂ ਪੰਜਾਬ ਚ ਨਹੀਂ ਰਹਿੰਦੇ, ਕਿਤੇ ਦਿਲ ਤਾਂ ਸਾਡਾ ਪੰਜਾਬੀ ਹੋਈ ਆ। ਸ਼ੁਕਰ ਆ ਇੱਥੇ ਨਹੀਂ ਰਹਿੰਦਾ, ਨਹੀਂ ਤਾਂ ਇੱਥੋਂ ਦੇ ਮੁੰਡੇ ਇੰਨੇ ਵਿਗੜੇ ਨੇ ਕਿ ਆਪਣਾ ਹਨੀਮੂਨ ਵੀ ਬੰਬੀ ਤੇ ਮਨਾ ਸਕਦੇ ਨੇ। ਬੁਰਾ ਨਾ ਮਨਾਇਓ, ਆਈਡੀਆ ਗੁੱਡ ਆ ਤੁਹਾਡਾ, ਜਿੱਦਾਂ ਮੈਂ ਵੀ ਮਨਾਉਣਾ ਮੰਗਦਾ ਬੰਬੀ ਤੇ ਹਨੀਮੂਨ। ਫਿਰ ਤੂੰ ਐਂ ਕਰੀ, ਯੂਕੇ ਦੀ ਕੋਈ ਬੰਬੀ ਲੱਭ ਲਈ ਤੇ ਜਿਹਦੇ ਨਾਲ ਵਿਆਹ ਕਰੇਗਾ ਉਹਨੂੰ ਲੈ ਜਾਈ ਉੱਥੇ। ਜਿਹਦੇ ਨਾਲ ਮਤਲਬ? ਤੂੰ ਹੀ ਆਵੀਂ ਭਰ ਦੇ। ਕਾਹਦੇ ਲਈ? ਉਹ ਬੰਬੀ ਤੇ ਹਨੀਮੂਨ ਜਿੱਦਾਂ ਵਿਆਹ। ਕਿੰਨਾ ਟੀਟ ਹੈ, ਸਿੱਧਾ ਹੀ ਕਹੀ ਜਾਣਾ। ਅਬਿੰਗ ਬਲ ਜੇ ਪਾਉਣੇ ਨਹੀਂ ਆਉਂਦੇ ਯਾਰਾਂ ਨੂੰ, ਦਿਲ ਦੀ ਗੱਲ ਸਿੱਧੀ ਕਹੀਦੀ ਆ। ਅਸੀਂ ਕਹਿਤੀ ਆ, ਆਪ ਜੀ ਦੱਸੋ। ਸੋਚਾਂਗੇ। ਚਲੋ। ਜਲੰਧਰ ਤੋਂ ਆਇਆ ਜੀ, ਕੈਨੇਡਾ ਵਾਲੇ। ਸਮਝ ਗਿਆ ਜੀ, ਕਹਿਣ ਦੀ ਲੋੜ ਹੀ ਨੀ, ਪਿੰਡ ਦਾ ਗੁਹਾਰਿਆਂ ਦਾ ਪਤਾ ਲੱਗ ਜਾਂਦਾ ਹੈ। ਓ ਫੇਰ ਤਾਂ ਜੀ, ਕਿਸੇ ਨੂੰ ਕਹਿ ਕਾ ਕੇ ਸਾਰੇ ਸਾਈਨ ਬੋਰਡ ਉਤਰਵਾ ਦੋ ਤੇ ਗੁਹਾਰੇ ਫਿੱਟ ਕਰਵਾ ਦੋ। ਹਿਊਮਰ ਸੈਂਸ ਗੁੱਡ ਹੈ ਜੀ। ਫਨੀ ਬੋਏ, ਇਹ ਮੇਰਾ ਕਜ਼ਨ ਹੈਗਾ ਜੀ, ਮਿੰਟੂ। ਮਿੰਟੂ? ਹਾਂ ਜੀ, ਮਿੰਟੂ ਇਜ਼ ਮਾਈ ਹਾਊਸ ਨੇਮ ਐਕਚੁਅਲੀ, ਪਰਮਨੈਂਟ ਨੇਮ ਇਜ਼ ਮਹਿੰਦਰਪਾਲ ਸਿੰਘ। ਲੌਟਸ ਆਫ ਹੈਪੀ ਵਿਦ ਯੂ ਇਨ ਫਰੰਟ ਆਫ ਯੂ। ਗੁੱਡ ਜੀ, ਥੈਂਕ ਯੂ। ਅਸੀਂ ਐਕਚੁਅਲੀ ਇੰਡੀਆ ਇਹਦੇ ਵਿਆਹ ਲਈ ਆਏ ਆ। ਓ ਕੰਗ੍ਰੈਚੁਲੇਸ਼ਨ। ਇਹ ਤਾਂ ਹੈ ਜੀ। ਜੀ ਆਇਆਂ ਨੂੰ ਜੀ, ਪਹਿਲਾਂ ਆਪਾਂ ਕੁਝ ਖਾ ਪੀ ਲਈਏ, ਫੇਰ ਬਹਿ ਕੇ ਗੱਲ ਕਰਦੇ ਆ। ਪਲੀਜ਼ ਪਲੀਜ਼ ਪਲੀਜ਼, ਯੂ ਵਿਲ ਵਿਜ਼ਿਟ, ਅਸੀਂ ਠੀਕ ਆ। ਨਹੀਂ, ਅਸੀਂ ਕਦੋਂ ਕਿਹਾ ਤੁਸੀਂ ਗੱਲ ਤੋਂ? ਓ ਨੋ 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 ਨੋ, ਹੀ ਮੀਨਸ ਠੀਕ ਆ ਐਸ ਇਨ ਨਾ ਸੇ ਓਕੇ ਆ, ਕੁਝ ਕਾਰਡ ਦੇਣ ਦੀ ਲੋੜ ਨਹੀਂ, ਬਸ ਤੁਸੀਂ ਸਾਡੇ ਮਿੰਟੂ ਨੂੰ ਵੇਖ ਪਰਖ ਲਓ। ਮੀ ਪਰਮਨੈਂਟ ਕੈਨੇਡੀਅਨ ਫਰਮ ਲੋਟਸ ਆਫ ਇਅਰਸ। ਵਾਹ, ਸ਼ੁਕਰੀਆ ਜੀ। ਯੂ ਕੈਨ ਇੰਟਰਵਿਊ ਮਾਈ ਸੈਲਫ, ਫਿਰ ਜੇ ਤੁਹਾਨੂੰ ਰਾਈਟ ਲੱਗੇ ਤਾਂ ਆਪਦੀ ਗਰਲ ਨਾਲ ਮਿਲਵਾ ਦਿਓ। ਵੈਰੀ ਸਿੰਪਲ। ਰਾਈਟ ਹੈ ਜੀ, ਯੂ ਆਰ ਗੁੱਡ। ਕੁੜੀ ਦੇ ਕਾਲਜ ਵਿੱਚ ਬਿਜ਼ੀ ਹੋਣ ਕਰਕੇ ਉਹ ਆ ਨਹੀਂ ਸਕੀ, ਆਪਾਂ ਛੇਤੀ ਦੂਜੀ ਮੀਟਿੰਗ ਰੱਖਾਂਗੇ। ਨੋਟ ਪ੍ਰੋਬਲਮ, ਵੀ ਕਮ ਅਗੇਨ ਐਂਡ ਅਗੇਨ, ਪਰ 30 ਡੇਜ਼ ਓਨਲੀ ਇਨ ਇੰਡੀਆ। ਓ ਆਈ ਸੀ। ਐਕਚੁਅਲੀ ਸਾਡੀ ਬੰਸਾ ਤੇ ਸੰਗਰੂ ਵੀ ਗੱਲ ਚੱਲਦੀ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਮਿੰਟ ਦਾ ਵਿਆਹ ਤੁਹਾਡੀ ਕੁੜੀ ਨਾਲ ਹੋਵੇ। ਆਈ ਥਿੰਕ ਸ਼ੀ ਸੋ ਪ੍ਰੀਟੀ, ਆਈ ਲਵ ਹਰ ਪਿਕ। ਤਾਂ ਅਸੀਂ ਉਹਨੂੰ ਪਿਕ ਕਰਨਾ ਚਾਹੁੰਦੇ ਹਾਂ। ਲਵਲੀ ਇਜ਼ ਦ ਬਿਊਟੀ ਯੂਅਰ ਗਰਲ ਇਜ਼। ਤੁਹਾਡਾ ਘਰ ਬਹੁਤ ਸੋਹਣਾ, ਬਿਊਟੀਫੁਲ ਹਾਊਸ, ਬਸ ਆਹੀ ਦੇਖਣ ਆਏ ਸੀਗੇ ਜੀ। ਮੇਰਾ ਮਤਲਬ ਅਸੀਂ ਇੱਦਾਂ ਦੀ ਬਣਾਉਣੇ ਚਾਹੁੰਦੇ ਹਾਂ, ਬਹੁਤ ਸਾਰੇ ਘਰ ਕੈਨੇਡਾ ਦੇ ਵਿੱਚ, ਨਾਟ ਇਨ ਇੰਡੀਆ। ਥੈਂਕ ਯੂ। ਤੇਰੇ ਕੋਲ ਫੋਨ ਆ ਗਿਆ ਜੀ। ਹੈਲੋ, ਹਾਂਜੀ, ਮਿੰਟੂ ਕੈਨੇਡਾ ਸਪੀਕਿੰਗ। ਯੈਸ ਯੈਸ, ਵਿਦ ਇਨ ਘੰਟਾ ਆਈ ਰੀਚ ਯੂ। ਓਕੇ ਬਾਏ। ਉਹ ਬਸ ਅੰਕਲ ਨੇ $50,000 ਭੇਜੇ ਨਾ ਜੀ ਬਾਹਰੋਂ, ਏਜੰਟ ਦਾ ਫੋਨ ਸੀ, ਕਹਿੰਦਾ ਹੁਣੀ ਕਰੈਕਟ ਕਰ ਲਓ। ਕਲੈਕਟ ਕਰੈਕਟ, ਫਿਰ ਤਾਂ ਸਾਨੂੰ ਜਾਣਾ ਪੈਣਾ। ਆਮ ਸੋ ਸੌਰੀ ਬਟ ਵੀ ਹੈਵ ਟੂ ਗੋ। ਮਨ ਤਾਂ ਬਹੁਤ ਲੱਗਿਆ ਸੀ ਜਾਣ ਨੂੰ, ਜੀ ਨਹੀਂ ਕਰਦਾ ਜੀ, ਪਰ ਹੁਣੀ ਨੂੰ ਕੌਣ ਟਾਲ ਸਕਦਾ ਜੀ। ਇਹ ਕਿਵੇਂ ਹੋ ਸਕਦਾ ਜੀ, ਤੁਸੀਂ ਤਾਂ ਨਾ ਚਾਹ ਨਾ ਪਾਣੀ ਕੁਝ ਖਾਧਾ ਨਾ ਪੀਤਾ। ਕੋਈ ਨਾ ਜੀ, ਜੇ ਸਾਡੇ ਗੁੱਡ ਭਾਗ ਹੋਏ ਨਾ ਤਾਂ ਨੈਕਸਟ ਟਾਈਮ ਫਿਰ ਆਪਾਂ ਲੋਟਸ ਆਫ ਸਵੀਟਸ ਤੇ ਲੋਟਸ ਆਫ ਡਰਿੰਕ ਦਾ ਪ੍ਰੋਗਰਾਮ ਬਣਾ ਕੇ ਆਵਾਂਗੇ ਜੀ, ਕੋਈ ਚੱਕਰ ਹੀ ਨਹੀਂ ਜੀ। ਪਰ ਜਿਵੇਂ ਮਰਜ਼ੀ ਹੈ ਤੁਹਾਡਾ ਹਾਊਸ ਨਾ, ਸੋ ਕਰਪਟ, ਆਈ ਲਾਈਕ ਇਟ। ਕਰੈਕਟ, ਐਨੀਵੇ ਆਈ ਥਿੰਕ ਸਾਨੂੰ ਚੱਲਣਾ ਚਾਹੀਦਾ। ਯੈਸ, ਲੈਟਸ ਗੋ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਲੈਟਸ ਗੋ। ਮੈਨੂੰ ਤਾਂ ਠੀਕ ਜਿਹਾ ਨਹੀਂ ਲੱਗਿਆ ਮੁੰਡਾ, ਨਾਲੇ ਚਲਦੀ ਤਾਂ ਹੈ ਰੂਪ ਨਾਲ ਗੱਲ। ਬਹੁਤ ਦੇਰ ਤੋਂ ਮਗਰ ਪਏ ਸੀ, ਹਾਲੇ ਆਪਾਂ ਨਾ ਨਹੀਂ ਕਰਨੀ, ਹੋਲ ਤੇ ਰੱਖਦੇ ਆ, ਕੀ ਪਤਾ ਕਦੋਂ ਲੋੜ ਪੈ ਜੇ। ਜਿਵੇਂ ਪਤੰਦਰਾਂ ਨੇ ਘਰ ਵਾਲੇ ਚਿਪ ਕੱਢ ਰੱਖਿਆ ਨਾ, ਕੁੜੀ ਵੀ ਪਟਾਕਾ ਹੀ ਹੋ ਇਹਨਾਂ ਦੀ। ਤੂੰ ਚੁੱਪ ਚੁੱਪ ਕਰ ਤੇ ਕੰਸੈਂਟਰੇਟ ਕਰ, ਵੱਡਾ ਪਟਾਕੇ ਬਹੁਤ ਪੈਣੇ ਤੈਨੂੰ। ਤੂੰ ਤਾਂ ਮਾਇੰਡ ਹੀ ਕਰ ਗਈ ਕੰਬਲੀਏ, ਤੇਰਾ ਤਾਂ ਮੈਂ ਹੈਗਾ ਹੀ ਆ। ਚੱਲ, ਮੇਰਾ ਮਤਲਬ ਮੈਂ ਤੇਰੇ ਵੱਲੋਂ ਆਪਣੇ ਆਪ ਨੂੰ ਕਹਿ ਰਿਹਾ ਵੀ ਮਿੰਟੂ ਚੱਲ ਗੱਡੀ ਚਲਾ, ਚਲੋ ਬੈਠਾ ਪਲੀਜ਼, ਬੈਠੋ ਬੈਠੋ। ਕੁੜੀ ਤਾਂ ਪਟਾਕਾ ਹੀ ਹੋ। ਜੁਗਾੜੀ, ਗੇਮ ਹੁਣ ਹੱਥ ਚ, ਗਰਾਊਂਡ ਸੈੱਟ ਹੈ, ਮੈਂ ਸੋਚਦਾ ਮੌਕਾ ਦੇਖ ਕੇ ਦਿਸ਼ਾ ਨੂੰ ਸਾਰਾ ਕੁਝ ਦੱਸ ਦੂੰ।
ਕੀ ਘੋਸਰ ਮੋਸਰ ਹੋ ਰਹੀ ਆ ਬਈ ਹੈ ਨਾ ਕੋ ਸੁਣੀ ਵੀਰੇ ਕਿੱਦਾਂ ਰੂਪ ਵੀੜਾ ਕਹਿੰਦਾ ਸੀ ਪਲਿਆਸ ਲੱਗੀ ਆ ਹੈ ਪਲਿਆਸ ਪਰਨੋਟ ਬਾਗੀਆਂ ਹੈ ਕਿੱਦਾਂ ਮੈਂ ਸਮਝਿਆ ਨੀ ਬਾਏ ਬਾਏ ਦਲਜੀਤ ਸਿੰਘ ਜਗਾੜੀ ਜੀਰਕਪੁਰ ਟ੍ਰੈਫਿਕ ਕੁਛ ਘਟਿਆ ਕਿ ਨਹੀਂ ਬਈ ਕਿੱਦਾਂ ਸਾਨੂੰ ਕੀ ਪਤਾ ਹੀ ਆ ਦੱਸੋ ਰੁਪਿੰਦਰ ਸਿੰਘ ਗਰੇਵਾਲ ਜੀ ਸਪੁੱਤਰ ਸਰਦਾਰ ਹਰਜੀਤ ਸਿੰਘ ਗਰੇਵਾਲ ਪਿੰਡ ਤੇ ਡਾਕਖਾਨਾ ਗਿੱਲ ਕਲਾਂ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਿੱਦਾਂ ਆਹੀ ਆ ਕਿਹੜਾ ਕਹਿੰਦਾ ਕਿੱਦਾਂ ਪਿੰਨ ਕੋਡ ਵੀ ਦੱਸਾਂ ਇਹਨੂੰ ਕਿੱਦਾਂ ਕਿਸੇ ਨੇ ਚੱਕਿਆ ਲੱਗਦਾ ਸਾਡੇ ਖਿਲਾਫ ਚੱਕਣ ਨੂੰ ਮੈਂ ਟੋਕਰਾਂ ਤਲਾਸ਼ੀ ਲਈ ਆ ਤੁਹਾਡੇ ਬੈਗਾਂ ਦੀ ਨਾਲੇ ਦਲਜੀਤ ਸਿੰਘ ਜਗਾੜੀ ਬਾਏ ਬਾਏ ਇੰਡੀਆ ਤੇਰੀ ਹੋਈ ਕੰਪਨੀ ਹੈ ਨਾ ਮੈਂ ਤਾਂ ਉਹ ਕਹਿੰਦਾ ਸੀ ਰੂਪ ਨੂੰ ਰੂਪ ਨੀ ਰੁਪਿੰਦਰ ਸਿੰਘ ਗਰੇਵਾਲ ਮੈਂ ਤਾਂ ਕਿੱਦਾਂ ਰੁਪਿੰਦਰ ਨੂੰ ਪਹਿਲਾਂ ਕਿੱਦਾਂ ਜਿੱਦਾਂ ਛੱਡ ਦੇ ਮੈਂ ਤਾਂ ਰੁਪਿੰਦਰ ਸਿੰਘ ਹੁਣਾਂ ਨੂੰ ਪਹਿਲਾਂ ਹੀ ਕਹਿੰਦਾ ਸੀ ਯਾਰ ਵੀ ਆਪਾਂ ਮੋਹਣੀ ਵੀਰ ਨੂੰ ਸਾਰਾ ਕੁਝ ਦੱਸ ਦਈਏ ਤੇ ਇਹ ਕਹਿੰਦਾ ਵੀ ਪਹਿਲਾਂ ਦੇਖ ਲਈਏ ਬੰਦਾ ਕੱਚਾ ਕੇ ਪੱਕਾ ਪਹਿਲਾਂ ਪਰਖ ਕਰ ਲਈਏ ਤੇ ਬਾਕੀ ਮੰਨ ਗਿਆ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਛੱਡਿਆ ਸੱਚੀ ਭਾਜੀ ਅਸਲੀ ਗੱਲ ਤੇ ਆਓ ਦੇਖੋ ਜੀ ਅਸੀਂ ਕਿਹੜਾ ਇੱਥੇ ਕੋਈ ਠੱਗੀ ਮਾਰਨ ਆਏ ਹਾਂਜੀ ਇਸ਼ਕ ਹੋ ਗਿਆ ਅੱਗੇ ਤੁਹਾਨੂੰ ਪਤਾ ਹੀ ਹੈ ਜਦੋਂ ਇਸ਼ਕ ਹੁੰਦਾ ਗੱਲਾਂ ਨਾਲ ਨਹੀਂ ਸਾਰਨਾ ਐ ਕਰੋ ਸੌਦਾ ਕਰੋ ਮੇਰੇ ਨਾਲ ਆ ਜਗਾੜੀ ਨੂੰ ਕਹਿ ਵੀ ਮੈਨੂੰ ਤੇ ਮੇਰੀ ਘਰ ਦੀ ਨੂੰ ਬਾਹਰ ਭੇਜ ਦੇ ਯੂਕੇ ਬਸ ਇੰਨੀ ਗੱਲ ਆ ਤਾਂ ਯੂਕੇ ਖੜਿਆ ਯੂਕੇ ਤੇ ਭਾਵੇਂ ਕੱਲ ਦੀ ਟਿਕਟ ਕਰਾ ਲਓ ਤੁਸੀਂ ਦੇਖ ਲੈ ਭੁੱਲ ਨਾ ਜਾਈ ਵੇ ਆਪਣੇ ਦਿਨ ਭੁੱਲ ਗਿਆ ਜਦੋਂ ਮੇਰੇ ਤੇ ਟਰਾਈਆਂ ਮਾਰਨ ਲਈ ਪਿੰਡ ਚ ਹੱਟੀ ਪਾ ਕੇ ਬਹਿ ਗਿਆ ਸੀ ਲੈ ਆ ਗਈ ਭਾਬੀ ਹੁਣ ਭਾਬੀ ਬੰਦਾ ਹੀ ਬੰਦੇ ਦਾ ਦਾਰੂ ਹੁੰਦਾ ਹੈ ਦੱਸੋ ਹੈ ਤੂੰ ਬੰਦਾ ਬਣ ਜਾ ਨਹੀਂ ਤਾਂ ਤਕਲੇ ਵਰਗਾ ਸਿੱਧਾ ਕਰ ਦੂੰ ਦੇਖ ਕਿਵੇਂ ਨਿਆਣਿਆਂ ਦੇ ਮਗਰ ਪਿਆ ਜਿਉਂਦਾ ਰਹਿ ਜਿਉਂਦਾ ਰਹਿ ਮੰਨ ਜਾ ਗੁਰੂ ਗੋਰਖਨਾਥ ਪਾ ਦੇ ਹੀ ਰਾਂਝੇ ਦੀ ਝੋਲੀ ਚ ਗੋਰਖਨਾਥ ਵੇ ਤੈਨੂੰ ਤਾਂ ਕੋਈ ਤਮਾਸ਼ੇ ਚ ਜਮੂਰਾ ਨਹੀਂ ਬਣਾਉਂਦਾ ਇਹ ਤਾਂ ਫੇਰ ਵੀ ਗੋਰਖਨਾਥ ਬਣਾ ਰਹੇ ਨੇ ਹੋਰ ਕੀ ਨਾਸ਼ਪਾਤੀਆਂ ਭਾਲਦਾ ਹੈ ਲੈ ਮਰਦਾਨ ਦੇਣ ਤੋਂ ਪਹਿਲਾਂ ਹੀ ਘੰਟੀ ਵੱਜ ਗਈ ਹੈਲੋ ਨਾ ਕੋਈ ਫੋਨ ਨਾ ਮੈਸੇਜ ਜਿੱਦਾਂ ਮੈਨੂੰ ਲੱਗਾ ਕਿਤੇ ਮੈਂ ਆਪ ਜੀ ਨੂੰ ਡਿਸਟਰਬ ਨਾ ਕਰਾਂ ਜਿੱਦਾਂ ਜੇ ਕੋਈ ਡਿਸਟਰਬ ਹੋਣਾ ਮੰਗੇ ਫਿਰ ਕਿੱਦਾਂ ਠੀਕ ਹੈ ਫਿਰ ਅੱਜ ਹੀ ਫੇਸਬੁੱਕ ਤੇ ਸਟੇਟਸ ਪਾ ਦਿੰਨੇ ਆ ਵੀ ਦਿਸ਼ਾ ਢਿੱਲੋਂ ਰੁਪਿੰਦਰ ਗਿੱਲ ਦੀ ਹੋ ਗਈ ਆ ਤੇ ਹੋਰ ਕੋਈ ਹੁਣ ਕ੍ਰਾਈਮ ਵਾਲਿਆਂ ਦੀ ਖੇਚਲ ਨਾ ਕਰੇ ਜਿੱਦਾਂ ਇੰਨਾ ਓਵਰ ਕੌਨਫੀਡੈਂਟ ਨਹੀਂ ਹੋਈਦਾ ਮੈਂ ਕਿਹੜਾ ਲਿਖ ਕੇ ਦਿੱਤਾ ਕਿੱਦਾਂ ਲਿਖ ਕੇ ਦੇ ਦਿਓ ਫਿਰ ਓਕੇ ਫਿਰ ਮੁੰਡਿਆ ਯੂਕੇ ਵਾਲਿਆ ਜਲਦੀ ਤੋਂ ਵੀ ਪਹਿਲਾਂ ਆ ਜਾ ਸਾਡੇ ਕੋਲ ਕਿਸੇ ਨਾਲ ਮਿਲਾਉਣਾ ਹੈ ਆਲਰਾਈਟ ਹੈ ਕਿਦਾਂ ਉਹਨੂੰ ਕਿ ਕਿੰਦਰ ਵਾਲੇ ਨੂੰ ਵੀ ਲੈ ਕੇ ਆਈ ਆਪਦੇ ਸਰ ਵਾਲੇ ਨੂੰ ਵੀ ਨਾਲ ਲਿਆਈ ਕਿਦਾਂ ਉਹ ਤਾਂ ਆਲਰੇਡੀ ਤਿਆਰ ਹੈ ਗੱਡੀ ਚ ਬੈਠਣ ਲਈ ਤੁਸੀਂ ਫੋਨ ਆਫ ਕਰੋ ਤੇ ਅਸੀਂ ਗੱਡੀ ਆਨ ਕਰਦੇ ਹਾਂ ਕਿਦਾਂ ਕਿਦਾਂ ਕੌਣ ਹੈ ਜਿਹਦੇ ਨਾਲ ਮਿਲਾਉਣਾ ਸੀ ਕਾਲਾ ਕਿਉਂ ਪਹਿਨਾ ਹੈ ਮਿਲਾ ਦੇਨੀ ਆ ਹਾਈ ਦਿਸ਼ਾ ਹਾਈ ਸੌਰੀ ਆਮ ਲੇਟ ਇਟਸ ਓਕੇ ਇਹ ਮੇਰੀ ਬੈਸਟ ਫਰੈਂਡ ਜੋਤੀ ਜੋਤੀ ਹੈ ਕਿੰਦਰ ਹਾਈ DJ from UK. ਤੇ ਇਹ ਹੈ ਰੂਪ ਰੂਪ ਕਿਦਾਂ ਸਤਿ ਸ਼੍ਰੀ ਅਕਾਲ ਹਾਈ ਸਤਿ ਸ਼੍ਰੀ ਅਕਾਲ ਕਮ ਸਿਟ ਯੇ ਰੂ ਓ ਜੈਸਾ ਨਾ ਵੈਸੀ ਲੁੱਕ ਮੇਰੇ ਵੱਲੋਂ ਪਾਸਿਆ ਕਿਦਾਂ ਬਗੈਰ ਟੈਸਟ ਤੋਂ ਪਾਸਿਆ ਅਸੀਂ ਅੱਖਾਂ ਨਾਲ ਹੀ ਸਕੈਨਿੰਗ ਕਰ ਲਈ ਦੀ ਹੈ ਜੋਤੀ ਮਾਇੰਡ ਨਾ ਕਰਿਓ ਬਹੁਤ ਬੋਲਦੀ ਆ ਨੋ 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 ਮਾਇੰਡ ਨੈਵਰ ਮਾਇੰਡ ਮੁੰਡੇ ਕਿਦਾਂ ਕੁੜੀਆਂ ਦਾ ਬੋਲਣਾ ਮਾਇੰਡ ਹੀ ਨਹੀਂ ਕਰਦੇ ਸਪੈਸ਼ਲੀ ਇਨ ਯੂਕੇ ਐਂਡ ਐ ਓ ਗੋਡ ਮੈਂ ਤਾਂ ਤੁਹਾਨੂੰ ਦੱਸਣਾ ਹੀ ਭੁੱਲ ਗਈ ਜੋਤੀ ਵੀ ਯੂਕੇ ਤੋਂ ਹੈ ਓ ਯੇ ਦਿਸ਼ਾ ਟੋਲਡ ਮੀ ਤੁਸੀਂ ਸਾਊਥ ਹਾਲ ਰਹਿੰਦੇ ਆ ਮੈਂ ਐਸ਼ਲੀ ਰੋਡ ਰਹਿੰਦੀ ਆ 28 ਨੰਬਰ ਹਾਊਸ ਹੈ ਮੇਰਾ ਤੇ ਤੁਹਾਡਾ ਵਟ ਪੈਂਦਾ ਹੈ ਮੇਰੇ ਮੈਨੂੰ ਕਿਤੇ ਜਾਣਾ ਪੈਣਾ ਆ ਮੈਂ ਕਿੱਦਾਂ ਤੇਰੇ ਵੱਟ ਕੇ ਮਾਰਨਾ ਆ ਯੂ ਕੈਨ ਲੀਵ ਮੀ ਅਲੋਨ ਮੈਂ ਇਕੱਲੇ ਇੱਥੇ ਕੰਨੇ ਚੁੱਪੜੇ ਮੈਂ ਪੁੱਛਿਆ ਤੁਸੀਂ ਰਹਿੰਦੇ ਕਿੱਥੇ ਆ ਅਸੀਂ ਗੈਲਫਰਡ ਗਲਾਸੀ ਜੰਕਸ਼ਨ ਓਏ ਮੈਂ ਡਰਿੰਕ ਟਾਈਮ ਨਹੀਂ ਪੁੱਛਿਆ ਮੈਂ ਤੁਹਾਡਾ ਪਰਮਨੈਂਟ ਰੈਜ਼ੀਡੈਂਸ ਪੁੱਛ ਰਹੀ ਆ ਓ ਹੋ ਇਹ ਪੁੱਛਦੀ ਆ ਕਰਤਾ ਨਹੀਂ ਹੁੰਦੀ ਐਕਚੁਅਲੀ ਇਹਦਾ ਹਸਬੰਡ ਵੀ ਥੋੜਾ ਸ਼ੱਕੀ ਆ ਓ ਦੈਟਸ ਨਾਈਸ ਕਿਦਾਂ ਸੀ ਨਾ ਉੱਥੇ ਕਿੱਦਾਂ ਗੁਰਦੁਆਰੇ ਕੋਲ ਰਹਿੰਦੇ ਆ ਉਹ ਤਾਂ ਠੀਕ ਆ ਪਰ ਤੁਸੀਂ ਨਾਨਕ ਸਾਹਿਬ ਗੁਰਦੁਆਰੇ ਦੇ ਕੋਲ ਰਹਿੰਦੇ ਆ ਜਾਂ ਫਿਰ ਸਿੰਘ ਸਭਾ ਗੁਰਦੁਆਰਾ ਡੇਲੀ ਜਾਈਦਾ ਉੱਥੇ ਜਾਂਦੀ ਤਾਂ ਮੈਂ ਵੀ ਆ ਉਹ ਵੀ ਡੇਲੀ 4 ਸਾਲਾਂ ਤੋਂ
पर अप्पा तो कदी मिले नहीं। I know. Strange. By chance, असी किधर फिर रात बराते ज़्यादा जाने हैं ना जी? Oh, देने कम पे होने हैं ना? Yeah, right? It's a lot of work. Anyway, eat out ले किधर जाने हो? आप असी तो ज़्यादा किधर फिर गौरद्वारे लंगर ही छकीदा? Restaurant से जिधर सी काट जाइदा है, लंगर दे फिर दे लंगर छक लेइदा है। नाले रोटी तो ज़्यादा बंदे दी thinking important होंदी है किधर तुसी सोच दे की या? No philosophy. दसना तो पहने ही है. थोड़ा taste भी तो पता चले. ला. Taste? इधर किधर तुसी pass कांड तो बाद भी test लायन लग गए. ये है किधर no fair. दस दो ना please. आप उठते जाया करेंगे. कमाल है. तुसी जवाब ही नहीं देंदे. चलो रुक. ए दसो की सब तो पहला लंदन विच साड़ी सेली नू किथे लेके जाऊंगी? ओह जिद्दा स्टैच्यू ऑफ लिबर्टी ले जाएंगे? की ओ तो न्यूयॉर्क चा नाओ किदा ओथे ता सी रहने या लंदन च केड़ी गल या हनीमून मनाउन वास्ते ता न्यूयॉर्क जाना पेना या बाय द वे मैं ट्यूब विच जॉब कर दी ले ट्यूब लंदन विच रह के थानू ट्यूब दा नहीं पता? अपने लंदन विच एक नदी वगदी है ना, की ना है ओदा? लंदन विच एक कोई नदी वगदी है ते ओदा नाम है थेम्स। Yeah, obviously Thames. Thames, forgot the names. ऑक्सफोर्ड स्ट्रीट ते एक पंजाबी बीकानेरी रेस्टोरेंट है, उथे ता जांदे रहंदे होवोंगे ना? ओह या, वेरी ऑफन। जिथे जिथे गोलगप्पे खाईदे आ, किन्ने स्वाद होंदे आ तिखे। उथे ता बैठे रहीदा या किदा? एस ना दा रेस्टोरेंट पूरे इंग्लैंड विच नहीं है। गोलगप्पे किथे खाईदे सी आपा? किथे बंद होए आ या ओ? ओ बंद हो गया होगा फिर। हां फिर किदा? नाउ स्टॉप दिस ड्रामा। सॉरी दिशा, ए बंदे फेलियर मेरे टेस्ट विचो। की मतलब? मैं समझी नहीं। फ्रॉड या तो एक कदी यूके गए नहीं। मैं भी कहा इन्ना ता जिड्डा किड्डा मैं नहीं बोलदी जिन्ना इन्ना नु रठिया होया। जो ते की कह रही है तू बोलदा क्यों नहीं? रू नहीं मैं किद्दा दस ज्योति ठीक कह रही है दिशा, मैं गिल्ला तो रुपिंदर। दरअसल जब मैं पहली बार शट अप, कुछ बोलने की लोड़ नहीं, इन्ना वड्डा धोखा। मैं तेनू प्यार करता दिशा। मेरा नाम ले अपनी जुबान तो प्यार नु मजाक बना के रखे। अज दी मंडीर ने अज तो बाद मैनू अपनी शक्ल ना दिखाई। दफा हो जाए जी। समान सिर ते रख दे भरावा। ओ ते क्यों औखा ने, फेल तो असी अपनी गलती नाल होया। इश्क दी डिग्री ता फेल हो कई मिलदी है भाई। फेल हो जांदे ता कोई गल नहीं सी यार, ए ता सारा नकल दा केस पै गया। तेले दी भी कदर हुंदी है, सो कदर ना गवायो भाई। सियाणी गल कीती है मिठो ने, उम्मीद नहीं छड्डी दी। चंगा पापी। चंगा भाई, जे कदे लगया थोड़े काम आ सकदे है ता कह दियो। की होया जे ओ रिश्ता नहीं जुड़िया, पर थोड़े नाल ता उम्र भर दा रिश्ता बन गया। बाकी भाभी साडे कोलों कोई गलती हो गई होवे ता सानू माफ करना। नहीं भरावो, तुसी ता हीरे वीरे हो, मैनू सारी गल दसती मोणी ने। पर ओ नाला काम ना कर भाभी, फिर मैं साडा भी मन खराब हुंदा। सरदार जी छोजे बिना जी नहीं लगना। ओए आपा शहर मिले आया करांगे इन्ना नू, इत्थे ने बैठो वीरे।
लवली ओ को खेड़ी वाले ढिलों का फोन आया कि नहीं? नहीं कोई फोन नहीं आया। मेरी तो किस्मत ही पिछले 6 महीने तो बर्फ च लगी पई है। तेरी तो पिछले 6 महीने तो लगी है। मेरा बैड लक था उस दिन शुरू हो गया सी जिस दिन मेरी तेरे नाल मैरिज हुई। तू थकदी नहीं रोज रोज इको गल करके? होर नहीं तकी तेरे मॉम डैड ने तो जमीन दा झूठ बोल के तेरे वर्गा अनपढ़ गवार मेरे पल्ले पाता। हुण फिर तेनू धोखा देण दे जुर्म च लोकां नाल भी धोखे मैं ही कर रहा। अच्छा ते जेड़ा मेरा मनी तू कैनेडा दे कैसीनोज विच उड़ाया ओ मैं तेरे थ्रू ही पूरा करांगी ना। घर वाले नु कजन बना के हना लगदा है अपने दिन भोग गए। हुण सुन ले जे इहो कंडीशन रही ना मैं कनेडा वापस चले जाना। मैं कनेडा वापस चले जाना बड़िया फैक्ट्रियां चल दियां ना तेरी उथे ना इथे ता तू मेरे लिए नोट छापने मशीन लवाई ना फिर ओ लाइयो सी। हां खेड़ी वालेयां दी कुड़ियों नी काबू आई एक बाय बाय इंडिया वाला दलजीत एदी पता नहीं किवें गुड्डी चढ़ गई यही बैठा अपने जोड़ां च। ए बाय बाय इंडिया वाले दा पता करना पैणा करांगे पर सेफ रह के लिटिल मिस्टेक सीधा गो जेल। प्लीज तू अपनी अंग्रेजी ते काबू पा ले। तू हुण कजन बन के रहना तेरी। क्यों ओनू के एक बारी गल कर लवे मेरे नाल। किथे ओ छोटी जी पग वाला मेरे सामने अंगड़ मार खाऊगा मैं। ओ तू छड्ड ओनू मेरी गल करा। नो तुसी गेम खेडी सी ना गेम इज ओवर। ओ ठीक है जे गेम खेडी सी एदे करके खेडी सी। दिशा इनू कह दी मैं पिछे हटन नाल नहीं प्यार करदा एदे नाल। झूठा है तू। Why did you lie to me? I loved you. मैं तेनु कभी माफ नहीं करांगी। की होया दिशो जी सारा दिन अपने कमरे च पई रहिंदी है। मैं कीती सी गल कहिंदी एग्जाम दी टेंशन है। मैनू ओदे व्याह दी टेंशन है। जे ओ मुंडे रूप ने किते होर हां हूं करती फिर की करांगे। मैं करदी आ ना गल ओदे नाल। मैं कहना ओदी मंगनी हुणे कर देनी चाहिदी है। मेरी मन्नो ता कुड़ी ते प्रेशर ना पाओ ओनू आप डिसीजन लेन दियो। मेरी ना मन्नी कदे तू अपनी मारी जाई। मर्जी है तुहाडी। प्रेशर ना पाओ इन्ना सोहना मुंडा मिलिया जे हथों निकल गया फिर एहो जे मुंडे रोज रोज नहीं मिलदे उपरों NRI। ਇਹਨੂੰ ਕੀ ਫਰੋਲੀ ਜਾਂਦਾ ਦਿਮਾਗ ਨੂੰ ਫਰੋਲ ਸੋਚ ਕੁਛ। ਕੀ ਫਰੋਲਾਂ ਦਿਮਾਗ ਦਾ? ਦਿਮਾਗ ਦੇ ਤਾਂ ਸ਼ਟਰ ਬੰਦ ਆ ਜੰਦਰੇ ਲੱਗੇ ਆ। ਦਿਲੋਂ ਦਿਮਾਗ ਚ ਕਰਫਿਊ ਲੱਗੇ ਕੁਛ ਨਹੀਂ ਦਿਸਦਾ ਇਸ ਵੇਲੇ। ਇੱਕ ਕੰਮ ਕਰ ਕਿੰਦਰ ਨੂੰ ਫੋਨ ਲਾ। ਕਿੰਦੀ ਜੋ ਵੀ ਹੈ ਉਹਨੂੰ ਕਹਿ ਇੱਕ ਵਾਰੀ ਦਿਸ਼ਾ ਨਾਲ ਗੱਲ ਕਰਾ ਦੇ। ਮੇਰੇ ਤੋਂ ਨਹੀਂ ਲਾਇਆ ਜਾਂਦਾ ਕਿੰਦੀ ਨੂੰ ਫੋਨ। ਉਹ ਬਾਰ ਬਾਰ ਬੇਇੱਜ਼ਤੀ ਕਰਦੀ ਇੰਨੀ ਬੇਇੱਜ਼ਤੀ ਨਹੀਂ ਮੇਰੇ ਤੋਂ ਕਰਾਈ ਜਾਂਦੀ। ਆਹ ਲਾ ਲਾ ਜਿਹਨੂੰ ਪਾਗਲ। ਹੈਲੋ ਹੈਲੋ ਤੁਸੀਂ ਕਿਉਂ ਫੋਨ ਕਰਦੇ ਰਹਿੰਦੇ ਕਿੰਦਰ ਨੂੰ? ਬਦਤਮੀਜ਼ ਹੈ ਝੂਠਾਂ ਦੀ ਪੰਡ ਸਟੂਪਿਡ। ਲੈ ਲੈ ਪ੍ਰਸ਼ਾਦ ਹੁਣ ਫ੍ਰੀ ਵੰਡਦੀ ਅਗਲੀ। ਪ੍ਰਸ਼ਾਦ ਲੱਗਦੀ ਨਹੀਂ ਗਾਲਾਂ ਫੋਨ ਨਾ ਕਰਨਾ ਕਦੀ ਵੀ। ਮਰ ਗਈ ਕਿੰਦਰ? ਨਾ ਕਿੰਦਰ ਸੌਰੀ ਕਿੰਦੀ ਇਦਾਂ ਨਾ ਕਹਿ ਪਲੀਜ਼ ਹੈ। ਫੋਨ ਰੱਖ ਦਿਓ ਜੰਮੇ ਕਟਾ। ਦੇ ਪਤਾ ਕੀ ਹੈ ਕਿੰਦੀ ਉਹਨਾਂ ਆਪਣੀ ਸਹੇਲੀ ਨਾਲ ਇੱਕ ਵਾਰੀ ਰੂਪ ਨੂੰ ਮਿਲਾ ਦੇ ਵਿਚਾਰਾ ਬੈਠਾ ਮੇਰੇ ਕੋਲ ਬਹੁਤ ਬੁਰਾ ਹਾਲ ਹੈ ਮਰ ਜਾਣਾ ਵਿਚਾਰੇ ਨੇ। ਜਿਹਦਾ ਨਾਂ ਵੀ ਲਿਆ ਨਾ ਦਿਸ਼ਾ ਕੋਲ ਉਹਨੇ ਮੈਨੂੰ ਮਾਰ ਦੇਣਾ। ਉਹਨੂੰ ਪੁੱਛੇ ਇਹ ਦੱਸ ਦੇ ਚੱਲ ਇੰਨਾ ਹੀ ਦੱਸ ਦਿਓ ਹੈ ਕਿੱਥੇ ਇਸ ਵੇਲੇ ਦਿਸ਼ਾ? ਮੈਂ ਕੀ ਦੱਸਾਂ ਮੈਨੂੰ ਫੋਨ ਨਾ ਕਰਨਾ ਹੁਣ ਮਿਸਟਰ ਜੁਗਾੜੀ। ਫਰਾਡ ਨਾ ਹੋਵੇ ਤਾਂ ਓਕੇ। ਲੈ ਲੈ ਛਣਕਣਾ ਤੂੰ ਅੱਜ ਹੀ ਜਾ ਕੇ ਕਿੰਦੀ ਨੂੰ ਮਿਲ। ਮੇਰਾ ਦਿਲ ਕਹਿੰਦਾ ਤੂੰ ਉਹਨੂੰ ਮਨਾ ਲੇਗਾ। ਆਜਾ ਮਤਲਬ ਟੈਲੀਫੋਨ ਤੇ ਬੇਇੱਜ਼ਤੀ ਘੱਟ ਹੋਈ ਹੈ ਹੁਣ ਲਾਈਵ ਜਾ ਕੇ ਬੇਇੱਜ਼ਤੀ ਕਰਾਵਾਂ। ਮਾੜੇ ਵਕਤ 'ਚ ਯਾਰੀਆਂ ਦੇ ਕੰਮ ਆਉਂਦੇ ਆ। ਸਿਰਫ ਕੈਂਡੀ ਮੈਨੂੰ ਦਿਸ਼ਾ ਨਾਲ ਮਿਲਾ ਸਕਦੀ ਹੈ। ਲਾਸਟ ਟਾਈਮ
ਇਦੋਂ ਬਾਅਦ ਬੇਇੱਜ਼ਤੀ ਕਰਾਉਣ ਦੀ ਨੌਬਤ ਆਈ, ਤੂੰ ਕਰਾਏਂਗਾ ਜਾ ਕੇ, ਮੈਂ ਨਹੀਂ ਕਰਾਉਂਦਾ। ਥੈਂਕ ਯੂ ਵੀਰੇ। ਕਿੰਨੇ ਦੇਖ ਲੈ ਯਾਰ, ਬੰਦਾ ਤਾਂ ਮੈਂ ਉਹ ਹੀ ਆ ਨਾ, ਬਸ ਯੂਕੇ ਵਾਲਾ ਟੈਗ ਹੀ ਨਕਲੀ ਸੀਗਾ। ਇਹੀ ਤਾਂ ਗੜਬੜ ਹੈ। ਮੇਰੇ ਚ ਕੋਈ ਗੜਬੜ ਤਾਂ ਨਹੀਂ ਨਾ, ਮੈਂ ਬੰਦਾ ਤਾਂ ਨਹੀਂ ਨਾ ਮਾੜਾ ਹੈਗਾ। ਬੰਦਾ ਤੂੰ ਚੰਗਾ ਹੈ, ਪਰ ਹੈ ਇਧਰ ਲਾਣਾ 100% ਇਧਰ, ਪਰ ਮੈਨੂੰ 100% ਐਨਆਰ ਚਾਹੀਦਾ। ਮੈਂ ਤਾਂ ਤੈਨੂੰ ਪਿਆਰੀ ਤਾਂ ਹੀ ਕੀਤਾ ਸੀ, ਬੰਦਾ ਤੂੰ ਚਾਹੇ ਜਿਹੋ ਜਿਹਾ ਵੀ ਮਰਜ਼ੀ ਹੁੰਦਾ, ਪਰ ਉਹ ਦਿਲ ਹੋਣਾ ਚਾਹੀਦਾ ਸੀ। ਮਤਲਬ ਕਲੀਅਰ ਕੱਟ ਫੰਡਾ ਹੈ ਕਿੰਦਰ ਦਾ, ਪਿਆਰ ਤੇ ਵਿਆਹ ਉਹਦੇ ਨਾਲ ਹੋ ਜਿਹੜਾ ਉਹਨੂੰ ਬਾਹਰ ਲੈ ਕੇ ਜਾਓ। ਆਹੀ ਮਸਲਾ ਹੈ? ਆਹੀ ਨਹੀਂ, ਸਿਰਫ ਇਹੀ। ਲੈ ਇਹ ਕਿਹੜੀ ਗੱਲਾਂ ਚੋਂ ਗੱਲ ਹੈ, ਸਾਲ ਦਾ 150 ਬੰਦਾ ਮੈਂ ਬਾਹਰ ਨੂੰ ਭੇਜਦਾ, ਆਪਾਂ ਆਪ ਜਾ ਕੇ ਵੀ ਬਾਹਰ ਸੈਟਲ ਹੋ ਜਾਾਂਗੇ ਬਾਅਦ ਚ, ਕਿਹੜੀ ਗੱਲਾਂ ਚੋਂ ਗੱਲ ਹੈ। ਤੂੰ ਝੂਠ ਤਾਂ ਨਹੀਂ ਬੋਲ ਰਿਹਾ? ਨਾ ਨਾ, ਆ ਦੇਖ ਮੇਰੇ ਆ ਮਾਂ ਬਾਪ ਦੀਆਂ ਰੂਹਾਂ ਮੈਨੂੰ ਉਪਰੋਂ ਵੇਖ ਰਹੀਆਂ, ਪੁੱਛ ਲੈ ਮੈਂ ਕਦੇ ਜ਼ਿੰਦਗੀ ਝੂਠ ਬੋਲਿਆ? ਸੌਂ ਲੱਗੇ ਭਾਵੇਂ ਪਾਪਾ ਜੀ ਦੀ, ਕਦੇ ਝੂਠ ਬੋਲਿਆ? ਨੈਵਰ। ਠੀਕ ਹੈ, ਮੈਂ ਤੈਨੂੰ ਇੱਕ ਵਾਰੀ ਮਾਫ਼ ਕੀਤਾ, ਪਰ ਗੱਲ ਤਾਂ ਬਣੂ ਜੇ ਤੂੰ ਮੈਨੂੰ ਬਾਹਰ ਲੈ ਕੇ ਜਾਏਂਗਾ ਤਾਂ। ਚਾਹ ਪੀਏਂਗਾ? ਪੀਤੀ ਤੇ ਨਹੀਂ ਕਦੀ ਵੈਸੇ, ਪਰ ਅੱਜ ਮੈਂ ਮਨਾ ਨਹੀਂ ਕਰ ਸਕਦਾ, ਪੀ ਲਾਂਗੇ। ਚੱਲ ਦਿਸ਼ਾ, ਮੈਂ ਮੰਨਦਾ ਮੈਂ ਗਲਤ ਕੀਤਾ, ਪਰ ਜੋ ਵੀ ਕੀਤਾ ਤੈਨੂੰ ਪਾਉਣ ਲਈ ਕੀਤਾ। ਦਿਸ਼ਾ ਦਿਸ਼ਾ ਮੇਰੀ ਗੱਲ ਤਾਂ ਸੁਣ, ਦਿਸ਼ਾ ਪਲੀਜ਼ ਇੰਨੀ ਵੱਡੀ ਸਜ਼ਾ ਤਾਂ ਨਾ ਦੇ ਮੈਨੂੰ, ਪਲੀਜ਼ ਪਲੀਜ਼। ਦਿਸ਼ਾ ਦਿਸ਼ਾ, ਤੂੰ ਪਹਿਲੀ ਤੇ ਆਖਰੀ ਕੁੜੀ ਹੈ ਜਿਹਦੇ ਮੈਂ ਹਾੜੇ ਕੱਢ ਰਿਹਾ। ਮੈਡਮ ਯੈਸ, ਪਿਆਰ ਕਰਨਾ ਕੋਈ ਬੁਰੀ ਗੱਲ ਹੈ? ਨਹੀਂ ਨਹੀਂ, ਕੌਣ ਕਹਿੰਦਾ? ਸੁਣਿਆ ਦਿਸ਼ਾ, ਬਾਈ ਜੀ ਕਿਸੇ ਨੂੰ ਪੜ੍ਹ ਲਈ ਝੂਠ ਬੋਲਣਾ ਪਾਪ ਹੈ? ਛੋਟਾ ਮੋਟਾ ਤਾਂ ਝੂਠ ਚੱਲਦਾ ਹੈ ਕਾਕਾ। ਮੈਡਮ ਜੇ ਦਿਲੋਂ ਕੋਈ ਸੌਰੀ ਕਵੇ ਮਾਫ਼ ਕਰਨਾ ਚਾਹੀਦਾ ਕਿ ਨਹੀਂ? ਮੈਂ ਤਾਂ ਕਰ ਦਾਂਗੀ। ਸੁਣਿਆ ਸੁਣਿਓ ਬਾਈ ਜੀ, ਸੁਣ ਸਕਦਾ ਹੈ? ਬਾਈ ਜੀ ਪਲੀਜ਼ ਬੇਨਤੀ ਸੁਣੋ, ਮੈਡਮ ਇਸ ਬੀਬੀ ਨੂੰ ਮੈਂ ਪਿਆਰ ਕਰਦਾ, ਇੱਕ ਛੋਟਾ ਜਿਹਾ ਝੂਠ ਬੋਲਿਆ ਸੀ ਮੈਂ ਕਿਸੇ ਲਾਲਚ 'ਚ ਨਹੀਂ, ਇਹਨੂੰ ਪਾਉਣ ਲਈ, ਉਹ ਵੀ ਇਹਦੇ ਡੈਡੀ ਕਰਕੇ, ਤੇ ਅੱਜ ਮੈਂ ਤੋਂ ਮਾਫੀ ਮੰਗਦਾ ਤੁਹਾਡੇ ਸਾਰਿਆਂ ਦੇ ਸਾਹਮਣੇ। ਆ ਲੈ ਆ ਲੈ, ਮਾਫ ਕਰ ਦੇ ਮੈਨੂੰ, ਮੈਂ ਤੇਰਾ ਗੁਨਹਿਗਾਰ ਹਾਂ। ਬਹੁਤ ਹੋ ਗਿਆ, ਹੁਣ ਤੂੰ ਇਹ ਡਰਾਮਾ ਬੰਦ ਕਰੇਗਾ ਕਿ ਨਹੀਂ? ਹੱਦ ਹੈ ਯਾਰ, ਮੇਰੀ ਜ਼ਿੰਦਗੀ ਦਾ ਸਵਾਲ ਹੈ, ਤੂੰ ਡਰਾਮਾ ਕਹੀ ਜਾਨੀ? ਤੂੰ ਚਾਹੁੰਦਾ ਕੀ ਹੈ? ਤੈਨੂੰ ਚਾਹੁੰਦਾ ਤੇ ਆਪਣੀ ਗਲਤੀ ਦੀ ਮਾਫੀ ਚਾਹੁੰਦਾ। ਝੂਠਾ ਹੈ ਤੂੰ, ਡਰਾਮੇਬਾਜ਼ ਹੈ, ਧੋਖਾ ਦਿੱਤਾ ਮੈਨੂੰ। ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਸੀਗਾ, ਮੇਰੇ ਘਰਦੇ ਨਾਲ ਗੱਲ ਕਰ ਲੈਂਦਾ, ਮੇਰਾ ਹੱਥ ਮੰਗਦਾ ਬੰਦਿਆਂ। ਮੰਗਿਆ ਸੀ, ਮੇਰੇ ਡੈਡ ਨੇ ਤੇਰੇ ਡੈਡ ਨੂੰ ਫੋਨ ਵੀ ਕੀਤਾ ਸੀ, ਉਹ ਕਹਿੰਦੇ ਸਾਨੂੰ NRI ਮੁੰਡਾ ਚਾਹੀਦਾ। ਝੂਠ ਬੋਲਦਾ ਤੂੰ। ਸੌਣ ਲੱਗੇ ਮੈਨੂੰ ਮੇਰੀ ਮਾਂ ਦੀ ਸੌਂ। ਉਡੀਕਾਂਗਾ ਕੱਲ ਤੈਨੂੰ ਬੰਬੀ ਤੇ। ਮੈਨੂੰ ਯਕੀਨ ਸੀ ਮੇਰੀ ਉਡੀਕ ਖਾਲੀ ਨਹੀਂ ਜਾਊਗੀ। ਮੈਨੂੰ ਅਜੇ ਵੀ ਤੇਰੇ ਤੇ ਯਕੀਨ ਨਹੀਂ ਹੈ। ਜੇ ਯਕੀਨ ਨਾ ਹੁੰਦਾ ਤੂੰ ਇੱਥੇ ਨਹੀਂ ਆਉਂਦੀ। ਮੈਂ ਸਿਰਫ ਆਪਣਾ ਫੈਸਲਾ ਸੁਣਾਉਣਾ ਹੀ ਹਾਂ। ਤੂੰ ਤੇ ਮੈਂ ਕੌਣ ਹੁੰਦੇ ਫੈਸਲਾ ਕਰਨ ਵਾਲੇ? ਸਾਡਾ ਫੈਸਲਾ ਤਾਂ ਰੱਬ ਨੇ ਕਰਤਾ ਹੈ, ਸਾਰੀ ਉਮਰ ਇਕੱਠਿਆਂ ਰਹਿਣ ਦਾ। ਮੈਂ ਇੱਦਾਂ ਮਗਰ ਲੱਗਣ ਵਾਲੀ ਨਹੀਂ ਹਾਂ। ਤੈਨੂੰ ਮਗਰ ਲੱਗਣ ਨੂੰ ਕੌਣ ਕਹਿੰਦਾ ਹੈ? ਅਸੀਂ ਹੈਗੇ ਹਾਂ ਤੇਰੇ ਪਿੱਛੇ ਪਿੱਛੇ।
ਕਲਾਂ ਦਾ ਪੀਰ ਹੈ ਤੂੰ ਝੂਠਾ ਹੈ ਸਿਰੇ ਦਾ ਡਰਾਮੇਬਾਜ਼ ਬਹੁਤ ਰੁਆਇਆ ਮੈਨੂੰ ਤੂੰ ਕੱਲੀ ਤਾਂ ਨਹੀਂ ਰੋਈ ਮੈਂ ਵੀ ਤਾਂ ਰੋਇਆ ਤੇਰੇ ਨਾਲ ਇੱਕ ਵਾਰ ਤਾਂ ਮਨ ਚ ਆਇਆ ਮਰੀ ਜਾਵਾਂ ਹੁਣ ਜੁਕੀ ਕੀ ਕਰਦਾ ਤੂੰ ਦੱਸ ਮੈਂ ਕੀ ਕਰਦਾ ਤੇਰੇ ਡੈਡੀ ਨੂੰ ਇੱਕ ਕਿਨਾਰੇ ਮੁੰਡਾ ਹੀ ਚਾਹੀਦਾ ਸੀ ਜੇ ਮੈਨੂੰ ਕੁਛ ਹੋ ਜਾਂਦਾ ਇਹ ਥੋੜਾ ਕੱਲਿਆਂ ਜਾਣ ਦੇਣਾ ਸੀ ਤੈਨੂੰ ਬਹੁਤ ਰੁਆਇਆ ਮੈਨੂੰ ਹੁਣ ਛੱਡ ਕੇ ਨਾ ਜਾਈ ਚੰਗੀ ਪਲੀ ਕੁੜੀ ਨੂੰ ਵਿਗਾੜ ਕੇ ਰੱਖਦਾ ਇਸ ਬਦਮਾਸ਼ ਨੇ ਜੋ ਮਰਜ਼ੀ ਕਹਿ ਲੈ ਹੁਣ ਤੂੰ ਸਾਡੀ ਬੇਗਮ ਤੇ ਅਸੀਂ ਤੇਰੇ ਚਾਕਰ ਇੱਥੇ ਤੁਸੀਂ ਆਪਣਾ ਨੇਮ ਫਿਲ ਕਰਨਾ ਇੱਥੇ ਐਡਰੈਸ ਓਕੇ ਆ ਗਈ ਨਾ ਸਮਝ ਓਕੇ ਮੈਮ ਐਕਸਕਿਊਜ਼ ਮੀ ਸਰ ਸਰ ਇੱਕ ਮੈਡਮ ਤੇ ਇੱਕ ਸਰ ਤੁਹਾਨੂੰ ਮਿਲਣ ਲਈ ਆਏ ਬੈਠੇ ਨੇ ਤੁਹਾਡੇ ਆਫਿਸ ਚ ਮੈਡਮ ਤੇ ਸਰ ਜੀ ਇਹਦਾ ਮਤਲਬ ਕਿੰਡੀ ਆਪਣੇ ਡੈਡੀ ਨੂੰ ਲੈ ਕੇ ਪਹੁੰਚ ਵੀ ਗਈ ਹੈ ਹੈ ਬੜੀ ਇੰਟੈਲੀਜੈਂਟ ਹੈ ਯਾਰ ਕੰਮ ਕਰੋ ਓਕੇ ਓਕੇ ਸਰ ਹਾਂਜੀ ਦੱਸੋ ਸਤਿ ਸ਼੍ਰੀ ਅਕਾਲ ਹੋ ਗਈ ਅੱਗੇ ਦੱਸੋ ਹੈਲੋ ਰਹਿ ਗਈ ਸੀ ਟੇਕ ਮਾਈ ਹੈਲੋ ਐਂਡ ਲੋਟਸ ਆਫ ਇੰਟਰੋ ਦਾਸ ਨੂੰ ਮਿੰਟੂ ਕਹਿੰਦੇ ਆ ਕੌਣ ਕੌਣ ਕਹਿੰਦਾ ਦੱਸੋ ਆਪਾਂ ਗੱਲ ਕਰ ਲੈਨੇ ਕਿਹੜੀ ਗੱਲ ਓ ਨੋਟ 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 ਮੀ ਮਿੰਦਰਪਾਲ ਸਿੰਘ ਦਾਦੀ ਜੀ ਪਿਆਰ ਨਾਲ ਮੈਨੂੰ ਮਿੰਦੂ ਮਿੰਦੂ ਕਹਿੰਦੇ ਆ ਵੈਸੇ ਵੈਨ ਆਈ ਵਾਜ਼ ਵੇਗ ਦੈਨ ਪੂਆ ਸੈਡ ਮੀ ਮਿੰਟੂ ਦ ਅਨਦਰ ਥਿੰਗ ਐਕਸਕਿਊਜ਼ ਮੀ ਜੇ ਨਾਂ ਦੀ ਵਿਆਖਿਆ ਇੰਨੀ ਜ਼ਿਆਦਾ ਹੁੰਦੀ ਤੇ ਘੱਟੋ ਘੱਟ ਇਹਨਾਂ ਦਾ ਨਾਮ ਨਾ ਮੈਨੂੰ ਦੱਸਿਓ ਨੋ ਆਈ ਵਿਲ ਟੈਲ ਯੂ ਮਾਈ ਨੇਮ ਇਟਸ ਲਵਲੀ ਓ ਲਵਲੀ ਸ਼ਾਰਟ ਐਂਡ ਸਵੀਟ ਹੈਲੋ ਵੈਸੇ ਸਾਡਾ ਕਾਰੋਬਾਰ ਵੀ ਸੇਮ ਹੀ ਹੈ ਜੋ ਦੇ ਤੁਸੀਂ ਇਸ ਕਾਰੋਬਾਰ ਚਾਹੇ ਹੋ ਸਾਡਾ ਨੁਕਸਾਨ ਬਹੁਤ ਹੋਇਆ ਦ ਲੋਟਸ ਆਫ ਡਿਫਿਕਲਟੀਜ਼ ਇਨ ਔਨ ਫਰੰਟ ਆਫ ਅਸ ਐਕਚੁਅਲੀ ਯੈਸ ਆਈਲੈਂਡਸ ਤੋਂ ਤਾਜ਼ੇ ਤਾਜ਼ੇ ਫੇਲ ਹੋਏ ਲੱਗਦੇ ਆ ਡੇਢ ਬੈਂਡ ਆ ਗਿਆ ਸੀ ਕਿ ਨਹੀਂ ਐਕਚੁਅਲੀ ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਆਪਾਂ ਮਿਲ ਕੇ ਲੋਟਸ ਆਫ ਮਨੀ ਅਰਨ ਕਰ ਸਕਦੇ ਆ ਵਾਟ ਯੂ ਥਿੰਕ 50-50 ਲੋਟਸ ਆਫ ਪ੍ਰੋਫਿਟ ਮਤਲਬ ਮਤਲਬ ਹੈ ਕਿ 10 ਤੋਂ 2 ਵਾਰ ਭੇਜਾਂਗੇ ਤੇ ਬਾਕੀ ਰਾਮ ਨਾਮ ਸੱਤ ਹੈ ਸਿੰਪਲ ਨਹੀਂ ਤੁਸੀਂ ਕੀ ਸੋਚ ਕੇ ਆਏ ਮੇਰੇ ਆਫਿਸ ਦੇ ਵਿੱਚ ਆਹੀ ਵੀ ਸਰਦਾਰ ਨੂੰ ਬੁਲਾਵਾਂਗੇ ਡੀਲ ਵੀ ਫੀਲ ਗੁੱਡ ਜੂ ਹੋ ਕੀ ਯੈਸ ਨਹੀਂ ਡੀਲ ਦਾ ਤਾਂ ਮੈਨੂੰ ਪਤਾ ਨਹੀਂ ਪਰ ਜਦੋਂ ਮੈਂ ਲੋਟਸ ਆਫ ਜੁੱਤੀਆਂ ਮਾਰੀਆਂ ਨਾ ਤੇਰੇ ਤੂੰ ਬੜਾ ਬੈਡ ਫੀਲ ਕਰੇਗਾ ਆ ਲਵਲੀ ਬੀਬੀ ਦਾ ਲਿਆਜ ਕਰ ਰਿਹਾ ਮੈਂ ਵਰਨਾ ਤੇਰੇ ਵਰਗਾ ਤੇ ਹੁਣ ਤੱਕ ਗੰਜਾ ਕੀਤਾ ਹੁੰਦਾ ਮੈਂ ਓ ਹੈਲੋ ਸਰਦਾਰ ਕਾਇੰਟ ਬਣਨ ਦੀ ਕੋਸ਼ਿਸ਼ ਨਾ ਕਰ ਬ੍ਰੇਨ ਯੂਜ਼ ਕਰ ਲੋਟਸ ਆਫ ਨੁਕਸਾਨ ਹੋ ਜਾਣਾ ਤੇਰਾ ਆਪਣੀ ਲੱਕ ਨੂੰ ਕਦੇ ਵੀ ਆਪਣੇ ਹੱਥੀ ਲੋਕ ਨਹੀਂ ਲਾਈਦਾ ਹੁੰਦਾ ਹਾਂ ਮਤਲਬ ਤੂੰ ਹੱਥ ਹੌਲਾ ਕਰਾਏ ਬਿਨਾ ਇੱਥੋਂ ਜਾਣਾ ਨਹੀਂ ਕੂਲ ਮਿਸਟਰ ਕੂਲ ਕੂਲ ਜੇ ਡੀਲ ਮਨਜ਼ੂਰ ਨਹੀਂ ਤਾਂ ਨਾ ਸਹੀ ਚਲ ਮੈਂ ਤੂੰ ਅਸੀਂ ਚੱਲਦੇ ਹਾਂ ਕਾਲੀ ਵੀ ਕਾਦੀ ਹੈ ਤੁਸੀਂ ਐਂ ਕਰੋ ਚਾਹ ਮੰਗਾ ਲਓ ਕਈ ਵਾਰੀ ਬੰਦੇ ਦਾ ਨਾ ਮਨ ਬਦਲ ਜਾਂਦਾ ਹੈ ਨੋ ਪ੍ਰੋਬਲਮ ਬੈਲ ਬੜੀ ਥੱਲੇ ਲਵਾਈ ਹੈ ਤੇਰੇ ਵਾਸਤੇ ਤਾਂ ਪਹਿਲਾਂ ਦੁੱਧ ਚਪਤੀ ਪਵਾ ਹੀ ਲਵਾਂ ਮੈਂ ਓ ਯੂ ਲਵ ਕ੍ਰਿਕਟ ਹੈ ਨਾ ਚਲੋ ਬਾਲ ਲੈ ਕੇ ਆਈਏ ਕਿਸੇ ਦਿਨ ਫੇਰ ਖੇਡਾਂਗੇ ਵੀਰ ਜੀ ਨਾਈਸ ਮੀਟਿੰਗ ਯੂ ਕਮ ਸਮ ਟਾਈਮ ਹਾਂ ਮੀ ਪਰਮਨੈਂਟ ਫੋਲੋ ਮੀ ਚਲ ਸ਼ਟ ਅਪ ਸਵੀਟ ਆਓ ਆਓ ਹਾਂਜੀ ਸਰਦਾਰ ਜੀ ਕਿੱਥੇ ਪਹਿਲਾਂ ਪਈ ਜਾਂਦੇ ਹੋ ਪਹਿਲਾਂ ਸਵਾਹ ਪਾਣੀ ਹੈ ਤੇ ਖੰਭ ਝੜੇ ਪਏ ਨੇ ਤੈਨੂੰ ਪਤਾ ਹੀ ਹੈ ਬੈਟਰੀ ਚਾਰਜ ਕਰ ਲੈ ਹਾਰਡ ਦੀ ਗੱਡੀ ਰਾਤ ਚੜ ਗਈ ਹੈ ਸਭ ਕੁਝ ਸੈਟਲ ਹੋ ਗਿਆ ਕੀ ਸੌਖਾ ਵੱਡੇ ਬਾਬੇ ਦੀ ਉਹ ਦਮ ਰੱਖ ਮਿਲ ਕੇ ਦੱਸਦਾ ਸਾਰਾ ਕੁਝ ਇਨਵੀਟੇਸ਼ਨ ਆਇਆ ਜੋਤੀ ਦੀ ਮੈਰਿਜ ਐਨਿਵਰਸਰੀ ਦਾ ਇਹ ਜੋਤੀ ਉਹੀ ਨਹੀਂ ਜਿਹਦੇ ਕਰਕੇ ਆਪਣੀ ਗਾਨੀ ਦੇ ਮਣਕੇ ਖਿੰਡ ਗਏ ਸੀ ਆਹੋ ਉਹੀ ਅੱਜ ਉਹਦੇ ਹੀ ਫੰਕਸ਼ਨ ਤੇ ਸਾਰੇ ਮਣਕੇ ਦੁਬਾਰਾ ਤੋਂ ਪਰੋ ਦੇਣੇ ਆ ਤੇ ਗੱਲ ਸੁਣ ਟੌਰ ਕੱਟ ਕੇ ਆਈ ਐਵੇਂ ਨਾ ਕਿਤੇ ਲੱਸੀ ਕਰਾ ਦੇ ਓ ਜੀ ਓ ਪੁੱਤਰਾ ਖੁਸ਼ ਕੀਤਾ ਈ ਐਨਾ ਮਜ਼ਾ ਆ ਰਿਹਾ ਸੀ ਨਾ ਮੈਨੂੰ ਲੱਗ ਰਿਹਾ ਸੀ ਜਿੱਦਾਂ ਮੈਂ ਆਪਣੇ ਵਿਆਹ ਦੇ ਵਿੱਚ ਹੀ ਭੰਗੜਾ ਪਾ ਰਿਹਾ ਸੱਚ ਦੱਸਾਂ ਫੀਲਿੰਗ ਮੈਂ ਵੀ ਇਹੀ ਲੈ ਰਹੀ ਸੀ ਚੱਕੋ ਫਿਰ ਤਿਆਰੀ ਪ੍ਰੋਬਲਮ ਕੀ ਹੈ ਕਿਉਂ ਮੈਡਮ ਕਦੋਂ ਪਾਣਾ ਸ਼ਗਨਾ ਦਾ ਜੋੜਾ ਇੰਨਾ ਸੌਖਾ ਨਹੀਂ ਕਿਉਂ ਹੁਣ ਕੀ ਪ੍ਰੋਬਲਮ ਹੈ ਹਾਈ ਕੋਰਟ ਰੈਡੀ ਹੈ ਤਾਂ ਪਰ ਸੁਪਰੀਮ ਕੋਰਟ ਨਹੀਂ ਰੈਡੀ ਸੁਪਰੀਮ ਕੋਰਟ ਮੇਰੇ ਪਾਪਾ ਚੱਕ ਕੇ ਦੱਸ ਦੇ ਆਪਣੇ ਪਾਪਾ ਨੂੰ ਸਾਰਾ ਕੁਝ ਮੈਂ ਆਪਣੇ ਪਾਪਾ ਨੂੰ ਤੁਹਾਡੇ ਬਾਰੇ ਦੱਸਾਂ ਹੋਰ ਤੁਹਾਡਾ ਤਾਂ ਪਤਾ ਨਹੀਂ ਮੈਨੂੰ ਕੈਨੇਡਾ ਤੋੜ ਦੇਣਾ ਪਾਪਾ ਨੇ ਕਿਹੜਾ ਕੈਨੇਡਾ ਕੋਈ ਹੈ ਕੈਨੇਡਾ ਤੋਂ
पापा ने ओनू भी होल्ड रखे होया है। बड़ा स्कीमी है तेरा बोड़ा। एक्सक्यूज मी, तमीज नाल। ओके सॉरी, आप जी प्लीज जाके अपने पापा जी नु मनाओ, ऐ गल नहीं बननी। तुसी कुछ करो ना, मेनू डर लगता, मैं नहीं कर सकती। ले, असी किवें जाके दस सकदे तेरे पापा नु कि असी फ्रॉड कीता उनां दे नाल। ਇਹਨੇ ਮੁੰਡੇ ਵਾਲੇ ਵੈਸੇ ਵੀ ਜਾਂਦੇ ਨੀ ਚੰਗੇ ਲੱਗਦੇ, ਨਾਲੇ ਜਿੱਦਾਂ ਦਾ ਗੁੱਸਾ ਨਾ ਤੇਰੇ ਡੈਡੀ ਦਾ, ਉਹਨਾਂ ਤੇ ਡਾਂਗ ਦੀ ਲੋੜ ਨਹੀਂ, ਉਹਨਾਂ ਮੁੱਛਾਂ ਨਾਲ ਹੀ ਕੁੱਟ ਕੁੱਟ ਕੇ ਮਾਰ ਦੇਣਾ ਸਾਨੂੰ। ਤੇ ਹੋਰ ਸਾਰਾ ਦਿਨ ਅਖਬਾਰ ਚ ਵੜੇ ਰਹਿੰਦੇ ਹੋ ਨਾ, ਕਦੇ ਕੁੜੀ ਦੀ ਵੀ ਸਾਰ ਲੈ ਲਿਆ ਕਰੋ, ਮਸੇ ਇੱਕ ਦਿਨ ਵਾਸਤੇ ਆਈ ਹੈ ਮੇਰੀ ਧੀ। ਕਿੱਥੇ ਮੇਰੀ ਦਿਸ਼ੂ? ਉੱਥੇ ਕਿਉਂ ਖੜੀ ਪੁੱਤ, ਆ ਜਾ ਇੱਥੇ, ਆ ਜਾ ਬਹਿ ਜਾ। ਹੈ ਕਮਲੀ, ਮੈਂ ਤੇਰੇ ਨਾਲ ਗੱਲ ਕਰਨੀ ਸੀ। ਪਾਪਾ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਉਹ ਤੇਰੀ ਸੁਣਦੇ ਆ, ਪਹਿਲਾਂ ਆ ਦੇਖ ਅਖਬਾਰ ਦੀ ਸੁਣ, ਆ ਦੇਖ ਦੁਨੀਆ ਦਾ ਹਾਲ, ਵਿਦੇਸ਼ੀ ਲਾੜਾ ਨਿਕਲਿਆ ਦੇਸੀ। ਹੈ ਕਿਵੇਂ? ਉਹ ਰੂਪਨਗਰ ਚ ਕਿਸੇ ਨੇ ਕੁੜੀ ਦਾ ਵਿਆਹ ਕੀਤਾ, ਕਹਿੰਦੇ ਜੀ ਮੁੰਡਾ ਅਮਰੀਕਾ ਤੋਂ ਹੈ ਪਰ ਨਿਕਲਿਆ ਮੋਹਾਲੀ ਤੋਂ। ਵਾਹਿਗੁਰੂ ਵਾਹਿਗੁਰੂ ਨਾ, ਇਹ ਜਿਹਾ ਨੂੰ ਤਾਂ ਥਾਣੇ ਦੇਣਾ ਚਾਹੀਦਾ। ਥਾਣੇ? ਮੈਂ ਗੋਲੀ ਮਾਰ ਦਿੰਦਾ ਸਾਲੇ ਇਹ ਜਿਹਾ ਨੂੰ। ਸ਼ਰਮ ਆਈ ਛੱਡਤੀ ਲੋਕਾਂ ਨੇ, ਕਿਸੇ ਦੀ ਧੀ ਭੈਣ ਦੀ ਜ਼ਿੰਦਗੀ ਖਰਾਬ ਕਰਨ ਵੇਲੇ ਸੋਚਦੇ ਹੀ ਨਹੀਂ ਕੁਛ, ਧੀ ਵਾਲੇ ਵੀ ਰਿਸ਼ਤਾ ਕਰਨ ਵੇਲੇ ਅੱਖਾਂ ਮੀਚ ਲੈਂਦੇ ਆ। ਚੱਲ ਛੱਡ, ਤੂੰ ਦੱਸ ਤੂੰ ਕੀ ਕਹਿ ਰਹੀ ਸੀ? ਮੈਂ ਕਹਿ ਰਹੀ ਸੀ ਕਿ ਤੁਸੀਂ ਨਾ ਮੇਰੀ ਟੈਨਸ਼ਨ ਨਾ ਲਿਆ ਕਰੋ। ਉਹ ਤੂੰ ਤਾਂ ਮੇਰੀ ਟੈਨਸ਼ਨ ਦੂਰ ਕਰਤੀ। ਦੱਸ ਕਦੋਂ ਬੁਲਾਵਾਂ ਯੂਕੇ ਵਾਲਿਆਂ ਨੂੰ? ਜਿਵੇਂ ਤੁਹਾਨੂੰ ਠੀਕ ਲੱਗੇ ਪਾਪਾ, ਤੁਹਾਡੀ ਮਰਜ਼ੀ। ਮੈਂ ਕੀ ਕਹਿ ਸਕਦੀ ਹਾਂ ਪਾਪਾ, ਅਬ ਚਾਹ ਪੀਓਗੇ? ਮੈਂ ਤੁਹਾਡੇ ਲਈ ਚਾਹ ਭੇਜਦੀ ਹਾਂ। ਆਈ ਦੇਖਿਆ ਕਿੰਨੀ ਸਿਆਣੀ ਹੈ ਮੇਰੀ ਧੀ, ਸਿੱਖ ਲੈ ਕੁਝ ਉਦੋਂ। ਨਾ ਕਦੇ ਆਪ ਵੀ ਸਿੱਖ ਲੋ ਕੁਛ, ਸਾਰੀ ਉਮਰ ਦੂਜਿਆਂ ਨੂੰ ਸਿਖਾਉਣ ਚ ਕੱਢਤੀ। ਤੂੰ ਸਿੱਧੀ ਗੱਲ ਨਾ ਕਰੀ ਕਦੇ, ਤੇਰੇ ਕਰਕੇ ਮੈਂ ਜਰਮਨ ਛੱਡ ਦਿੱਤਾ, ਪਰ ਤੂੰ ਆਪਣੀ ਕੀ ਕਢਾਇਆ ਨਾ ਛੱਡੀ। ਆਪਣੇ ਤੋਂ ਅਮੀਰ ਕੁੜੀ ਨਾਲ ਵਿਆਹ ਕਰਨਾ ਹੀ ਨਹੀਂ ਚਾਹੀਦਾ ਜੀ, ਸੁਣਦੀ ਹੀ ਨਹੀਂ। ਮੈਂ ਆਪਣੇ ਪਾਪਾ ਨੂੰ ਅਸਲੀਅਤ ਨਹੀਂ ਦੱਸ ਸਕਦੀ, ਉਹਨਾਂ ਨੇ ਤੁਹਾਨੂੰ ਦੋਨਾਂ ਨੂੰ ਗੋਲੀ ਮਾਰ ਦੇਣੀ ਹੈ। ਦੋਵਾਂ ਨੂੰ ਕਿਹੜੀ ਗੱਲੋਂ? ਗਲਤੀ ਇਹਦੀ, ਮੈਂ ਤੇ ਐਵੇਂ ਵਿੱਚ ਲਪੇਟੇ ਜੀ ਆ ਗਿਆ। ਟੱਪੀ ਜਾਣਾ ਹੈ, ਆਈਡੀਆ ਤਾਂ ਤੇਰਾ ਹੀ ਸੀ ਨਾ, ਯੂਕੇ ਵਾਲੇ ਬਣ ਕੇ ਜਾਓ, ਲੱਗ ਮੂਰੇ ਹੁਣ। ਸੌਰੇ ਜਾਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿੱਛ। ਹੈ ਬਾਂਦਰੀ ਕਿਨੂੰ ਕਿਹਾ? ਉਹ ਹਰ ਗੱਲ ਨੂੰ ਸੀਰੀਅਸਲੀ ਨਹੀਂ ਲਈਦਾ ਹੁੰਦਾ, ਕਹਾਵਤ ਹੈ, ਆਪਣੇ ਤੇ ਨਹੀਂ ਲਈਦੀ ਹੁੰਦੀ ਗੱਲ। ਲਿਸਨ, ਜੇ ਤੁਸੀਂ ਫਾਲਤੂ ਦੀਆਂ ਗੱਲਾਂ ਕਰਨੀਆਂ ਨੇ ਤਾਂ ਮੇਰੇ ਕੈਨੇਡਾ ਜਾਣ ਤੋਂ ਬਾਅਦ ਕਰਿਓ। ਉਹ ਯਾਰ, ਇੱਕ ਤਾਂ ਤੇਰਾ ਬੁੜਾ ਵੀ ਨਾ, ਡੈਡ ਤੇਰਾ। ਚੱਲ ਐਨੀਵੇਜ਼ ਅੱਗੇ ਦੱਸ, ਹੁਣ ਕੀ ਬਣੂ? ਬਣਨਾ ਉਹੀ ਆ ਜੋ ਪਹਿਲੇ ਬਣੇ ਸੀ, ਯੂਕੇ ਵਾਲੇ ਬਣੇ ਰਹੋ। ਤੂੰ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਮੇਰੇ ਘਰ ਰਿਸ਼ਤਾ ਲੈ ਕੇ ਆ ਜਾ, ਮੌਕਾ ਆਉਣ ਤੇ ਆਪਾਂ ਪਾਪਾ ਨੂੰ ਸਾਰੀ ਗੱਲ ਕਲੀਅਰ ਕਰ ਦਾਂਗੇ। ਆਪਣੇ ਘਰਦਿਆਂ ਨੂੰ ਲੈ ਕੇ ਆਵਾਂ ਤੇਰੇ ਘਰੇ? ਲੈ ਦੱਸ। ਹਾਂ, ਜਾਲੀ ਯੂਕੇ ਵਾਲੇ ਬਣਾ ਕੇ। ਉਹ ਇਹ ਨਹੀਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ। ਕਿਉਂ ਨਹੀਂ ਹੋ ਸਕਦਾ? ਇਹ ਜਾਣਦੀ ਨਹੀਂ ਮੇਰੇ ਡੈਡ ਨੂੰ, ਕੁੱਟ ਕੁੱਟ ਬੱਦਰੀ ਬਣਾ ਦੇਣੀ ਉਹਨੇ, ਕੁਝ ਹੋਰ ਸੋਚੋ। ਠੀਕ ਹੈ, ਮੇਰੇ ਕੋਲ ਤਾਂ ਰਾਹ ਹੈਗਾ ਕੈਨੇਡਾ ਦਾ, ਵੈਸੇ ਮੁੰਡਾ ਵੀ ਬੁਰਾ ਨਹੀਂਗਾ, ਤੂੰ ਕੁਝ ਸੋਚ ਲੈ। ਉਹ ਮੇਰੇ ਘਰਦਿਆਂ ਨੇ ਨੇਰੀ ਬੰਨ ਦੇਣੀ ਹੈ ਮੇਰੀ। ਜੁਗਾੜੀ ਤੂੰ ਸੋਚ ਕੁਛ। ਵਾਹ, ਸਾਰੇ ਜੁਗਾੜ ਮੇਰੇ ਕੋਲੋਂ ਹੀ ਕਰਾਈ, ਆਪ ਕੁਛ ਨਾ ਕਰੀ, ਮੈਨੂੰ ਤਾਂ ਗੂਗਲ ਹੀ ਸਮਝ ਰੱਖਿਆ ਯਾਰ ਨੇ, ਸਾਰੀਆਂ ਸਰਚਾਂ ਮੇਰੇ ਤੇ ਹੀ ਮਾਰਦਾ। ਆਹੋ, ਤੇਰਾ ਸਿਸਟਮ ਤਾਂ ਪਹਿਲਾਂ ਹੀ ਹੈਂਗ ਹੋਇਆ ਪਿਆ। ਦੇਖੋ ਇਹ ਜਿਹੜੇ ਪਿਆਰ ਮੁਹੱਬਤ ਹੁੰਦੇ ਨਾ, ਦਿਲਾਂ ਦੇ ਖੇਲ ਹੁੰਦੇ ਨੇ, ਗੱਲਾਂ ਨਾਲ ਥੋੜੀ ਨਿਭਦੇ ਨੇ, ਇਹਦੇ ਚ ਦਿਲ ਰੱਖਣਾ ਪੈਂਦਾ ਹੁੰਦਾ। ਕੁੜੀ ਵੇਖ ਕੇ ਮੈਂ ਡਟ ਕੇ ਖੜੀ ਹੈ, ਤੈਨੂੰ ਡਰ ਨਾਲ ਕੰਬਾ ਛਿੜਿਆ ਪਿਆ ਯਾਰ ਦਾ। ਲੈ, ਡਰਦਾ ਡੁਰਦਾ ਨੀ ਮੈਂ ਕਿਸੇ ਤੋਂ, ਇਹ ਤਾਂ ਉਹੀ ਮਾੜਾ ਜਿਹਾ ਡਰ ਚਲਾਉਂਦਾ। ਨਹੀਂ ਡਰਦਾ ਤੇ ਫਿਰ ਕਰ ਜੋ ਕੁੜੀ ਕਹਿੰਦੀ ਹੈ, ਹੈਂ ਗੱਡ ਦੇ ਝੰਡਾ ਪਾ ਦੇ ਰੌਲਾ, ਅਗਲੀ ਵੀ ਆਪਣੇ ਘਰਦਿਆਂ ਨੂੰ ਜਾ। ਨਹੀਂ ਤਾਂ ਭੁੱਲ ਜਾ ਮੈਨੂੰ। ਉਹ ਤੂੰ ਵੀਰੇ ਆਜ ਰੋਟੀ ਖਾ ਲਓ। ਹੁਣ ਮੈਂ ਤੈਨੂੰ ਲਿਖ ਕੇ ਦਵਾਂ ਨਹੀਂ ਖਾਣੀ,
एक बारी कहता नहीं तो नहीं। रोटी ना काला गुस्सा वीरे, जिद ना करो, आ जाओ तुसे रात भी नहीं खादी। मैं की कह रहा, मगज कपाई ना कर, जा अपना कम कर, भज जाए तू। की हो गया, एहो जिहा मूंह क्यों बनाया होया? वीरे ने रोटी पुछन गई सी चाची जी, कहंदे मैं नहीं खानी ते उत्तों मैनूं घूरिया भी। क्यों बई, क्यों नहीं खानी? पता नहीं, ते रात भी नहीं खादी रोटी। हैं, तू मैनूं दस्या क्यों नहीं? तबीयत ते ठीक है उहदी, मैं करदा पता। नहीं जी रहन दिओ, मैं जाके गल करदी रुपिंदर नाल। हां जी मालको, की बनता है? मैं ठीक हां, मैं तां कल्ज पूरा माहौल बनाता तेरे हाथ च कि तुसीं आओगे। ਇੱਥੇ ਵੀ ਪੂਰਾ ਮਾਹੌਲ ਸੈੱਟ ਕੀਤਾ ਪਿਆ ਖਲਾਰਾ ਪਾ ਕੇ। ਜੋ ਵੀ ਕਰਨਾ ਹੈ ਜਲਦੀ ਕਰ। ਕਰਦੇ ਤਾਂ ਜੀ ਕਨਫਿਊਜ਼ ਫਿਰਦੇ ਨੇ, ਪਰ ਮੈਂ ਮਨਾ ਲੈਣਾ ਕਿਵੇਂ ਨਾ ਕਿਵੇਂ। ਮਨਾ ਲੈ ਜਲਦੀ, ਨਹੀਂ ਤਾਂ ਮੇਰੀ ਡੋਲੀ ਤੇ ਵਾੜੀ ਪਾਣ ਨੂੰ ਚੱਕਣ ਜੋਗਾ ਹੀ ਰਹਿ ਜਾਏਗਾ। ਓ ਤੂੰ ਘਬਰਾ ਨਾ, ਐ ਨੀ ਹੋਣ ਦੇਣਾ ਯਾਰਾਂ ਨੇ। ਹੈਂ ਕੋਈ ਆ ਰਿਹਾ, ਮੈਂ ਬੈਕ ਕਾਲ ਕਰ। ਰੁਪਿੰਦਰ, ਰੁਪਿੰਦ, ਰਾਤ ਤੂੰ ਕੁਛ ਨਹੀਂ ਖਾਤਾ, ਐ ਨਾ ਕਰ ਪੁੱਤ। ਮੈਨੂੰ ਭੁੱਖ ਨਹੀਂ। ਕੀ ਗੱਲ ਹੈ, ਕੋਈ ਗੁੱਸਾ ਗਿਲਾ ਹੈ ਤਾਂ ਦੱਸ ਨਾ, ਅੱਜ ਤੱਕ ਇਸ ਤੇਰੀ ਕੋਈ ਗੱਲ ਨਹੀਂ ਮੋੜੀ। ਪਰ ਹੁਣ ਮੋੜੋਗੇ? ਹਾਂ ਦੱਸ। ਹਾਂ ਰੂਪ, ਮੰਨ ਗਿਆ ਘਰ ਦੇ ਕਿ ਨਹੀਂ? ਨਹੀਂ, ਮੈਨੂੰ ਪਤਾ ਲੱਗ ਗਿਆ ਇਸ ਘਰ ਚ ਮੇਰਾ ਕੋਈ ਮੋਹ ਨਹੀਂ। ਹਾਏ ਮੈਂ ਮਾਸ਼ਾ। ਓਏ ਏਦਾਂ ਨਾ ਕਹੋ ਭਰਾਵਾ, ਤੇਰੇ ਗੱਡੇ ਨਾਲ ਹੀ ਮੇਰਾ ਵੱਛਾ ਬੰਨਿਆ। ਤੂੰ ਸਹੀ ਕਹਿ ਰਿਹਾ, ਸਾਨੂੰ ਸਾਰਾ ਕੁਝ ਛੱਡ ਛੜਾ ਕੇ ਨਾ ਸਾਧ ਬਣ ਜਾਣਾ ਚਾਹੀਦਾ। ਨਾ ਪੁੱਤ ਨਾ। ਮੈਂ ਤੈਨੂੰ ਕਦੋਂ ਸਲਾਹ ਦਿੱਤੀ ਹੈ ਸਾਧ ਬਣਨ ਦੀ? ਉਹ ਤੂੰ ਕਹਿ ਤਾਂ ਰਿਹਾ, ਚੱਲ ਕਰਦਾ ਮੈਂ। ਰੁਪਿੰਦਰ, ਆ ਕੀ ਕਹਿ ਰਿਹਾ ਪੁੱਤ ਤੂੰ? ਤੇਰੀ ਕਿਹੜੀ ਗੱਲ ਨਹੀਂ ਮੰਨੀ ਅਸੀਂ ਅੱਜ ਤੱਕ? ਤੂੰ ਮੈਨੂੰ ਦੱਸ, ਮੈਂ ਤੇਰੀ ਗੱਲ ਮੰਨੂ? ਪੱਕਾ? ਤੇਰੀ ਸੌ ਪੁੱਤ। ਪਰ ਡੈਡ ਨੇ ਨਹੀਂ ਮੰਨਣਾ। ਫਿਰ ਤੂੰ ਆਪਣੀ ਮੋਮ ਨੂੰ ਨਹੀਂ ਜਾਣਦਾ, ਉਹਨਾਂ ਨੂੰ ਮਨਾਉਣਾ ਮੇਰਾ ਕੰਮ, ਤੂੰ ਬਸ ਮੈਨੂੰ ਗੱਲ ਦੱਸ। ਹਾਂ ਬਾਈ ਸਰਦਾਰਨੀ, ਹੈ ਕਿਵੇਂ ਹੈ ਰੁਪਿੰਦਰ, ਖਾਧਾ ਪੀਤਾ ਹੋਣਾ ਕੁਛ? ਓਏ ਹੈਲੋ, ਮੈਂ ਤੈਨੂੰ ਪੁੱਛ ਰਿਹਾ, ਉਹ ਕੰਨਾਂ ਚ ਰੂਤਾਂ ਨੀ ਪਸਾ ਲਈ? ਤੂੰ ਤਾਂ ਯੋਗਾ ਕਰਦੀ ਨੀ, ਚੁੱਪ ਕਰਦੀ ਹੁੰਦੀ, ਅੱਜ ਕਿਵੇਂ ਮੌਨ ਤਾਰ ਲਿਆ? ਚੱਲ ਨਾ ਬੋਲ, ਨਹੀਂ ਬੋਲਣਾ ਤਾਂ। ਚੰਨੋ ਬ੍ਰੇਕਫਾਸਟ? ਮੈਂ ਤਾਂ ਕਰ ਲਿਆ ਜੀ। ਓਏ ਮੈਂ ਆਪਣੇ ਲਈ ਮੰਗਿਆ। ਤੁਹਾਡੇ ਲਈ ਤਾਂ ਜੀ ਬਣਿਆ ਨੀ ਕਿਸੇ ਦਾ। ਕੀ ਮਤਲਬ? ਚਾਚੀ ਜੀ ਦਾ ਆਰਡਰ ਹੈ ਜੀ ਵੀ ਘਰ ਵਿੱਚ ਰੋਟੀ ਨਹੀਂ ਬਣੂ ਕਿਸੇ ਦੀ। ਓਏ ਮੈਂ ਕੀ ਸੁਣ ਰਿਹਾ ਮੈਡਮ? ਓਏ ਮੈਂ ਤੇਰੇ ਨਾਲ ਗੱਲ ਕਰ ਰਿਹਾ ਸਰਦਾਰਨੀ, ਇਹ ਕੀ ਹੋ ਰਿਹਾ ਘਰ ਚ? ਭੁੱਖ ਹੜਤਾਲ ਦੇ ਨਾਲ ਨਾਲ ਮੌਨ ਵਰਤ ਵੀ ਹੈ ਚਾਚਾ ਜੀ। ਇਹ ਚੰਨੋ ਕੀ ਕਹਿ ਰਹੀ ਹੈ ਬਈ? ਇਹ ਤਾਂ ਧੱਕਾ ਹੈ ਯਾਰ, ਸ਼ਰੇਆਮ ਬਲੈਕਮੇਲ ਕਰਨ ਵਾਲੀ ਗੱਲ। ਓਏ ਮੈਂ ਪਾਗਲ ਹੋ ਜਾਣਾ, ਮੈਨੂੰ ਕਾਰਨ ਦਾ ਤਾਂ ਪਤਾ ਲੱਗੇ ਇਸ ਘਰੇਲੂ ਅਨਸ਼ਨ ਦਾ। ਓਏ ਹੈਲੋ ਸਰਦਾਰਨੀ ਹੈ? ਓਏ ਵਾਸਤਾ, ਓਏ ਰੱਬ ਦਾ ਮੈਨੂੰ ਹੋਰ ਨਾ ਸਤਾਓ, ਗੱਲ ਦੱਸੋ ਹੈ ਕੀ? ਬਿਨਾਂ ਸ਼ਰਤ ਤੋਂ ਕੋਰੇ ਕਾਗਜ਼ ਤੇ ਦਸਖਤ ਕਰਨਾ ਪੈਣਾ ਹੈ ਤੁਹਾਨੂੰ। ਓਏ ਕੋਰੇ ਕਾਗਜ਼ ਤੇ ਭਾਵੇਂ ਮੈਥੋਂ ਪੰਜਾ ਲਵਾ ਲਾ। ਖੇੜੀ ਵਾਲੇ ਢਿੱਲੋ ਸਾਹਿਬ ਦੀ ਕੁੜੀ ਦਿਸ਼ਾ ਨਾਲ ਵਿਆਹ ਕਰਾਉਣਾ ਹੈ ਰੁਪਿੰਦਰ ਦਾ। ਉਹ ਜਿਹਦੀ ਮੈਂ ਫੋਨ ਤੇ ਲਾਭਾ ਕੀਤੀ ਸੀ ਉਹੀ ਹੈ? ਰੁਪਿੰਦਰ ਉਸ ਕੁੜੀ ਨੂੰ ਚਾਹੁੰਦਾ ਹੈ ਤੇ ਕੁੜੀ ਵਾਲੇ ਰਿਸ਼ਤਾ ਕਰਨ ਨੂੰ ਤਿਆਰ ਵੀ ਹੋ ਗਏ ਨੇ। ਤੇ ਚੱਲੋ ਫਿਰ ਜੰਨ ਲੈ ਕੇ, ਮੈਂ ਕਦੋਂ ਨਾ ਆਖੀਏ? ਪਰ ਉਹਦੇ ਲਈ ਨਾ ਆਪਾਂ ਦੋਨਾਂ ਨੂੰ ਯੂਕੇ ਵਾਲੇ ਬਣਨਾ ਪੈਣਾ। ਯੂਕੇ ਵਾਲੇ? ਹਾਂ। ਉਹ ਕਿਵੇਂ ਬਣੀ ਦੇ? ਉਹ ਕੀ ਹੈ ਨਾ ਜੀ, ਰੁਪਿੰਦਰ ਉੱਥੇ ਯੂਕੇ ਵਾਲਾ ਮੁੰਡਾ ਬਣ ਕੇ ਉਹਨਾਂ ਨੂੰ ਮਿਲ ਕੇ ਆਇਆ, ਇਸ ਲਈ ਸਾਨੂੰ ਵੀ ਇਹ ਡਰਾਮਾ ਆਪਣੇ ਮੁੰਡੇ ਲਈ ਕਰਨਾ ਪੈਣਾ। ਤੇਰਾ ਦਿਮਾਗ ਤਾਂ ਠੀਕ ਹੈ, ਮੈਥੋਂ ਨਹੀਂ ਹੋਣਾ ਜਾਂ ਕੁਛ? ਠੀਕ ਹੈ ਫਿਰ, ਧਰਨਾ ਜਾਰੀ ਹੈ। ਇਹ ਰੁਪਿੰਦਰ ਕਿੱਥੇ ਹੈ? ਓਏ ਰੁਪਿੰਦਰ! ਓ ਜੀ, ਤੁਹਾਨੂੰ ਮੇਰੀ ਸੌਂ ਹੈ ਜੇ ਮੁੰਡੇ ਨੂੰ ਕੁਛ ਕਿਹਾ? ਰੁਪਿੰਦਰ, ਇਹ ਕੀ ਸੁਣ ਰਿਹਾ ਮੈਂ? ਬਹੁਤ ਅਫਸੋਸ ਹੋਇਆ, ਤੂੰ ਮੇਰੇ ਕੋਲੋਂ ਗੱਲ ਕੋਈ ਆਪਣੇ ਡੈਡ ਕੋਲੋਂ? ਇੱਕ ਵਾਰ ਤਾਂ ਗੱਲ ਕਰਦਾ ਮੇਰੇ ਨਾਲ,
ਨਾਲੇ ਇਹ ਤੂੰ ਕਿਵੇਂ ਸੋਚ ਲਿਆ ਕਿ ਮੈਂ ਤੇਰੇ ਨਾਲ ਨਹੀਂ ਖੜੂੰਗਾ? ਸੌਰੀ ਡੈਡ, ਲਵ ਯੂ ਡੈਡ। ਦਿਲ ਨਹੀਂ ਛੱਡੀਦਾ ਹੁੰਦਾ, ਦਿਲੋਂ ਜਿਹੜਾ ਪੰਜਾਬ ਨੂੰ ਲਾਈਟਲੀ ਲੈਂਦਾ ਨਾ, ਹੁਣ ਇਹਨੂੰ ਦੱਸਾਂਗੇ ਯੂਕੇ ਵਾਲੇ ਬਣ ਕੇ ਕੀ ਭਾਅ ਵਿਕਦੀ ਹੈ। ਖੜੀ ਕੀ ਕਰਦੀ ਹੈ ਪੜੀਏ ਮਾਨ ਸਿੰਘ, ਖਿੱਚ ਤਿਆਰੀ। ਯੈਸ ਯੈਸ ਪੰਜਾਬ, ਆਲ ਰਾਈਟ ਆਲ ਰਾਈਟ। ਨਹੀਂ 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 ਯਾਰ, ਇਹ ਨਹੀਂ ਠੀਕ। ਓ ਮੈਡਮ, ਆ ਕਿਹੜੇ ਯੱਬ ਨੂੰ ਪੜਾਤਾ ਯਾਰ ਮੈਨੂੰ? ਸਰਦਾਰ ਸਾਹਿਬ, ਸਾਰਾ ਸਿੰਸੀਅਰਲੀ ਯਾਦ ਕਰੋ। ਓ ਯਾਦ ਹੀ ਤਾਂ ਕਰੀ ਜਾਂਦੇ ਆ ਕਦੋਂ ਦੇ। ਯੈਸ ਯੈਸ ਪੰਜਾਬ ਤੋਂ ਲਿਆਉਣੀ ਸੀ, ਨਹੀਂ ਮੰਗਾਉਣੀ ਸੀ, ਮੰਗਾਉਣੀ ਹੈ। ਨਹੀਂ ਇਹ ਵੀ ਨਹੀਂ ਸੀ। ਕਿੱਦਾਂ ਮੈਂ ਨੂੰ ਤਾਂ ਪੰਜਾਬ ਤੋਂ ਹੀ ਮੰਗਦੀ ਸੀ, ਇਹ ਮੰਗਦੀ ਆ ਤੇ ਹੁੰਦੇ ਬਾਹਰਲੇ। ਲੈ ਹੁਣ ਮੈਥੋਂ ਵੀ ਸੁਣ। ਉਹ ਕਿੱਦਾਂ ਜੀਆਂ ਜਿੱਦਾਂ ਅੱਗੇ ਨੀ ਡਾਉਣ ਕਰਨੇ ਹੀ ਪੈਂਦੇ ਆ। ਆ ਗਿਆ ਪਕੜ ਚ, ਹੁਣ ਨਹੀਂ ਆਪਾਂ ਲਈਦੇ। ਆ ਗਿਆ ਦੀ ਤਿਆਰੀ ਇਸ ਤਰ੍ਹਾਂ ਪਹਿਲੀ ਵਾਰ ਹੁੰਦੀ ਦੇਖੀ ਜਿੱਦਾਂ। ਹਾਂ ਲੈ ਮੈਨੂੰ ਵੀ ਬੋਲਣਾ ਆ ਗਿਆ ਜਿੱਦਾਂ। ਇੰਨਾ ਟਾਈਮ ਹੋ ਗਿਆ ਫੇਸਬੁੱਕ ਤੇ ਸੈਕਟਰ ਪਾਈ, ਮੁੰਡੇ ਵੀ ਪਹੁੰਚਦੇ ਹੋਣਗੇ। ਵੇ ਮੁੰਡਿਓ, ਆ ਲੋ ਪ੍ਰਸ਼ਾਦ, ਅੱਜ ਸੰਗਰਾਂਦ ਹੈ। ਵਾਹਿਗੁਰੂ। ਸਾਡਾ ਦੇਸੀਆਂ ਦਾ ਦੇਸੀ ਮਹੀਨਾ ਚੜਿਆ ਅੱਜ। ਇਹ ਵੀ ਤਾਂ ਦੇਸੀ ਹੀ ਨੇ, ਕਿਹੜਾ ਵਲੈਤੀ ਆ। ਅਸੀਂ ਤਾਂ ਮੁਨੀ ਵੀਰੇ ਤੋਂ ਹੈਲਪ ਲੈਣੀ ਹੈ, ਤੂੰ ਸ਼ਰੇ ਆਵੇਂ ਦੱਸੀ ਜਾਂਦਾ। ਨਹੀਂ ਸੰਗਰਾਂਦ ਤਾਂ ਅੱਜ ਹੈਗੀ ਆ, ਫਿਰ ਗੁਰਦੁਆਰੇ ਜਾ ਕੇ ਸਪੀਕਰ ਜੀ ਬੋਲਿਆ। ਭਾਈ ਨਗਰ ਖੇੜੇ ਨੂੰ ਬੇਨਤੀ ਕੀਤੀ ਜਾਂਦੀ ਹੈ, ਦੋ ਨਕਲੀ ਯੂਕੇ ਵਾਲੇ ਪਿੰਡ ਚ ਫਿਰਦੇ ਆ, ਕੁੰਡੇ ਜਿੰਦੇ ਲਾ ਲੋ, ਦਲੀਪ ਸਿੰਘ ਦੀ ਕੁੜੀ ਨੂੰ ਖਤਰਾ। ਤੂੰ ਤਾਂ ਦਿਲ ਨੂੰ ਲਾ ਗਿਆ, ਮੈਂ ਤਾਂ ਚੌੜ ਕਰਦਾ ਸੀ ਯਾਰ। ਤੇਰੀ ਚੌੜ ਚ ਸਾਡਾ ਝੁੱਗਾ ਚੌੜ ਹੋ ਜਾਣਾ, ਟਕਿਆ ਰਹਿ। ਰੂ ਭਾਈ, ਮੈਨਾਂ ਤਾਂ ਤੇਰੇ ਵਾਲੀ ਕਹਾਣੀ ਨਾ ਧੀਦੋ ਰਾਂਝੇ ਦੀ ਕਹਾਣੀ ਨੂੰ ਵੀ ਖੂੰਜੇ ਲਾਓ। ਲੈ ਕਿੱਦਾਂ ਬੈਠ ਬੈਠ ਗੱਲਾਂ ਖਾਦਾ ਆ, ਧੀਦੋ ਰਾਂਝੇ ਤਾਂ ਕਿੱਦਾਂ ਮੈਨਸਾ ਦੇ ਮਗਰ ਫੈਰ ਫੋੜ ਕੇ ਕਿਤੇ ਸਾਧ ਵੱਲ ਨੂੰ ਹੋ ਤੁਰਿਆ ਸੀ, ਅਸੀਂ ਤਾਂ ਕਿੱਦਾਂ ਵਿਆਹ ਕੇ ਲੈ ਕੇ ਜਾਣੀ ਆ ਕਿੱਦਾਂ। ਹਾਂ ਚਿੰਤਾ ਨਾ ਕਰੋ, ਗੁਰੂ ਦਾ ਪ੍ਰਸ਼ਾਦ ਮਿਲ ਤਾਂ ਗਿਆ, ਹੁਣ ਤਾਂ ਬਾਜੇ ਵਾਲਿਆਂ ਨੂੰ ਸਾਈ ਬਣਾਓ ਬਸ। ਕਦ ਬੁਲਾਈਏ ਘਰਦਿਆਂ ਨੂੰ? ਨੇ ਕੰਮ ਚ ਦੇਰ ਕਾਹਦੀ, ਹੱਥ ਨੂੰ ਹੀ ਜਾਣਾ। ਆਹ ਬਣੀ ਨਾ ਗੱਲ। ਨਾ ਨਾ ਹੱਥ ਨੂੰ ਕਾਹਨੂੰ, ਹੁਣੇ ਜਾਇਆ ਹੱਥ ਨੂੰ ਸਹੁਰਿਆ, ਤੂੰ ਜਾਣ ਜੋਗਾ ਨੀ ਰਹਿੰਦਾ। ਬਾਲਾ ਬੇਤੀ ਹੋ ਗਿਆ ਮੇਰਾ। ਕੀ ਨਾਂ ਆ ਬੀਬਾ ਦਾ ਜੀ? ਗੁਰਦਿਸ਼ਾ। ਗੁਰੂਦਿਸ਼ਾ, ਨਾਈਸ ਨੇਮ ਯਾ, ਜਿੱਦਾਂ ਕਿ ਬਹੁਤ ਹੀ ਰੇਅਰ ਨਾਂ ਰੱਖਿਆ ਧੀ ਰਾਣੀ ਦਾ। ਓ ਯਾ ਯਾ ਯਾ, ਜਿੱਦਾਂ ਦਾ ਨਾਂ ਆ ਉਦਾਂ ਦੀ ਸੂਰਤ ਸੀਰਤ ਆ ਤੁਹਾਡੀ ਬੇਟੀ ਦੀ। ਹੁਣ ਤਾਂ ਤੁਹਾਡੀ ਹੋਈ ਬੇਟੀ ਹੈ ਜੀ, ਸਾਡੇ ਕੋਲ ਤਾਂ ਇਹ ਹੁਣ ਗੈਸਟ ਬਣ ਕੇ ਆਇਆ ਕਰੂ। ਸਾਡੇ ਬੰਨਿਓ ਭਾਵਾਂ ਦੂਜੇ ਦਿਨ ਗੇੜਾ ਮਾਰੇ ਆਇਆ ਕਰੇ, ਅਸੀਂ ਕਿਹੜੇ ਸਹੁਰੇ ਵਾਂਗੂ ਰੱਖਣੀ ਹੈ। ਯੂਸੀ ਯੂਸੀ ਬੋਲਦਾ ਆ ਨਾ 30 ਸਾਲ ਪਹਿਲਾਂ ਵਾਂਗ ਹੀ। ਯੂ ਨੋ ਮੈਂ ਮੇਰੀ ਵਾਈਫ ਨੂੰ ਕਿਹਾ ਸੀ ਕਿ ਮੈਂ ਪੰਜਾਬ ਚ ਦੇਸੀ ਬੋਲਣ ਦੀ ਟ੍ਰਾਈ ਕਰਾਂਗਾ, ਪਰ ਮੈਂ ਕਿਹਾ ਸੀ ਨਹੀਂ ਬੋਲ ਸਕੋਗੇ, ਭੁੱਲ ਗਏ ਹੋਗੇ। ਕਿੱਥੇ ਭੁੱਲੇ ਡਾਰਲਿੰਗ, ਕਿੱਥੇ ਭੁੱਲੇ। ਹੇ ਡੈਡ, ਯੂ ਸਪੀਕ ਸੋ ਵੈਲ, ਕਿਦਾਂ ਲਾਈਕ ਇਟ, ਨਾਈਸ ਯਾ। ਮੈਂ ਤਾਂ ਆਪ ਹੁਣ ਅੰਕਲ ਕੋਲੋਂ ਦੇਸੀ ਬੋਲਣ ਦੀ ਕਿਦਾਂ ਕੋਚਿੰਗ ਲੈਣੀ ਆ। ਚਲੋ ਜੀ, ਇਹ ਗੱਲਾਂ ਤਾਂ ਸਾਰੀ ਉਮਰ ਹੁੰਦੀਆਂ ਰਹਿਣੀਆਂ ਨੇ, ਹੁਣ ਆਪਾਂ ਇਹ ਦੇਖੀਏ ਵੀ ਮੰਗਣੀ ਕਰਦੀ ਰੱਖਣੇ ਤੇ ਵਿਆਹ ਕਰਦਾ ਕਿਉਂ ਜੀ। ਲੈ ਵਿਚੋਲਾ ਤਾਂ ਵਿਹਲਾ ਹੋਣ ਨੂੰ ਫਿਰਦਾ ਹੈ, ਸਾਨੂੰ ਤਾਂ ਜਿਵੇਂ ਭੈਣ ਜੀ ਹੋਰੀ ਕਹਿਣਗੇ ਮਨਜ਼ੂਰ ਹੈ ਜੀ। ਦੇਖੋ ਜਿੱਦਾਂ ਅਸੀਂ ਨਾ ਸ਼ੋਅ ਆਫ ਚ ਬਿਲਕੁਲ ਬਿਲੀਵ ਨਹੀਂ ਕਰਦੇ, ਅਸੀਂ ਬੇਟੀ ਨੂੰ ਨਾ ਜਿੱਦਾਂ ਲਾਈਕ ਚੁੰਨੀ ਚੜਾ ਕੇ ਲੈ ਜਾਂਗੇ, ਨੋ ਫਾਲਤੂ ਮਨੀ ਵੇਸਟ ਕਰਦਾ ਜਿੱਦਾਂ, ਤੇ ਨਾ ਹੀ ਕੋਈ ਗਿਫਟ ਲੈਣਾ ਆ। ਉਹ ਅੱਜ ਕੱਲ ਕੀ ਪੰਜਾਬ ਚ ਰਿਵਾਜ ਆ, ਬੈਠ ਗਿਆ ਕੀ ਆਂਦੇ ਆ ਉਹਨੂੰ, ਦਾਦੇ ਜੀ। ਯਾ ਯਾ ਯਾ, ਨੋ ਦਾਜ ਨੋ ਦਹੇਜ, ਓਨਲੀ ਬੇਟੀ। ਮਤਲਬ ਵੀ ਵਿਚੋਲੇ ਨੂੰ ਵੀ ਛਾਂਪਣੀ ਪਊਗੀ? ਲੈ ਕਿੱਦਾਂ ਕਹਿੰਦੇ ਆ ਨਾ, ਚੋਰ ਨਾਲੋਂ ਪੰਡ ਕਾਲੀ ਆ, ਤੈਨੂੰ ਕਿੱਦਾਂ ਪਹਿਲਾਂ ਸੱਗੀ ਫੁੱਲ ਕਢਾ ਦੇਵਾਂਗੇ। ਹੋਰ ਕੁੜੀਆਂ ਲਈ ਹੁੰਦਾ ਡੀਜੇ, ਹੁਣ ਨਾ ਕਹਦੀ ਵੀ ਸੇਮ ਹੀ ਆ। ਕਿੱਦਾਂ ਭਰਾਵਾ ਤੂੰ ਕਿੰਨਾ ਹੀ ਉਦਾਂ ਠੀਕ ਆ, ਤੇਰੀ ਕੰਟਰੀ ਆ। ਵੇਖੋ ਜੀ, ਤਾਜ ਦਹੇਜ ਵਾਲੀ ਗੱਲ ਨਾ ਕਰਿਓ ਜੀ, ਖੁਸ਼ ਕੀਤਾ ਗਰੇਵਾਲ ਸਾਹਿਬ, ਇਹ ਹੈ ਜੀ ਬਾਹਰਲਿਆਂ ਦੀ ਸੋਚ, ਇਸੇ ਕਰਕੇ ਮੈਂ ਆਪਣੀ ਧੀ ਦਾ ਵਿਆਹ ਬਾਹਰ ਕਰਨਾ ਚਾਹੁੰਦਾ।
ਮੈਂ ਤੇ ਕਹਿੰਦਾ ਆ ਫਿਰ ਕਮਿੰਗ ਸੰਡੇ ਨੂੰ ਆਪਾਂ ਸਾਰਾ ਕੁਝ ਕਿੱਦਾਂ ਫਾਈਨਲ ਕਰ ਲੈਣੀ ਆ। ਕਿੱਦਾਂ ਕਹਿੰਦੀ ਤੂੰ ਕੀ ਕਹਿੰਦੀ ਆ? ਜਿਵੇਂ ਵੱਡੇ ਫੈਸਲਾ ਕਰਨਗੇ ਕਿੰਦਰੋਂ ਮੈਂ ਆਪਣੇ ਡੈਡੀ ਨੂੰ ਦੱਸ ਦੇਗੀ। ਓ ਆਲਰਾਈਟ ਯਾ, ਕਿੱਦਾਂ ਸੰਡੇ ਫਾਈਨਲ ਕਰ ਲੈਣੀ ਆ? ਯਾ ਯਾ ਬੜਾ ਕਾਲਾ ਹੋਇਆ ਆ ਕਿੱਦਾਂ ਹੈ? ਵੱਡਿਆਂ ਚ ਨਹੀਂ ਬੋਲੀਦਾ ਹੁੰਦਾ ਪੁੱਤਰ, ਪਰ ਆਲਰਾਈਟ ਯਾ ਆਲਰਾਈਟ ਯਾ। ਹਾਂਜੀ ਫਿਰ ਸੰਡੇ ਨੂੰ ਆਉਣੇ ਜੀ ਜਿੱਦਾਂ ਤੁਹਾਡੇ ਕੋਲ ਹੈ। ਸਤਿ ਵਚਨ ਜੀ। ਢਿੱਲੋਂ ਸਾਹਿਬ, ਹੀਰ ਆਈ ਬਟ ਦੱਸੋ ਤਾਂ ਸਹੀ ਹੋਇਆ ਕੀ ਹੈ? ਦੇਖੋ ਜੀ, ਮੈਂ ਜਾਣਦਾ ਤੁਸੀਂ ਅੱਛੇ ਲੋਕ ਹੋ, ਪਰ ਮੈਂ ਕਿਤੇ ਹੋਰ ਹਾਂ ਕਰ ਦਿੱਤੀ ਹੈ। ਉਹ ਮੁੰਡਾ ਵੀ ਤਾਂ NRI ਹੈ। ਡਸ ਨਾਟ ਗੁੱਡ ਲੁੱਕ ਢਿੱਲੋਂ ਸਾਹਿਬ, ਪਤਾ ਮੈਂ ਲੋਟਸ ਆਫ ਕੁੜੀਆਂ ਵਿੱਚੋਂ ਇੱਕ ਵੀ ਕੁੜੀ ਨਹੀਂ ਦੇਖੀ, ਬਿਕੋਜ਼ ਮੀ ਵੈਰੀ ਮਚ ਲੁੱਕ ਔਨ ਯੂ। ਢਿੱਲੋਂ ਸਾਹਿਬ, ਮੈਂ ਤਾਂ ਹੋਰ ਗੱਲ ਨਹੀਂ ਹੋ ਰਹੀ, ਪਲੀਜ਼ ਟਾਕ ਟੂ ਲਵਲੀ। ਗੱਲ ਕਰੇ ਤਾਂ ਮੁੱਕਰ ਗਿਆ। ਢਿੱਲੋਂ ਸਾਹਿਬ, ਕੀ ਹੋਇਆ? ਦੇਖੋ ਲਵਲੀ ਜੀ, ਅਸੀਂ ਤੁਹਾਨੂੰ ਕੋਈ ਹਾਂ ਤਾਂ ਕੀਤੀ ਨਹੀਂ ਸੀ, ਪਰ ਸਾਨੂੰ ਤਾਂ ਪੂਰੀ ਹੋਪ ਸੀ ਢਿੱਲੋਂ ਸਾਹਿਬ। ਤੁਹਾਨੂੰ ਪਤਾ ਸਾਡਾ ਵਿਚਾਰਾ ਮਿੰਟੂ ਪੂਰਾ ਦਿਨ ਫੇਸਬੁੱਕ ਤੇ ਤੁਹਾਡੀ ਬੇਟੀ ਦਾ ਹੀ ਫੇਸ ਦੇਖਦਾ ਰਹਿੰਦਾ ਹੈ ਦੇਖਦਾ ਰਹਿੰਦਾ ਹੈ। ਕੋਈ ਗੱਲ ਨਹੀਂ ਜੀ, ਹੁਣ ਤੁਸੀਂ ਮਿੰਟੂ ਨੂੰ ਕਹਿ ਦਿਓ ਕਿ ਦਿਸ਼ਾ ਦਾ ਫੇਸ ਫੇਸਬੁੱਕ ਤੇ ਦੇਖਣਾ ਬੰਦ ਕਰ ਦਿਓ। ਚੰਗਾ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਕੱਟ ਗਿਆ। ਹਾਏ ਓ ਰੱਬਾ, ਪਤਾ ਨਹੀਂ ਕਿਹੜਾ ਬਹਿ ਗਿਆ ਸਾਡੇ ਜੋੜਾਂ ਚ। ਆਈ ਨੋ, ਬੈਡ ਲੱਕ ਬੈਡ ਲੱਕ ਤਾਂ ਹੁਣ ਗੁੱਡ ਕਰਕੇ ਹਟੂ, ਸਾਮੀ ਤਕੜੀ ਹੈ। ਸੋਰੀ ਡਾਰਲਿੰਗ, ਮੈਂ ਗੁੱਸੇ ਨਾਲ ਥੋੜੀ ਕਿਹਾ ਸੀ, ਨਾਲੇ ਆਪਾਂ ਦੁਨੀਆ ਤੇ ਟੈਨਸ਼ਨ ਲੈਣ ਨੀ, ਟੈਨਸ਼ਨ ਦੇਣ ਆਇਆ। ਕਰਦੇ ਕੁਛ ਬਰੀ ਵੀ ਨੋਟ। ਇੱਕ ਤਾਂ ਪਲੀਜ਼ ਆਪਣੀ ਅੰਗਰੇਜ਼ੀ ਮੇਰੇ ਤੇ ਨਾ ਝਾੜਿਆ ਕਰ। ਸੋਰੀ, ਮੈਂ ਭੁੱਲ ਗਿਆ ਸੀ, ਤੂੰ ਤਾਂ ਮੇਰੇ ਘਰ ਦੇ ਘਰ ਵਾਲੀ ਹੈ। ਕਦੇ ਕਦੇ ਤਾਂ ਸੀਰੀਅਸ ਹੋ ਜਾਇਆ ਕਰ, ਆਲ ਦਾ ਟਾਈਮ ਕਾਮੇਡੀ 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 ਹੈ। ਕਮਲੀ ਕਹਿੰਦੀ ਸੀਰੀਅਸ ਹੋ ਜਾਇਆ ਕਰ। ਓਏ, ਆਪਾਂ ਥੋੜੀ ਸੀਰੀਅਸ ਹੋਣਾ, ਸੀਰੀਅਸ ਤਾਂ ਲੋਕਾਂ ਨੂੰ ਕਰਨਾ ਹੈ। ਤੂੰ ਤਾਂ ਵਿਆਹ ਤੋਂ ਪਹਿਲਾਂ ਹੀ ਕਿਦਾਂ ਮੇਰਾ ATM ਕਾਰਡ ਖਾਲੀ ਕਰਤਾ ਹੈ, ਵਿਆਹ ਤੋਂ ਬਾਅਦ ਤਾਂ ਇਹਨੇ ਮੇਰੇ ਕ੍ਰੈਡਿਟ ਕਾਰਡ ਵੀ ਰਗੜ ਦੇਣੇ। ਤੂੰ ਤਾਂ ਹੁਣੇ ਹੱਥ ਖੜੇ ਕਰ ਗਿਆ, ਅਸਲੀ ਸ਼ਾਪਿੰਗ ਤਾਂ ਮੈਂ UK ਜਾ ਕੇ ਕਰਨੀ ਆ। ਇਹ ਸਾਰੇ ਬਿੱਲ ਆਪੇ ਪੇ ਕਰੀ ਜਾਂਦੀ ਹੈ, ਮੈਨੂੰ ਢਿੱਲੀ ਨਹੀਂ ਕਰਨ ਦਿੰਦੀ ਪਾਕਟ। ਫਿਕਰ ਨਾ ਕਰੋ, ਵਿਆਹ ਤੋਂ ਬਾਅਦ ਕੈਂਚੀ ਤੁਹਾਡੇ ਪਾਕਟ ਤੇ ਚੱਲਣੀ ਹੈ। ਅੱਛਾ, ਮੈਨੂੰ ਨਹੀਂ ਸੀ ਕਿਦਾਂ ਪਤਾ ਵਿਆਹ ਦੇ ਵਿੱਚ ਇਦਾਂ ਪਾਪਰ ਵੀ ਲੈਣੇ ਪੈਂਦੇ। ਹਾਂ ਮੀਨ, ਇੱਕ ਮਿੰਟ ਇੱਕ ਮਿੰਟ ਇੱਕ ਮਿੰਟ, ਵਿਆਹ ਤੁਹਾਡੇ ਲਈ ਪਾਪੜ ਹੈ? ਓਕੇ ਵੇਟ, ਇੱਕ ਡਰੈਸ ਮੈਂ ਹੋਰ ਲੈ ਕੇ ਆਉਂਦੀ ਹਾਂ। ਸੌਰੀ ਗਾਇਸ, ਇਫ ਆਈ ਵਾਸ ਨਾਟ ਰੋਂਗ, ਦੈਟ ਗਰਲ ਢਿੱਲੋਂ ਦੀ ਕੁੜੀ ਨਹੀਂ? ਇਹ ਕੁੜੀ ਕਿਤੇ ਪਾਗਲ ਹੈ, ਇਹ ਕਿਤੇ ਸ਼ੁਰੂ ਤੋਂ ਪਾਗਲ ਸੀ ਕਿ ਕਿੱਦਾਂ ਹੋਣਾ ਹੋਈ ਹੈ? ਤੁਹਾਨੂੰ ਤਾਂ ਪਤਾ ਹੋਣਾ ਤੇਰੀ ਪੁਰਾਣੀ ਜਾਨ। ਹਾਂ ਓਏ, ਇਹ ਤਾਂ ਹੋਈ ਹੈ ਮਿੰਟੂ, ਪਰ ਛੱਡ ਪਰਾਂ, ਹੁਣ ਸਾਨੂੰ ਕੀ ਲੈਣਾ? ਇੱਕ ਮਿੰਟ ਇੱਕ ਮਿੰਟ, ਆ ਜਿਹੜਾ ਸਰਦਾਰ ਹੈ ਇਹ ਉਹੀ ਨਹੀਂ ਬਾਏ ਬਾਏ ਇੰਡੀਆ ਵਾਲਾ? ਵੈਸੇ ਤੇ ਕਿੱਦਾਂ ਮੈਂ ਟੂਣੇ ਟਾਮਣੇ ਤੇ ਯਕੀਨ ਕਿੱਦਾਂ ਕਰਦਾ? ਹਾਂ ਉਹੀ ਹੈ, ਮੈਨੂੰ ਲੱਗਦਾ ਦਿਸ਼ਾ ਦਾ ਰਿਸ਼ਤਾ ਨਾ ਇੰਨੇ ਹੀ ਕਰਾਇਆ ਹੋਣਾ। ਆ ਜਿਹੜਾ ਨਾਲ ਤੁਰਿਆ ਫਿਰਦਾ ਜੈਂਕੀ ਜਿਹਾ ਮੁੰਡਾ, ਇਹਦੇ ਨਾਲ ਹੀ ਕਰਾਇਆ ਹੋਣਾ? ਕਿੱਦਾਂ ਲੱਗਦਾ ਹੈ ਮੈਨੂੰ, ਤਵੀਤ ਕਰਾ ਕੇ ਦੇਣਾ ਪੈਣਾ ਹੀ ਆ ਕਿੱਦਾਂ? ਮਿੰਟ ਮੁੰਡਾ ਤੇ ਘੈਂਟ ਹੈ, ਬੜੀ ਛੇਤੀ ਨੀਤ ਫਿੱਟੀ ਤੇਰੀ। ਮੈਂ ਤਾਂ ਹੁਣ ਜੀ ਕਹਿ ਰਹੀ ਸੀ, ਸਾਨੂੰ ਯਾਰ ਇਹਨਾਂ ਗੱਲਾਂ ਦੀ ਕਿਤੇ ਸਮਝ ਹੀ ਨਹੀਂ ਹੈ। ਇਹ ਸਰਦਾਰ ਲੋਟਸ ਆਫ ਦੰਦੇ ਅਗੋ ਕੱਢ ਰਿਹਾ ਹੈ, ਬਟ ਆਈ ਵਾਸ ਨਾਟ ਅੰਡਰਸਟੈਂਡ। ਯੂ ਕੈਨ ਬੰਕ ਕਿਉਂ ਬੋਲ ਰਿਹਾ? ਆਈ ਨੋ ਮਿੰਟੂ, ਇਸ ਬਾਰੇ ਤਾਂ ਮੈਂ ਸੋਚਿਆ ਹੀ ਨਹੀਂ। ਫਿਰ ਸੋਚ ਇਹਨੂੰ, ਜਦ ਤੱਕ ਇਹਦਾ ਹੁਣ ਵਿਆਹ ਨਹੀਂ ਨਾ ਹੋ ਜਾਂਦਾ, ਮੈਂ ਤੇ ਕਿਦਾਂ ਹੁਣ UK ਵਾਲਿਆਂ। ਆਈ ਥੌਟ ਦੇ ਆਰ ਆ ਐਲੀਫੈਂਟ ਟੀਥ। ਐਲੀਫੈਂਟ ਟੀਥ ਫਾਰ ਈਟਿੰਗ ਹੋਰ ਫਾਰ ਚੀਟਿੰਗ ਹੋਰ। ਹਾਂ ਮਤਲਬ ਗੇਮ, ਲੱਗਦਾ ਉੱਪਰ ਵਾਲੇ ਨੇ ਗੇਮ ਦੁਬਾਰੇ ਆਪਣੇ ਹੱਥਾਂ ਵਿੱਚ ਦੇ ਦਿੱਤੀ। ਹੁਣ ਫਿਰ ਖੇਡਾਂਗੇ, ਚੱਲ। ਓ ਸ਼ੀ ਇਜ਼ ਦੇਅਰ ਨਾਓ, ਲੁੱਕ ਐਟ ਹਰ। ਉਹਦੇ ਵੱਲ ਕੀ ਦੇਖੀ ਜਾਨੀ ਹੈ? ਜਸਟ ਫੋਰਗੋਟ ਹਿਮ, ਰਿਮੈਂਬਰ ਮੀ, ਆਈ ਐਮ ਪਰਮਾਨੈਂਟ। ਚੱਲ ਜਸਟ ਫੋਲੋ ਮੀ। ਓ ਹੈਲੋ, ਚੱਲ ਹੁਣ। ਕੀ ਸੋਚ ਰਹੇ ਹੋ ਦਿਸ਼ਾ ਜੀ, ਕੋਈ ਟੈਨਸ਼ਨ? ਟੈਨਸ਼ਨ ਹੀ ਟੈਨਸ਼ਨ ਹੈ, ਕਿੰਨੀ ਦੇਰ ਲੁਕੋ ਕੇ ਰੱਖਾਂਗੇ ਸੱਚ ਨੂੰ? ਲੈ, ਜਦੋਂ ਤੈਨੂੰ ਠੀਕ ਲੱਗਿਆ ਜਾ ਕੇ ਦੱਸ ਦੇ ਆਪਣੇ ਘਰਦਿਆਂ ਨੂੰ। ਮੈਂ ਤੈਨੂੰ ਕਿਹਾ ਨਾ ਮੈਂ ਨਹੀਂ ਦੱਸਣਾ, ਤੂੰ ਦੱਸਣਾ ਜਾਂ ਤੇਰੇ ਘਰਦਿਆਂ ਨੇ। ਹੈਲੋ, ਕੀ ਗੱਲ? ਅੱਜ ਬੜੀ ਕਾਲੀ ਲਾਮਾ ਲੈਣ ਦੀ। ਕਿੱਦਾਂ ਕੀ ਮਤਲਬ? ਮਤਲਬ ਕਲਗੀਆਂ ਲਾ ਲੀਆਂ, ਸੇਰੇ ਬੰਨ ਲੈ। ਕਿੱਦਾਂ, ਤੂੰ ਹੈ ਕੌਣ? ਜਿਹਨੇ ਜਾਣਾ ਸੀ ਵਿਆਹਣ,
But you boys entered with jolly IDs. Yeah, to gal karta teri problem ki hai. Lots of clavery chaddo nakli UK wale ho. Eh meri gal Rupinder Garewal nu vi samjha di. Gillan wale nu. Par main kida tere na gal. Hello. Time waste na kar Diljit Jagadi. Came to me at the spot of Mitran da Tapa. Hello. ਇਹ ਅੱਜ ਨਵਾਂ ਸਿਆਪਾ ਕਿਹੜਾ ਪੈ ਗਿਆ ਵਿੱਚ ਯਾਰ। ਹੈਲੋ। ਹਾਂ ਰੂਪ, ਆਪਣੀ ਕੀਤੀ ਕਰਾਈ ਖੂਹ ਚ ਪੈ ਚੱਲੀ ਸਾਰੀ। ਉਹ ਕੀ ਹੋ ਗਿਆ, ਧੂਆਂ ਕਿਉਂ ਛੱਡੀ ਜਾਂਦਾ? ਬਸ ਕਬਾੜਾ ਹੋ ਗਿਆ ਆਪਣਾ, ਵਿਆਹਾਂ ਤੋਂ ਪਹਿਲਾਂ ਹੀ ਤਲਾਕ ਹੋ ਜਾਣੀ। ਦਿਮਾਗ ਠੀਕ ਹੈ ਤੇਰਾ? ਮੇਰਾ ਠੀਕ ਹੈ, ਪਰ ਕਿਸੇ ਪਤੰਦਰ ਦਾ ਸੈੱਟ ਕਰਨ ਵਾਲਾ ਹੋਇਆ। ਤੂੰ ਇਦਾਂ ਕਰ, ਫਟਾਫਟ ਮੇਰੇ ਕੋਲ ਆ ਜਾ, ਬਸ ਉੱਡ ਕੇ ਆ ਜਾ। ਓਕੇ ਮੈਂ ਆਉਣਾ। Yes. बैठो। सही पहचान रहे हो सरदार साहब, ना जे पहला डील कर लेंदे चंगे ना रहंदे। तू चाहना की है? ढिलों की कुड़ी नू वाइफ टाइप बनाना। मैं गाटा ला देना तेरा। ना 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 302 बन जू मर्जू पुत वगाना। मैं हुणे फोन करके ढिलों नाल गल कर लेंदा। Who are you in the truth of life? एक मिनट ਪਹਿਲਾਂ ਇਹਦਾ ਸਾਨੂੰ ਬੁਲਾਇਆ ਕਿਉਂ ਹੈ? ਡੀਲ ਕਰਨੀ ਚਾਹੁੰਦਾ, ਉਹ ਵੀ ਸਿਰਫ 1 ਕਰੋੜ ਦੇ ਵਿੱਚ। ਨਹੀਂ ਤਾਂ ਮੈਂ ਰੌਣਕਾਂ ਲਾ ਦੇਣੀਆਂ ਸ਼ੁਭ ਆਨੰਦ ਕਾਰਜ ਤੇ ਜਾ ਕੇ। ਕਿਵੇਂ ਕਰੀਏ? ਕਰਨਾ ਕੀ, ਦੇ ਦਿੰਦੇ ਹਾਂ 1 ਕਰੋੜ ਰੁਪਈਆ। ਇੰਨਾ ਕੁ ਤਾਂ ਬਣਦਾ ਉਹਦਾ ਅਗਲੇ ਦਾ। ਕੈਸ਼ ਪਏ ਤੇਰੇ ਕੋਲ? ਹੈਗੇ ਮੇਰੇ ਕੋਲ, ਆਫਿਸ ਪਏ। ਡੀਲ ਡਨ ਮਿੱਤਰਾ, ਪਰ ਇਹਦੇ ਵਾਸਤੇ ਮੇਰੇ ਆਫਿਸ ਚੱਲਣਾ ਪੈਣਾ ਕਿਉਂਕਿ ਪੈਸੇ ਉੱਥੇ ਪਏ ਆ। ਡੋਂਟ ਆਈ ਮਾਈਂਡ, ਕਿਤੇ ਵੀ ਲੈ ਚੱਲੋ, ਫੁੱਲ ਮਨੀ ਫੁੱਲ ਡੀਲ। ਸੋ ਸਵੀਟ ਆਫ ਯੂ। ਲੈ ਵੀ ਕਰਤੀ ਤੇਰੀ ਪੇਮੈਂਟ, ਡੋਲੀ ਤੁਰਨ ਤੱਕ ਗਿਣੀ ਚੱਲੀ। ਉਹ ਵੀਰ ਜੀ, ਮੈਂ ਤਾਂ ਕਿਡਿੰਗ ਕਰ ਰਿਹਾ ਸੀਗਾ, ਮੈਨੂੰ ਪਤਾ ਤੁਸੀਂ ਵੀ ਕਿਡਿੰਗ ਕਰ ਰਹੇ ਹੋ ਨਾ। 1 ਕਰੋੜ ਹੈ? ਓ 1 ਕਰੋੜ ਰੁਪਇਆ ਵੱਧ ਲੱਗਦਾ ਵੀਰ ਜੀ, ਤਾਂ ਲੱਖ ਦੇ ਦਿਓ। ਹੁਣ ਹਜ਼ਾਰਾਂ ਦੀ ਗੱਲ ਕਰਦੇ ਤਾਂ ਤੁਸੀਂ ਵੀ ਚੰਗੇ ਨਹੀਂ ਲੱਗਦੇ ਨਾ ਵੀਰ ਜੀ। ਬੜਾ ਬਸ਼ਰਮ ਆਦਮੀ ਯਾਰ। ਵੀਰ ਜੀ ਗੱਲ ਸੁਣੋ, ਚਾਹੇ ਦੀ ਮੈਨੂੰ 2005 ਤੋਂ ਪਹਿਲਾਂ ਵਾਲੇ ਨੋਟ ਦੇ ਦਿਓ, ਮੈਂ ਉਹ ਵੀ ਚਲਾ ਲੂੰਗਾ। ਹੋਰ ਦੱਸੋ ਮੈਂ ਕੀ ਡਿਸਕਾਊਂਟ ਦੇਵਾਂ? ਖੋਲ ਸੀ ਚੱਲ ਰੱਸੀ ਦਾ ਪੁੱਠੇ ਹੱਥ ਦੀ ਮਾਰਾਂ ਮੈਂ ਤੇਰੇ ਬੰਦ ਤੇ। ਓ ਫਿਟੇ ਮੂੰਹ ਨਾਲਿਆ ਕਰੋ, ਕਿਤੇ ਬਿਸ਼ਰਮਾ ਕਿੰਨੀ। ਓ ਕੱਪੜੇ ਕਿੱਧਰ ਵੀਰ ਜੀ, ਗੱਲ ਤਾਂ ਹੈਲੋ ਵੀਰ ਜੀ, ਮੇਰੇ ਕੱਪੜੇ ਤਾਂ। ਓਏ ਬਕਵਾਸ ਨਾ ਕਰ, ਸਾਰੇ ਨੂੰ ਮਿਲਿਆ, ਥੋੜੇ ਜੇ ਰੱਖ ਲੈ। ਓ ਮੈਂ ਕੱਪੜੇ ਤਾਂ ਉਹ ਵਿਚਾਰਾ ਕਿੱਦਾਂ ਪਾਣੀ ਤਾਂ ਉਹ ਹੁੰਦਾ ਹੋਣਾ ਹੈ ਕਿਹੜਾ ਉੱਥੇ ਬੰਨਿਆ ਹੈ ਆਪਾਂ। ਪਤੰਦਰ ਕਿਤੇ ਸਾਡੇ ਨਾਲ ਸਿੰਘ ਫਸਾਉਂਦਾ ਸੀ। ਦੇਖੋ ਜੀ, ਵਿਆਹ ਹੋਵਨ ਤੇ ਇੰਜ ਹੋਵਨ, ਨਾ ਹੀ ਕੋਈ ਰੌਲਾ ਰੱਪਾ ਹੋਵੇ ਤੇ ਨਾ ਹੀ ਕੋਈ ਬਹੁਤਾ ਇਕੱਠ ਹੋਵੇ। ਚਾਵਲਾ ਸਾਹਿਬ, ਇੰਡੀਆ 'ਚ ਤੁਸੀਂ ਕਿਸ ਨੂੰ ਸਮਝਾਓਗੇ? ਇੱਥੇ ਤਾਂ ਸੋਸੇਬਾਜ਼ੀ ਇਜ਼ ਇਕੁਅਲ ਟੂ ਮੈਰਿਜ। ਐਕਸਕਿਊਜ਼ ਮੀ ਢਿੱਲੋਂ ਸਾਹਿਬ, ਲੇਟ ਕਾਹਨੂੰ ਕਰਨਾ ਆ? ਜੇ ਤੁਸੀਂ ਠੀਕ ਸਮਝੋ ਰਿੰਗ ਸੈਰੇਮਨੀ ਕਰਵਾ ਲਈ ਤੇ ਮੇਰੇ ਵਾਲੇ ਵੀ ਧੂੜਾਂ ਪੱਟੀ ਜਾਂਦੀ ਅੱਜ ਮੇਰੇ ਵਾਲੀ ਵੀ ਧੂੜਾਂ ਪੱਟੀ ਜਾਂਦੀ ਅੱਜ। ਹੈਲੋ ਹੈਲੋ ਇੰਨੀ ਲੰਬੀ ਹੈਲੋ
ਲੱਗਦਾ ਕੰਮ ਬਣ ਗਿਆ ਹੈ ਨਾ ਉਹ ਮੇਰੀ ਗੇਮ ਨੀਅਰ ਟੂ ਐਂਡ ਹੈ ਕਮਰ ਲਈ ਮੈਨੂੰ ਡੀਜੇ ਨੇ ਆਪਣੇ ਆਫਿਸ ਬੰਦ ਰੱਖਿਆ ਛੇਤੀ ਆ ਓ ਮਾਈ ਗੋਡ ਡੋਨਟ ਵਰੀ ਮੈਂ ਹੁਣੇ ਓਕੇ ਡੋਨਟ ਵਰੀ ਹਾਂ ਠੀਕ ਹੈ ਇੱਕ ਗੱਲ ਸੁਣ ਕੱਪੜੇ ਨਾਲ ਚੱਕ ਕੇ ਲੈ ਗਿਆ ਹੀ ਤੇ ਮੇਰਾ ਹੈਲੋ ਹੈਲੋ ਕੱਟ ਗਿਆ ਇੱਕ ਤਾਂ ਜਨਾਨੀਆਂ ਪੂਰੀ ਗੱਲ ਵੀ ਨਹੀਂ ਸੁਣਦੀਆਂ ਉਹ ਚਾਹੀਦੀ ਘੱਟਾ ਗੱਲਾਂ ਮਰ ਜਾਣ ਕੰਮ ਦੀ ਗੱਲ ਨਹੀਂ ਸੁਣਨੀ ਬਸ ਬੇਟਾ ਜੀ ਆ ਜਾਓ ਜਿੱਦਾਂ ਕਿ ਰਿੰਗ ਸੈਰੇਮਨੀ ਸ਼ੁਰੂ ਕਰੀਏ ਹਾਂਜੀ ਇਹ ਮੁੰਦਰੀ ਨੀ ਪੁੱਤ ਸਾਰੀ ਉਮਰ ਲਈ ਜੂੜ ਪੈ ਚੱਲਿਆ ਨਾ ਤੁਰੀ ਫਿਰਦਾ ਵਿਆਹ ਚ ਸ਼ਰਮ ਨੀ ਆਉਂਦੀ ਤੈਨੂੰ ਲੋਟਸ ਆਫ ਮਾਰਾਂ ਇਹਨਾਂ ਦੋਨਾਂ ਨੇ ਬਣਾਇਆ ਦੈਟ ਵਾਸ ਸਿਟਿੰਗ ਔਨ ਚੇਅਰਸ ਮੈਂ ਸੱਚ ਕਹਿ ਰਿਹਾ ਢਿੱਲੋਂ ਸਾਹਿਬ ਇਹ ਮੈਰਿਜ ਕੈਂਸਲ ਕਰੋ ਉਹ ਤੂੰ ਹੁੰਦਾ ਕੌਣ ਹੈ ਓਏ ਮੈਰਿਜ ਕੈਂਸਲ ਕਰਾਉਣ ਵਾਲਾ ਤੁਹਾਡੇ ਨਾਲ ਧੋਖਾ ਹੋਇਆ ਢਿੱਲੋਂ ਸਾਹਿਬ ਇਹ ਮੁੰਡੇ ਹੀ ਉੱਕੇ ਸ਼ੁੱਕੇ ਤਾਂ ਨਹੀਂ ਹੈਗੇ ਅੱਛਾ ਤੇਰੇ ਕਜ਼ਨ ਨਾਲ ਵਿਆਹ ਨਹੀਂ ਕੀਤਾ ਇਸ ਕਰਕੇ ਤੁਸੀਂ ਇਹ ਸਰਕਤ ਤੇ ਆ ਗਏ ਇਹ ਦੋਨੇ ਐਨਆਰਆਈ ਨਹੀਂ ਦੇਸੀ ਨੇ ਵਨ ਮੋਮੈਂਟ ਕੀ ਤੇ ਤੇਰਾ ਨਾਮ ਇੰਦਰਪਾਲ ਸਿੰਘ ਨਹੀਂ ਆ ਯੈਸ ਸਾਈ ਬਾਸ ਮਤਲਬ ਹੈਗਾ ਕਿਦਾਂ ਤੂੰ ਦੱਲੇ ਪਿੰਡ ਦਾ ਨਹੀਂ ਆ ਆਹੋ ਹੈਗਾ ਨਹੀਂ ਨਹੀਂ ਤੁਸੀਂ ਕਿਦਾਂ ਦੋਨੋਂ ਆਪਸ ਵਿੱਚ ਹਸਬੰਡ ਵਾਈਫ ਨਹੀਂ ਆ ਹਾਂ ਹੈਗੇ 100% ਆਹੋ ਗੱਲ ਗੱਲੋ ਗੱਲੋ ਇਹਨੇ ਘਟਿਆ ਬੰਦੇ ਹੋ ਤੁਸੀਂ ਉਹ ਤੁਸੀਂ ਤੀਵੀਂ ਆਦਮੀ ਹੋ ਸਾਰਿਆ ਬੀਟ ਮੀ ਪਰ ਟਰੁੱਥ ਇਜ਼ ਟਰੁੱਥ ਇਹ ਦੋਵੇਂ ਜਾਲੀ ਨੇ ਇਹ ਤਾਂ ਕਦੇ ਗੁਵਾਰੀ ਟੱਪੇ ਯੂਕੇ ਸਵਾ ਜਾਣਾ ਇਹਨਾਂ ਨੇ ਓਏ ਤੂੰ ਖੁਦ ਫਰਾਡ ਹੈ ਦੂਜਿਆਂ ਨੂੰ ਬਦਨਾਮ ਕਰਦਾ ਇਹ ਤੇਰਾ ਜਵਾਈ ਗਿੱਲਾਂ ਦਾ ਰੁਪਿੰਦਰ ਸਿੰਘ ਗਰੇਵਾਲ ਹੈ ਤੇ ਜਿਹੜਾ ਡੀਜੇ ਬਣਿਆ ਫਿਰਦਾ ਹੈ ਇਹ ਹੈ ਦਲਜੀਤ ਸਿੰਘ ਜੁਗਾੜੀ ਜਿਹੜਾ ਜੀਰਕਪੁਰ ਦੀ ਗੰਦੀ ਜੀ ਬੀਹੀ ਦੇ ਵਿੱਚ ਬਾਏ ਬਾਏ ਇੰਡੀਆ ਨਾਮ ਦੀ ਕੰਪਨੀ ਚਲਾਉਂਦਾ ਹੈ ਜੀ ਹਾਂ ਤੇ ਸਾਰਾ ਡਰਾਮਾ ਨਾ ਇਹਨਾਂ ਦਾ ਹੀ ਰਚਿਆ ਹੋਇਆ ਹੈ ਤੇ ਮੈਂ ਦੱਸਾਂ ਨਾਲ ਮਾਂ ਪਿਓ ਵੀ ਰਲੇ ਹੋਏ ਨੇ ਗਰੇਵਾਲ ਸਾਹਿਬ ਚੁੱਪ ਕਿਉਂ ਮੂੰਹ ਬੰਦ ਕਰੋ ਇਹਨਾਂ ਬਦਮਾਸ਼ਾਂ ਦਾ ਬੋਲੋ ਹੁਣ ਗਰੇਵਾਲ ਸਾਹਿਬ ਕਿੱਦਾਂ ਜੂਕੀ ਵਾਲਿਆਂ ਦੇ ਦੰਦਲ ਪੈ ਗਈ ਹੁਣ ਵੇਖੋ ਢਿੱਲੋਂ ਸਾਹਿਬ ਗੱਲ ਇਹ ਹੈ ਹਾਂ ਤਾਂ ਅਸੀਂ ਗਿੱਲਾਂ ਦੇ ਇੱਕ ਮਿੰਟ ਤੁਸੀਂ ਉਹੀ ਗਿੱਲਾਂ ਤੋਂ ਗਰੇਵਾਲ ਨੀ ਨਾ ਜਿਹਨੇ ਮੈਨੂੰ ਇੱਕ ਵਾਰੀ ਫੋਨ ਕੀਤਾ ਸੀ ਸਾਡੀ ਕੁੜੀ ਲਈ ਹਾਂ ਸਾਵਾਂ ਹੀ ਆ ਮੈਂ ਤੈਨੂੰ ਜਵਾਬ ਦਿੱਤਾ ਸੀ ਕੋਰਾ ਬਈ ਮੁੜ ਕੇ ਮੈਨੂੰ ਫੋਨ ਨਾ ਕਰੀ ਪਰ ਤੂੰ ਇੰਨਾ ਘਟੀਆ ਨਿਕਲਿਆ ਸਿੱਧਾ ਜੰਨ ਲੈ ਕੇ ਆ ਗਿਆ ਲਾਣਾ ਤੇ ਤੇਰੇ ਤੇ ਸ਼ਰਮ ਆਉਣੀ ਚਾਹੀਦੀ ਤੈਨੂੰ ਸ਼ਰਮ ਓਏ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਹੈ ਜਿਹਨੂੰ ਸਾਰੇ ਪੰਜਾਬ 'ਚ ਕੋਈ ਮੁੰਡਾ ਹੀ ਨਹੀਂ ਲੱਭਿਆ ਆਪਦੀ ਕੁੜੀ ਨੂੰ ਮੇਰੀ ਕੁੜੀ ਹੈ ਮੈਂ ਜਿੱਥੇ ਮਰਜ਼ੀ ਵਿਆਹਾਂ ਤੂੰ ਕੌਣ ਹੁੰਨੇ ਬੋਲਣ ਵਾਲਾ ਓਏ ਮੈਂ ਹੁੰਨਾ ਉਸ ਮੁੰਡੇ ਦਾ ਪਿਓ ਜਿਹੜਾ ਤੇਰੀ ਕੁੜੀ ਨੂੰ ਪਿਆਰ ਕਰਦਾ ਹੈ ਇਹਦਾ ਮਤਲਬ ਝੂਠ ਬੋਲ ਕੇ ਪਖੰਡ ਰਚ ਕੇ ਵਿਆਹ ਕਰਵਾ ਲੋ ਓ ਤੂੰ ਕੋਈ ਹੋਰ ਰਾਹ ਛੱਡੇ ਹੀ ਨਹੀਂ ਇਹਨਾਂ ਲਈ ਗਲਤੀ ਮੇਰੀ ਅੰਕਲ ਮੇਰੇ ਮਾਮ ਡੈਡ ਨੂੰ ਕੁਛ ਨਾ ਕਹੋ ਮੈਂ ਹੀ ਇਹਨਾਂ ਨੂੰ ਮਜਬੂਰ ਕੀਤਾ ਸੀ ਢਿੱਲੋਂ ਸਾਹਿਬ ਚਾਹੀਦੀਆਂ ਤਾਂ ਬੱਚਿਆਂ ਦੀਆਂ ਖੁਸ਼ੀਆਂ ਹੀ ਨੇ ਨਾ ਕੀ ਫਰਕ ਪੈਂਦਾ ਹੈ ਸ਼ਾਬਾਸ਼ ਇਹਦਾ ਮਤਲਬ ਸਾਰੇ ਰਲ ਕੇ ਮੈਨੂੰ ਬੇਵਕੂਫ ਬਣਾ ਰਹੇ ਸੀ ਮੇਰੀ ਕੁੜੀ ਨੂੰ ਵੀ ਧੋਖੇ ਚ ਰੱਖਿਆ ਨਹੀਂ ਪਾਪਾ ਮੈਨੂੰ ਸਭ ਪਤਾ ਸੀ ਮੈਂ ਕਈ ਵਾਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਹਿੰਮਤ ਨਹੀਂ ਕਰ ਸਕੀ ਥੋੜੀ ਤਜ਼ਿਦ ਸੀ ਨਾ ਮੈਨੂੰ ਬਾਹਰ ਵਿਆਹੁੰਦੀ ਮੈਂ ਤੈਨੂੰ ਕਿਸੇ ਬਾਹਰਲੇ ਨਾਲ ਵਿਆਹ ਲਈ ਜ਼ਬਰਦਸਤੀ ਤਾਂ ਨਹੀਂ ਕੀਤੀ ਨਾ ਹਮੇਸ਼ਾ ਤੇਰੀ ਰਾਏ ਪੁੱਛੀ ਹੈ ਮੈਂ ਚਾਹ ਕੇ ਵੀ ਤੁਹਾਨੂੰ ਦੱਸ ਨਾ ਸਕੀ ਸੋਚਿਆ ਤਾਂ ਅਸੀਂ ਮੌਕਾ ਆਉਣ ਤੇ ਤੁਹਾਨੂੰ ਦੱਸ ਦਿਆਂਗੇ ਪਰ ਅਸੀਂ ਡਰਦੇ ਹੀ ਰਹਿ ਗਏ ਹਮੇਸ਼ਾ ਆਪਣੀ ਕੀਤੀ ਹੈ ਕਦੇ ਤਾਂ ਦੂਜਿਆਂ ਦੀ ਵੀ ਮੰਨ ਲਿਆ ਕਰੋ ਬੋਲੇ ਸਭ ਦੇ ਲਈਆਂ ਸਫਾਈਆਂ ਨਾ ਜੇ ਦਿਸ਼ੋ ਮੈਨੂੰ ਦੱਸ ਦਿੰਦੀ ਬਈ ਮੁੰਡਾ ਮੈਨੂੰ ਪਸੰਦ ਹੈ ਮੈਂ ਕਿਹੜਾ ਮਨਾ ਕਰ ਦੇਣਾ ਸੀ ਮਤਲਬ ਤੇਰੀ ਹਾਂ ਹੈ ਹੁਣ ਵਾਹ ਓਏ ਢਿੱਲੋਂ ਬਾਹਰ ਜਾਣ ਪਿੱਛੇ ਇੰਨਾ ਕਮਲਾ ਹੋ ਗਿਆ ਕਿ ਆਪਣੇ ਵਿਹੜੇ ਦੀਆਂ ਖੁਸ਼ੀਆਂ ਨਹੀਂ ਮਾਣ ਸਕਿਆ ਕਦੇ ਭੁੱਲ ਹੀ ਗਿਆ
ਕਿ ਇੱਥੇ ਵੀ ਇੱਕ ਦੁਨੀਆ ਵਸਦੀ ਹੈ। ਕੀ ਸਮਝੀਏ, ਹਾਂ ਹੈ ਕਿ ਨਾ ਹੈ? ਹੁਣ ਲਿਖ ਕੇ ਦਵਾਂ ਤੈਨੂੰ। ਪਾ ਬਈ ਮੁੰਦਰੀਆਂ। ਰਿਸ਼ਤੇਦਾਰਾ, ਐਵੇਂ ਨਾਰਾਜ਼ ਹੋਇਆ ਖੜਾ, ਜੱਫੀ ਤਾਂ ਪਾਲਾ ਇੱਕ। ਕਿਹਦੇ ਨਾਲ? ਯੂਕੇ ਵਾਲੇ ਨਾਲ ਕਿ ਗਿੱਲ ਵਾਲੇ ਨਾਲ? ਉਹ ਯੂਕੇ ਵਾਲੀ ਤਾਂ ਜਿੱਡਾ ਹੈਲੂ ਹੀ ਕਰਦੇ ਹੁੰਦੀ ਆ, ਜੱਫੀ ਤਾਂ ਹੁਣ ਗਿੱਲਾਂ ਵਾਲੇ ਨਾਲ ਹੀ ਪਾਉਣੀ ਪੈਣੀ ਹੈ। ਆ ਜਾ। ਹੈਲੋ, ਯਾ ਓਕੇ 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 ਓਕੇ। ਪੁਲਿਸ ਦਾ ਫੋਨ ਸੀ? ਫਗਵਾੜੇ ਤੋਂ ਹੁਣੇ ਕੁੜੀ ਦੀ ਦੱਸ ਪਈ ਆ, ਬਹੁਤ ਮੋਟੀ ਸਾਮੀ ਹੈ। ਵੇਅਰ ਦਰ ਇਜ਼ ਅ ਟੀ, ਸਮਝੋ ਗੱਲ ਬਣ ਗਈ। ਕੀ? ਜਿੱਥੇ ਚਾਹ ਉੱਥੇ ਰਾਹ, ਅੰਗਰੇਜ਼ੀ ਵੀ ਨਹੀਂ ਆਉਂਦੀ ਘਟੀਆ ਲੋਕਾਂ ਨੂੰ। ਕੀ ਕੁਛ ਨਜ਼ਰ ਹੋ ਰਹੀ ਹੈ? ਕੁਛ ਨੀ ਵੀਰ ਜੀ, ਮੈਂ ਕਿਹਾ ਉੱਪਰੋਂ ਸ਼ਗਨ ਪੈਣ ਲੱਗ ਗਏ, ਇੱਕ ਵਾਰੀ ਜਾ ਕੇ ਦੇਖ ਕੇ ਆਉਂਗੇ ਵੀ 100-100 ਦੇ ਟੁੱਟੇ ਹੈਗੇ ਉਹਨਾਂ ਕੋਲੇ। ਜਾਇਓ ਜੀ। ਮੈਂ ਤਾਂ ਮਿਲਖਾ ਸਿੰਘ ਬਣ ਲੱਗਿਆ, ਜੇ ਤੇ ਤੂੰ ਪੀਟੀ ਊਸ਼ਾ ਬਣ ਹੁੰਦਾ ਤਾਂ ਬਣ ਲੈ। ਆ ਜਾ ਭੱਜ ਲੈ। ਮੇਰਾ ਸਪੌਂਜਰ ਦਾ ਦਿਲ ਨਾ ਕਿੱਦਾਂ ਤੇਰੀ ਕਾਟਨ ਵਰਗੀ ਉਂਗਲ ਦੇ ਵਿੱਚ ਰਿੰਗ ਪਾਉਣਾ ਮੰਗਦਾ ਆ। ਫੇਰ ਪਰ ਮੈਂ ਦੱਸਾਂ ਚ ਪਾਰੇ ਲੈ, ਇੱਡਾ ਤਾਂ ਕਿੱਦਾਂ ਜੀਰਕਪੁਰ ਵਾਲਾ ਲੁੱਟਿਆ ਜਾਣਾ ਹੈ, ਇੱਡਾ ਘੱਟ ਐਕ ਚ ਕਿੱਦਾਂ ਹੁਣ ਪਵਾਲਾ, ਬਾਕੀ ਨੌ ਦੇ ਵਿੱਚ ਜੂਕੇ ਜਾ ਕੇ ਪਾ ਦੇਵਾਂਗੇ। ਵੈਸੇ ਆਪਾਂ ਵਿਆਹ ਤੋਂ ਬਾਅਦ ਜਾਣਾ ਕਿੱਥੇ ਆ? ਹਨੀਮੂਨ ਤੇ। ਹੋਰ ਕੀ, ਤੀਰਥ ਯਾਤਰਾ ਤੇ ਜਾਵਾਂਗੇ? ਹਾਂ, ਪਰ ਲੈ ਕੇ ਕਿੱਥੇ ਜਾਵੇਂਗਾ? ਉਹ ਵੀ ਤੀ। ਇਹ ਕਿਹੜੀ ਕੰਟਰੀ ਆ? ਉਸੇ ਬੰਬੀ ਤੇ ਜਿੱਥੇ ਤੂੰ ਯੈਸ ਕੀਤੀ ਸੀ। ਰਹਿਣਾ ਦੇਸੀ ਦਾ ਦੇਸੀ, ਬੰਬੀ ਤੇ। ਸਾਊਥ ਹਾਲ ਚ ਬੰਬੀ ਵੇਖੀ ਹੈ? ਮਤਲਬ ਅਸੀਂ ਯੂਕੇ ਜਾ ਰਹੇ ਹਾਂ? ਹਾਂਜੀ। ਕਿੱਦਾਂ ਹੁਣ ਤਾਂ ਯੂਕੇ ਦੇ ਮੁੰਡਿਆਂ ਦਾ ਯੂਕੇ ਜਾਣਾ ਬਣਦਾ ਆ, ਕੀ ਕਹਿੰਦੇ ਆ?